ਸਤ ਸ੍ਰੀ ਅਕਾਲ ਦੋਸਤੋ ਜਿਹੜੇ ਸਾਥੀ ਆਪਣੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਅੱਜ ਆਪਾਂ ਦਲ ਖਾਲਸਾ ਦਾ ਉਥਾਨ ਤੇ ਸਿੱਖ ਮਿਸਲਾਂ ਦੋਨਾਂ ਦਾ ਇਕੱਠਾ ਕਰਾਂਗੇ ਕਿਉਂ ਕਰਾਂਗੇ ਕਿਉਂਕਿ ਇਸ ਤੇ ਆਪਾਂ 165 ਸਵਾਲ ਕਿਉਂ ਬਣਾਏ ਨੇ ਕਿਉਂਕਿ 29 ਮਾਰਚ 1748 ਨੂੰ ਅੰਮ੍ਰਿਤਸਰ ਵਿਖੇ ਵਿਸਾਖੀ ਵਾਲੇ ਦਿਨ ਦਲ ਖਾਲਸਾ ਦੀ ਸਥਾਪਨਾ ਹੁੰਦੀ ਹੈ ਤੇ ਦਲ ਖਾਲਸਾ ਦੇ ਅਧਿਨੀ 12 ਜੱਥੇ ਬਣਦੇ ਨੇ ਉਹ ਅੱਗੇ ਜੱਥੇ ਬਣ ਜਿਹੜੇ ਨੇ ਉਹੀ ਉਹਨਾਂ ਦੇ ਸਰਦਾਰ ਉਹੀ ਉਹਨਾਂ ਦੇ ਸਰਦਾਰਾਂ ਕੋਲੇ ਝੰਡਾ ਹੁੰਦਾ ਸੀ ਹਰੇਕ ਕੋਲੇ ਤਾਂ ਉਹ ਜੱਥਿਆਂ ਨੂੰ ਹੀ ਮਿਲ ਲ ਕਿਹਾ ਗਿਆਗਾ ਜਿਹੜੇ 12 ਜੱਥੇ ਬਣਿਆ ਦਲ ਖਾਲਸਾ ਦੇ ਉਹਨਾਂ ਨੇ ਮਿਲ ਲ ਕਿਹਾ ਗਿਆ ਇਸ ਕਰਕੇ ਆਪਾਂ ਮਿਸ਼ਲਾਂ ਦਾ ਇਤਿਹਾਸ ਵੀ ਨਾਲ ਹੀ ਕਰਾਂਗੇ ਤੇ ਦਲ ਖਾਲਸਾ ਦੇ ਉਥਾਨ ਸੇਮ ਮਿਲਦਾ ਜੁਲਦੀ ਹੈ ਇਸ ਲਈ ਆਪਾਂ 165 ਵਾਲ ਬਣਾਤੇ ਇਸ ਤੇ ਤੇ ਅੱਜ ਦਾ ਆਪਣਾ ਪਹਿਲਾ ਸਵਾਲ ਨਵਾਬ ਕਪੂਰ ਸਿੰਘ ਨੇ ਕਦੋਂ ਸਿੱਖਾਂ ਦੇ ਛੋਟੇ-ਛੋਟੇ ਜਥਿਆਂ ਨੂੰ ਮਿਲਾ ਕੇ ਦੋ ਮੁੱਖ ਦਲਾਂ ਬੁੱਢਾ ਦਲ ਤੇ ਤਰੁਣਾ ਦਲ ਵਿੱਚ ਗਠਿਤ ਕਰ ਦਿੱਤਾ ਕਮੈਂਟ ਕਰੋ ਸਾਥਿਓ ਗੁੱਡ ਆਫਟਰਨੂੰ ਮਨਜੀਤ ਜੀ ਮਨਪ੍ਰੀਤ ਜੀ ਰਜਨੀ ਵਾਲਾ ਹੀ ਸਾਰੇ ਸਾਥੀ ਤਾਂ ਮਨਜੀਤ ਜੀ ਦਾ ਅਮਰਤਪਾਲ ਜੀ ਦਾ ਮਨਦੀਪ ਦਾ ਸਾਰੇ ਸਾਥੀਆਂ ਦਾ ਉੱਤਰ ਆਇਆਗਾ 1734 ਬਿਲਕੁਲ ਸਹੀ ਜੀ 1734 ਵਿੱਚ ਗਠਿਤ ਕੀਤਾ ਸੀਗਾ ਅਗਲਾ ਸਵਾਲ ਆਪਣਾ ਦੂਜਾ ਕਿਸ ਸਾਲ ਦੀਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਵਿੱਚ 100-100 ਸਿੱਖਾਂ ਦੇ 25 ਜੱਥੇ ਬਣਾਏ ਗਏ ਹੌਲੀ-ਹੌਲੀ ਇਹਨਾਂ ਜੱਥਿਆਂ ਦੀ ਗਿਣਤੀ ਵਧ ਕੇ 65 ਹੋ ਗਈ ਕਿਸ ਸਾਲ ਹੁਣ ਸਾਲ ਦੱਸਣਾ ਸਾਥੀਓ ਆਏ ਸਾਥਿਓ ਸੰਯੁਕਤ ਰੈਸ ਦਾ 1754 ਸਵਾਲ ਨੰਬਰ ਆਪਣਾ ਤੀਜਾ ਨवाब कपूर ਸਿੰਘ ਨੇ ਕਦੋਂ ਅੰਮ੍ਰਿਤਸਰ ਵਿਖੇ ਦਲ ਖਾਲਸਾ ਦੀ ਸਥਾਪਨਾ ਕੀਤੀ ਦਾ ਬਹੁਤ ਸੌਖਾ ਸਵਾਲ ਤਾਂ ਆਪਾਂ ਸਭ ਤੋਂ ਪਹਿਲਾਂ ਇਹ ਡੇਟ ਹੀ ਦੱਸੀ ਸੀ ਡੇਟ ਨਾਲ ਦੱਸਣੀ ਆ ਸਾਥਿਓ ਤੁਸੀਂ ਤਾ ਸਾਰੇ ਸਾਥੀਆਂ ਦਾ ਬਿਲਕੁਲ ਸਹੀ ਆ 29 ਮਾਰਚ 1748 ਨੂੰ ਅੰਮ੍ਰਿਤਸਰ ਦੇ ਵਿਖੇ ਖਾਲਸਾ ਦਲ ਦੀ ਸਥਾਪਨਾ ਨਵਾਬ ਕਪੂਰ ਸਿੰਘ ਨੇ ਕੀਤੀ ਸੀ ਸਵਾਲ ਨੰਬਰ 4 ਸਿੱਖਾਂ ਦੇ 65 ਜਥਿਆਂ ਨੂੰ ਕਿੰਨੇ ਜਥਿਆਂ ਵਿੱਚ ਸੰਗਠਿਤ ਕਰ ਦਿੱਤਾ ਗਿਆ ਸੀ ਤਾਂ ਇਹ ਆਪਾਂ ਆਥੈਂਟਿਕ ਕਿਤਾਬ ਦੇ ਅਨੁਸਾਰ ਦੱਸਣਾਗਾ ਸਾਥਿਓ ਆਥੈਂਟਿਕ ਕਿਤਾਬ ਕਿਹਾ ਮੈਂ ਹਰਜੰਟ ਜੀ ਦਾ ਬਿਲਕੁਲ ਸਹੀ ਆ 18ਵੀਂ ਸਦੀ ਤੇ ਕਿਤਾਬ ਲਿਖੀ ਆ ਸ਼ਮਸ਼ੇਰ ਸਿੰਘ ਅਸ਼ੋਕ ਨੇ ਡਾਕਟਰ ਗੰਡਾ ਸਿੰਘ ਨੇ ਤੇ ਹੋਰ ਕਾਫੀ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚ ਜਿਹੜੇ ਜਥਿਆਂ ਦੀ ਗਿਣਤੀ ਦੱਸੀ ਗਈ ਹੈਗੀ ਤਾਂ ਉਹ 11 ਦੱਸੀ ਗਈ ਆ ਸਾਥਿਓ 65 ਜਥਿਆਂ ਨੂੰ 11 ਜੱਥਿਆਂ ਦੇ ਵਿੱਚ ਸੰਗਠਿਤ ਕੀਤਾ ਗਿਆ ਸੀਗਾ ਤੇ ਹਰੇਕ ਜੱਥੇ ਦਾ ਆਪਣਾ ਵੱਖਰਾ ਆਗੂ ਹੁੰਦਾ ਸੀ ਤੇ ਝੰਡਾ ਹੁੰਦਾ ਸੀ ਸਾਥਿਓ ਸਵਾਲ ਨੰਬਰ 5 ਕਿਸ ਨੂੰ ਦਲ ਖਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ ਸੀਗਾ ਬਿਲਕੁਲ ਸਹੀ ਜੀ ਮਨਜੀਤ ਜੀ ਮਨਕਸੀ ਜੀ ਜੱਸਾ ਸਿੰਘ ਹਲੂ ਵਾਲੀਆ ਨੂੰ ਦਲ ਖਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ ਸੀ ਉਸੇ ਕਿਸ ਨੂੰ ਦਲ ਖਾਲਸੇ ਦਾ ਮੈਂਬਰ ਸਮਝਿਆ ਜਾਂਦਾ ਤਾਂ ਇਸ ਦਾ ਉੱਤਰ ਆਪਾਂ ਸਿੱਧੀ ਦੱਸ ਦਣੇ ਹਾਂਗੇ ਹਰੇਕ ਸਿੱਖ ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਉਸੂਲਾਂ ਵਿੱਚ ਵਿਸ਼ਵਾਸ ਸੀ ਤਾਂ ਉਹ ਦਲ ਖਾਲਸੇ ਦਾ ਮੈਂਬਰ ਸਮਝਿਆ ਜਾਂਦਾ ਸੀਗਾ ਸਵਾਲ ਨੰਬਰ 7 ਕਿਹੜੀ ਸੈਨਾ ਦਲ ਖਾਲਸਾ ਦੀ ਸੈਨਾ ਦਾ ਮੁੱਖ ਅੰਗ ਸੀ ਬਿਲਕੁਲ ਸਰਪਜੀਤ ਜੀ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨੁਲ ਕੌਮ ਦਾ ਖਿਤਾਬ ਵੀ ਮਿਲਿਆ ਤੇ ਆਪਾਂ ਸਵਾਲ 7ਵਾਂ ਗਾ ਆਪਣਾ ਕਿਹੜੀ ਸੈਨਾ ਦਲ ਖਾਲਸਾ ਦੀ ਸੈਨਾ ਦਾ ਮੁੱਖ ਅੰਗ ਸੀ ਬਿਲਕੁਲ ਸਹੀ ਜੀ ਹਰਜੰਤ ਜੀ ਸਰਬਜੀਤ ਜੀ ਕੋੜ ਸਵਾਰ ਸੈਨਾ ਸਵਾਲ ਨੰਬਰ ਆਪਣਾ ਹੈਗਾ 8 ਧਖਾਲਸਾ ਵਿੱਚ ਪਿਆੰਦਾ ਸੈਨਾ ਦਾ ਕੀ ਕੰਮ ਸੀ ਤਾਂ ਸਾਥੀਓ ਪਿਆੰਦਾ ਸੈਨਾ ਦਾ ਕੰਮ ਸੀਗਾ ਕੇਵਲ ਪਹਿਰਾ ਦੇਣਾ ਕੇਵਲ ਪੈਣ ਦਾ ਕੰਮ ਹੀ ਸੀਗਾ ਪਿਆੰਦਾ ਸੈਨਾ ਦਾ ਸਿੱਖ ਇਸ ਸੈਨਾ ਵਿੱਚ ਭਰਤੀ ਹੋਣਾ ਆਪਣਾ અપਮਾਨ ਸਮਝਦੇ ਸਨ ਸਵਾਲ ਨੰਬਰ ਖਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕਿਹੜੀ ਜੁੱਧ ਪ੍ਰਣਾਲੀ ਸੀ ਦੋਸਤੋ ਕਮੈਂਟ ਕਰੋ ਫਟਾਫਟ ਦਲ ਖਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕਿਹੜੀ ਜੁੱਧ ਪ੍ਰਣਾਲੀ ਸੀ ਤੇ ਇਸ ਦੇ ਨਾਲ ਹੀ ਸਾਥੀਆਂ ਨੂੰ ਜੋ ਸਾਥੀ ਆਪਣੇ ਚੈਨਲ ਦੇ ਨਵੇਂ ਆ ਵੀਡੀਓ ਦੇਖ ਰਹੇ ਨੇ ਤਾਂ ਉਹ ਲਾਈਕ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਸਾਥਿਓ ਬਿਲਕੁਲ ਸਹੀ ਸਰਬਜੀਤ ਜੀ ਗ੍ਰੀਲਾ ਜੁੱਧ ਪ੍ਰਣਾਲੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਗ੍ਰੀਲਾ ਜੁੱਧ ਪ੍ਰਣਾਲੀ ਸੀ ਦਲ ਖਾਲਸਾ ਦੀ ਸਵਾਲ ਨੰਬਰ ਆਪਣਾ ਹੈਗਾ 10 ਹਰੇਕ ਸਾਲ ਵਿਸਾਖੀ ਅਤੇ ਦੀਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਵਿੱਚ ਕਿਸ ਦਾ ਸਮਾਗਮ ਬੁਲਾਇਆ ਜਾਂਦਾ ਸੀ ਸਾਥੀਓ ਆਪਾਂ ਦਰਖਾਣ ਸਾਹ ਤੋਂ ਤੇ 50 ਸਵਾਲ ਬਣਾਏ ਆ 50 ਪਲੱਸ ਇਸ ਤੋਂ ਬਾਅਦ ਸਾਰੇ ਸਿੱਖ ਮਿਲਾਂ ਤੇ ਨੇ ਹਰੇਕ ਸਾਲ ਵਿਸਾਖੀ ਅਤੇ ਦੀਵਾਲੀ ਦੇ ਮੌਕੇ ਤੇ ਸਾਥਿਓ ਅੰਮ੍ਰਿਤਸਰ ਦੇ ਵਿਖੇ ਸਰਬਤ ਖਾਲਸਾ ਬੁਲਾਇਆ ਜਾਂਦਾ ਸੀ ਸਰਬਤ ਖਾਲਸਾ ਦਰੋਸਤ ਕਰ ਲਓ ਸਾਥਿਓ ਸਕਰੀਨ ਸ਼ਾਟ ਲੈ ਸਕਦੇ ਹੋ ਵਿਸਾਖੀ ਤੇ ਦੀਵਾਲੀ ਦੇ ਮੌਕੇ ਸਰਬਤ ਖਾਲਸਾ ਦਾ ਸਮਾਗਮ ਬੁਲਾਇਆ ਜਾਂਦਾ ਸੀ ਸਵਾਲ ਨੰਬਰ 11 ਕਿਸ ਦਾ ਇਹ ਕਹਿਣਾ ਬਿਲਕੁਲ ਠੀਕ ਹੈ ਦਲ ਖਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਸਿੱਧ ਹੋਈ ਲੈਕਚਰਰ ਕੇਡਰ ਵਗੈਰਾ ਜਾਂ ਪ੍ਰੋਫੈਸਰ ਦੇ ਵਿੱਚ ਇਹ ਸਵਾਲ ਪੁੱਛੇ ਜਾ ਸਕਦੇ ਆ ਤਾਂ ਇਹਦਾ ਉੱਤਰ ਹੈਗਾ ਇਤਿਹਾਸਕਾਰ ਨਿਹਾਰ ਰੰਜਨ ਰੇ ਇਹਨਾਂ ਦਾ ਕਥਨ ਹੈ ਸਵਾਲ ਨੰਬਰ ਹੈਗਾ ਆਪਣਾ 12 ਦਲ ਖਾਲਸਾ ਤੋਂ ਕੀ ਭਾਵ ਹੈ ਇਹਦਾ ਅਰਥ ਕੀ ਹੈ ਸਰਬਜੀਤ ਕੌਰ ਜੀ ਦਾ ਜ਼ਿਕਰ ਆਇਆ ਸਮੁੱਚੀ ਸਿੱਖ ਸੰਗਤ ਤਾਂ ਇਸ ਦਾ ਅਰਥ ਇਹ ਵੀ ਬਣਦਾ ਤੇ ਇੱਕ ਅਰਥ ਇਸ ਦਾ ਇਹ ਵੀ ਆ ਸਿੱਖਾਂ ਦਾ ਸੈਨਿਕ ਸੰਗਠਨ ਇਹਦਾ ਇਸ ਦਾ ਮਤਲਬ ਇਹ ਹੈ ਸਿੱਖ ਸੰਗਤ ਵੀ ਕਹਿ ਸਕਦੇ ਆ ਇਹ ਕੋਈ ਜ਼ਿਆਦਾ ਇੰਪੋਰਟੈਂਟ ਸਵਾਲ ਨਹੀਂ ਵੈਸੇ ਬਣ ਵੀ ਸਕਦਾ ਜੇ ਕਾਰਨ ਕਥਨ ਸਹੀ ਗਲਤ ਪੁੱਛ ਲੈਣ ਨਾ ਤਿੰਨ ਚਾਰ ਕਾਪਾ ਨੂੰ ਕਥਨ ਦੇ ਦੇਣਾ ਉਹਨਾਂ ਵਿੱਚੋਂ ਗਲਤ ਕਿਹੜਾਗਾ ਤਾਂ ਸਵਾਲ ਇਸੇ ਹਿਸਾਬ ਨਾਲ ਬਣ ਸਕਦਾ ਸਤਿਓ ਸਵਾਲ ਨੰਬਰ 13 ਦਲ ਖਾਲਸਾ ਦਾ ਪ੍ਰਧਾਨ ਸੈਨਾਪਤੀ ਕਦੋਂ ਨਿਯੁਕਤ ਕੀਤਾ ਗਿਆ ਸਭੀ ਸਤਿ ਸ੍ਰੀ ਅਕਾਲ ਪਪਾ ਸਵਾਲ ਤੇ ਕਿਹੜੇ ਤੇ ਸੀਗੇ ਪ੍ਰਧਾਨ ਸੈਨਾਪਤੀ ਸਾਰੇ ਸਾਥੀਆਂ ਨੂੰ ਦਗਾ ਕਿ ਜੱਸਾ ਸਿੰਘ ਆਹਲੂ ਵਾਲੀ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਹਰਜੰਤ ਜੀ ਨੇ ਡੇਟ ਵੀ ਦੱਸਦੀ 29 ਮਾਰਚ 1748 ਬਿਲਕੁਲ ਸਹੀ ਹੈ 29 ਮਾਰਚ 1748 ਸਵਾਲ ਨੰਬਰ ਆਪਣਾ 14 ਜੱਸਾ ਸਿੰਘ ਅਹਲੂਵਾਲੀਆ ਨੂੰ ਕਿਸ ਉਪਾਦੀ ਨਾਲ ਸਨਮਾਨਿਤ ਕੀਤਾ ਗਿਆ ਸੀ ਤਾਂ ਇਹ ਪਹਿਲੇ ਸਰਬਜੀਤ ਜੀ ਦੱਸ ਚੁੱਕੇ ਨੇ ਤਾਂ ਦੂਜੇ ਸਾਥੀ ਵੀ ਦੱਸਿਓ ਜੀ ਬਿਲਕੁਲ ਸਹੀ ਜੀ ਸੁਲਤਾਨ ਉਲ ਕੌਮ ਮਨਪ੍ਰੀਤ ਮਨਜੀਤ ਰਜਨੀ ਸਾਰੇ ਸਾਥੀਆਂ ਦਾ ਬਿਲਕੁਲ ਸਹੀ ਸਰਬਤ ਖਾਲਸਾ ਤੋਂ ਤੁਹਾਡਾ ਕੀ ਭਾਵ ਹੈ ਸਾਥਿਓ ਮਨਦੀਪ ਕੌਰ ਜੀ ਸਰਬਜੀਤ ਜੀ ਮਨਜੀਤ ਹੀਰ ਜੀ ਸਾਰੇ ਸਾਥੀਆਂ ਦਾ ਬਿਲਕੁਲ ਸਹੀ ਸਮੂੱਚੀ ਸਿੱਖ ਸੰਗਤ ਸਵਾਲ ਨੰਬਰ ਆਪਣਾ 16 ਬੁੱਢਾ ਦਲ ਦੀ ਅਗਵਾਈ ਕਿਸ ਨੇ ਕੀਤੀ ਬਹੁਤ ਜ਼ਿਆਦਾ ਸੌਖਾ ਸਵਾਲ ਸਾਥਿਓ ਫਟਾਫਟ ਕਮੈਂਟ ਆਉਣੇ ਚਾਹੀਦੇ ਨੇ ਬਿਲਕੁਲ ਸਹੀ ਜੀ ਕਪੂਰ ਸਿੰਘ ਪ੍ਰਦੀਪ ਸਰਬਜੀਤ ਕੌਰ ਕਰਨ ਨਹੀਂ ਜੀ ਬੁੱਢਾ ਦਲ ਦੀ ਅਗਵਾਈ ਕੀਤੀ ਹੈ ਜੀ ਨਵਾਬ ਕਪੂਰ ਸਿੰਘ ਨੇ ਸਵਾਲ ਨੰਬਰ ਆਪਣਾ 17 ਸਰਬਤ ਖਾਲਸਾ ਦੀ ਰਾਏ ਸਲਾਹ ਨਾਲ ਬੁੱਢਾ ਦਲ ਨੂੰ ਇੱਕ ਪਾਸੇ ਰੱਖ ਕੇ ਤਰੁਨਾ ਦਲ ਦੇ ਕਿੰਨੇ ਜਥੇ ਬਣਾ ਦਿੱਤੇ ਸੀ ਇੱਕ ਔਥੈਂਟਿਕ ਕਿਤਾਬ ਜਿਹੜੀ ਮੈਂ ਗੱਲ ਕਰ ਰਿਹਾ ਸੀ ਸਮਸ਼ੇਰ ਸਿੰਘ ਸੋਖ ਦੀ 18ਵੀਂ ਸਦੀ ਦਾ ਇਤਿਹਾਸ ਉਸ ਦੇ ਵਿੱਚ ਇਹ ਲਿਖਿਆ ਮਿਲਦਾ ਹੈਗਾ ਕਿ ਬੁੱਢਾ ਦਲ ਨੂੰ ਇੱਕ ਪਾਸੇ ਰੱਖਿਆ ਤੇ ਤਰਨਾ ਦਲ ਨੂੰ ਸਾਥਿਓ ਸਰਪਜੀਤ ਕੌਰ ਦਾ ਬਿਲਕੁਲ ਸਹੀ ਹੈਗਾ ਪੰਜ ਜਥਿਆਂ ਦੇ ਵਿੱਚ ਵੰਡਿਆ ਸੀਗਾ ਪੰਜ ਜਥੇ ਸੀਗੇ ਸਾਥਿਓ ਸਵਾਲ ਨੰਬਰ ਆਪਣਾ 18 ਦਾਲ ਨੂੰ ਅੱਗੋਂ ਪੰਜ ਜਥਿਆਂ ਵਿੱਚ ਵੰਡ ਦਿੱਤਾ ਗਿਆ ਸੀ ਜਿਨ੍ਹਾਂ ਦੇ ਅੰਮ੍ਰਿਤਸਰ ਵਿਖੇ ਵੱਖ-ਵੱਖ ਥਾਵਾਂ ਤੇ ਕੇਂਦਰ ਕਿਹੜੇ-ਕਿਹੜੇ ਸੀਗੇ ਤਾਂ ਆਪਾਂ ਸਿੱਧੇ ਕੇਂਦਰ ਦੱਸਾਂਗੇ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਆਰਾਮ ਸਰ, ਵਿਵੇਕ ਸਰ, ਲక్ష్మణ ਸਰ, ਕੌਲ ਸਰ, ਸੰਤੋਖ ਸਰ ਇਹ ਕੇਂਦਰ ਰਹੇ ਨੇ ਪੰਜ ਜਥਿਆਂ ਦੇ ਤੇ ਪੰਜ ਜਥਿਆਂ ਦੇ ਨੇਤਾ ਕੌਣ-ਕੌਣ ਸਨ ਤਾਂ ਹੁਣ ਇਹ ਵੀ ਆਪਾਂ ਦੱਸਦਣੇ ਆਗੇ ਦੀਪ ਸਿੰਘ ਕਰਮ ਸਿੰਘ ਧਰਮ ਸਿੰਘ ਕਾਣ ਸਿੰਘ ਤੇ ਬినੋਦ ਸਿੰਘ ਸੌਦਾ ਸਿੰਘ ਵੀਰੂ ਸਿੰਘ ਤੇ ਜੀਵਨ ਸਿੰਘ ਇਹ ਆਪਾਂ ਰਿਵੀਜ਼ਨ ਲਈ ਦੋਸਵਾਲ ਪਾਤੇ ਸੀਗੇ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਾਰਨ ਕਥਨ ਦਾ ਸਵਾਲ ਬਣਾ ਕੇ ਨਾ ਪੁੱਛ ਲਿਆ ਜਾ ਸਕਦਾ ਕਿ ਪੰਜ ਜਥਿਆਂ ਦੇ ਨੇਤਾ ਕਿਹੜੇ-ਕਿਹੜੇ ਸੀਗੇ ਇੱਕ ਨਈ ਇੱਕ ਹੋਰ ਬੰਦਾ ਪਾ ਦਿੱਤਾ ਜਾਂਦਾ ਹੁੰਦਾ ਕਈ ਵਾਰੀ ਆਪਣਾ ਹੈਗਾ ਬੀਮਾ ਹੁਣ ਆਪਾਂ ਇਕੱਲੇ ਇਕੱਲੇ ਜਥੇ ਤੇ ਇਹ ਸਵਾਲ ਬਣਾਏ ਆਪਾਂ ਸ਼ਮਸ਼ੇਰ ਸਿੰਘ ਦੀ ਕਿਤਾਬ 18ਵੀਂ ਸਦੀ ਦਾ ਇਤਿਹਾਸ ਪਹਿਲਾ ਜਥਾ ਸ਼ਹੀਦਾਂ ਦੇ ਵਿੱਚ ਜਿਹੜਾ ਕੌਣ ਸਾਮਰ ਸੀ ਪਹਿਲੇ ਜਥੇ ਦੇ ਵਿੱਚ ਹੁਣ ਜਿਹੜਾ ਪਹਿਲਾ ਜਥਾ ਸੀ ਉਹ ਸ਼ਹੀਦਾਂ ਦਾ ਸੀਗਾ ਤਾਂ ਉਸ ਦੇ ਵਿੱਚ ਕੌਣ ਸਾਮਰ ਸੀ ਉਹਨਾਂ ਕੌਣ ਆਗੂ ਸੀਗਾ ਇਹ ਦੱਸੋ ਸਾਥਿਓ ਬਿਲਕੁਲ ਸਹੀ ਸਾਥਿਓ ਅ ਮਨ ਮਨਪ੍ਰੀਤ ਕੌਰ ਜੀ ਪ੍ਰਦੀਪ ਕਰਨ ਪੱਟੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਤੇ ਨੱਥਾ ਸਿੰਘ ਵੀ ਨਾਲ ਨੋਟ ਕਰ ਲਓ ਸਕਰੀਨ ਸ਼ਾਟ ਲੈ ਸਕਦੇ ਹਾਂ ਸ਼ਹੀਦਾਂ ਦੇ ਜੱਥੇ ਦਾ ਬਾਬਾ ਦੀਪ ਸਿੰਘ ਤੇ ਨੱਥਾ ਸਿੰਘ ਜੀ ਹੋਰ ਇਸ ਵਿੱਚ ਸ਼ਾਮਲ ਸਨ ਸਵਾਲ ਨੰਬਰ ਆਪਣਾ 21 ਦੂਜਾ ਜੱਥਾ ਅੰਮ੍ਰਿਤਸਰੀਆਂ ਦਾ ਸੀਗਾ ਤਾਂ ਅੰਮ੍ਰਿਤਸਰੀਆਂ ਦੇ ਜੱਥੇ ਦਾ ਮੋਢੀ ਕੌਣ ਸੀ ਬਿਲਕੁਲ ਸਹੀ ਸਰਬਜੀਤੀ 1757 ਦੇ ਵਿੱਚ ਬਾਬਾ ਦੀਪ ਸਿੰਘ ਜੀ ਡੈਥ ਹੁੰਦੀ ਹੈਗੀ ਤਾਂ ਫਿਰ ਦੂਜੇ ਜੱਥੇ ਦੇ ਮੋਢੀ ਪੁੱਛਿਆਗਾ ਅੰਮ੍ਰਿਤਸਰੀਆਂ ਦਾ ਜੱਥਾ ਸੀ ਦੂਜਾ ਤੇ ਇਹ ਭਾਸ਼ਾ ਵਿਭਾਗ ਦੁਆਰਾ ਛਾਪੀ ਗਈ ਕਿਤਾਬ ਆ 18ਵੀਂ ਸਦੀ ਦਾ ਇਤਿਹਾਸ ਸੰਸੇਰ ਸਿੰਘ ਅਸ਼ੋਕ ਇਤਿਹਾਸਕਾਰ ਨੇ ਉਹਨਾਂ ਦੀ ਲਿਖੀ ਹੋਈ ਆ ਤਾਂ ਦੂਜਾ ਜੱਥਾ ਅਮਰਤਸਰੀਆਂ ਦਾ ਸੀ ਤੇ ਇਸ ਦਾ ਮੋਢੀ ਸੀ ਭਾਈ ਪ੍ਰੇਮ ਸਿੰਘ ਤੇ ਧਰਮ ਸਿੰਘ ਖੜੀ ਇਹ ਤੁਸੀਂ ਨੋਟ ਕਰ ਸਕਦੇ ਹੋ ਦੂਜਾ ਜੱਥਾ ਅਮਰਤਸਰੀਆਂ ਦਾ ਸੀ ਜਿਨ੍ਹਾਂ ਦੇ ਮੋਢੀ ਭਾਈ ਪ੍ਰੇਮ ਸਿੰਘ ਤੇ ਧਰਮ ਸਿੰਘ ਖੜੀ ਸਨ ਸਵਾਲ ਨੰਬਰ ਆਪਣਾ 22 ਤੀਜਾ ਜੱਥਾ ਡੱਲੇ ਵਾਲਿਆਂ ਦਾ ਸੀਗਾ ਤੇ ਇਹਦੇ ਵਿੱਚ ਸ਼ਾਮਲ ਕੌਣ-ਕੌਣ ਸੀਗੇ ਨਾਲ ਨਾਲ ਤੁਸੀਂ ਨੋਟ ਵੀ ਕਰ ਸਕਦੇ ਹੋ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਤਾਂ ਬਿਲਕੁਲ ਸਹੀ ਜੀ ਸਰਪਜੀਤ ਜੀ ਦਾ ਗੁਲਾਬ ਸਿੰਘ ਦੂਜੇ ਵੀ ਸਾਥੀ ਜਵਾਬ ਦਿਓ ਜੀ ਗੁਲਾਬ ਸਿੰਘ ਵੀ ਸੀਗੇ ਤਾਂ ਇਹਦੇ ਵਿੱਚ ਦਸੌਦਾ ਸਿੰਘ ਫਤੇ ਸਿੰਘ ਕਰਮ ਸਿੰਘ ਡੱਲਾ ਨਿਵਾਸੀ ਸੀਗੇ ਇਹ ਸਕਰੀਨ ਸ਼ਾਟ ਲੈ ਲਓ ਸਾਥੀਓ ਡੱਲੇ ਵਾਲੀ ਜਥੇ ਦੇ ਜਿਹੜੇ ਮੋਢੀ ਸ਼ੁਰੂਆਤੀ ਜਿਹੜੇ ਸੀਗੇ ਬੰਦੇ ਸ਼ਾਮਲ ਸੀ ਜਿਹੜੇ-ਜਿਹੜੇ ਵਿਦਵਾਨ ਸੀਗੇ ਦਸੌਦਾ ਸਿੰਘ ਫਤੇਹ ਸਿੰਘ ਕਰਮ ਸਿੰਘ ਤੇ ਡੱਲਾ ਪਿੰਡ ਦੇ ਸੀਗੇ ਇਹ ਅਗਲਾ ਸਵਾਲ ਆਪਣਾ ਹੈਗਾ 23 ਚੌਥਾ ਜਥਾ ਕਿਹੜਾ ਸੀਗਾ ਕਾਨ ਸਿੰਘ ਤਾਂ ਚੌਥੇ ਜਥੇ ਕਾਨ ਸਿੰਘ ਵਿੱਚ ਕੌਣ ਸ਼ਾਮਲ ਸੀ ਇਹ ਵੀ ਤੁਸੀਂ ਨਾਲ ਨੋਟ ਕਰਿਓ ਸਾਥਿਓ ਤੇ ਸਕਰੀਨਸ਼ਾਟ ਲੈ ਸਕਦੇ ਹੋ ਚੌਥਾ ਜਥਾ ਕਾਨ ਸਿੰਘ ਇਸ ਵਿੱਚ ਸ਼ਾਮਲ ਸੀ ਬਾਬਾ ਮੀਰੀ ਸਿੰਘ ਭੱਲਾ ਹਰੀ ਸਿੰਘ ਬੱਗਾ ਸਿੰਘ ਹੱਲੋ ਬਾਲਿਆ ਇਹ ਸਾਰੇ ਇਸ ਦੇ ਪ੍ਰਧਾਨ ਰਏ ਆ ਬਾਬਾ ਮੀਰੀ ਸਿੰਘ ਭੱਲਾ ਹਰੀ ਸਿੰਘ ਬੱਗਾ ਸਿੰਘ ਹੱਲੋ ਇਹ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸਾਥਿਓ ਇਹ ਅਗਲਾ ਸਵਾਲ ਆਪਣਾ ਹੈਗਾ 24ਵਾਂ ਪੰਜਵਾਂ ਜੱਥਾ ਰਵਿਦਾਸ ਗਏ ਜਾਂ ਮੱਜੀ ਸਿੰਘਾਂ ਦਾ ਵਿੱਚ ਕੌਣ ਸਾਮਣ ਸੀ ਤਾਂ ਇਹ ਲਾਈਨ ਆਪਾਂ ਬਿਲਕੁਲ ਡਿੱਟੋ ਲਈ ਹੈਗੀ 18ਵੀਂ ਸਦੀ ਦਾ ਇਤਿਹਾਸ ਹਮਸ਼ੇਰ ਸਿੰਘ ਅਸ਼ੋਕ ਜੋ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਛਾਪੀ ਗਈ ਹੈ ਸਰਕਾਰੀ ਅਦਾਰੇ ਵੱਲੋਂ ਤਾਂ ਪੰਜਵੇਂ ਜੱਥੇ ਦਾ ਜਥੇ ਵਿੱਚ ਕੌਣ ਕੌਣ ਸ਼ਾਮਲ ਸੀ ਪੰਜ ਜਥੇ بنائے ਸੀਗੇ ਤਰਨਾਦਲ ਦੇ ਤਾਂ ਪੰਜੇ ਜਥਿਆਂ ਦੇ ਸ਼ੁਰੂਆਤੀ ਮੈਂਬਰਾਂ ਦੇ ਜਾਂ ਸ਼ੁਰੂਆਤੀ ਪ੍ਰਧਾਨਾਂ ਦੇ ਮੋਟੀਆਂ ਦੇ ਨਾਂ ਦੱਸਿਆਗੇ ਇਹੇ ਤੁਸੀਂ ਨੋਟ ਕਰ ਲਿਓ ਪੁੱਛੇ ਜਾ ਸਕਦੇ ਨੇ ਤਾਂ ਪੰਜਵੇਂ ਜਥੇ ਦੇ ਵਿੱਚ ਬਾਬਾ ਵੀਰ ਸਿੰਘ ਜੌਨ ਸਿੰਘ ਮਦਨ ਸਿੰਘ ਇਹ ਸ਼ਾਮਲ ਸੀਗੇ スクリーンショット ਲੈ ਸਕਦੇ ਹਾਂ ਸਾਥਿਓ ਸਵਾਲ ਨੰਬਰ ਆਪਣਾ 25 ਸਿੱਖ ਜਥਿਆਂ ਦਾ ਪੁਨਰਗਠਨ ਕਦੋਂ ਕੀਤਾ ਗਿਆ ਸੀ ਬਿਲਕੁਲ ਕਰ ਦਾਂਗੇ ਜੀ ਟੈਲੀਗ੍ਰਾਮ ਤੇ ਜਥਾ ਜਿਹੜਾ ਚਾਰਟ ਆ ਸੈਂਡ ਕਰ ਦਾਂਗੇ ਆਵਾਜ਼ ਜੀ ਫੋਟੋ ਪੇਜ ਲਾਂਗੇ ਕਿਤਾਬ ਦੇ ਵਿੱਚੋਂ ਡੀ ਜੇ ਐਸ ਪਲੇ ਲਿਸਟ ਚ ਵੀਡੀਓ ਕਿਉਂ ਨਹੀਂ ਮਿਲ ਰਹੀਆਂ ਜੀ ਕਿਹੜੀ ਵੀਡੀਓ ਚਾਹੀਦੀ ਆ ਤੁਹਾਨੂੰ ਬਾਅਦ ਦੇ ਵਿੱਚ ਜਰੂਰ ਦੱਸ ਜਾ ਹਿੰਟ ਦੇ ਵੀਡੀਓ ਦੇ ਆਪਾਂ ਦੱਸ ਦਾਂਗੇ ਸਾਰਾ ਸੋਲੂਸ਼ਨ ਇਸ ਦਾ ਤਾਂ ਸਾਥੀਆਂ ਦਾ ਅਲੱਗ-ਅਲੱਗ ਜਵਾਬ ਆਉਂਦਾ ਸਿੱਖ ਜਥਿਆਂ ਦਾ ਪੁਨਰਗਠਨ ਕੀਤਾ ਗਿਆ ਸੀ ਸਾਥੀਓ ਜੁਲਾਈ 1745 ਨੂੰ ਸਵਾਲ ਨੰਬਰ 26 65 ਜਥਿਆਂ ਨੂੰ ਸਿੱਖ ਜਥਿਆਂ ਨੂੰ ਕਿੰਨੀਆਂ ਮੁੱਖ ਇਕਾਈਆਂ अथवा ਜਥਿਆਂ ਵਿੱਚ ਸੰਗਠਿਤ ਕਰ ਦਿੱਤਾ ਸੀ ਉਨੇ ਥੋੜਾ ਤੁਸੀਂ ਧਿਆਨ ਰੱਖਣਾ ਕਨਫਿਊਜ਼ ਨਹੀਂ ਹੋਣਾ ਤਰਨਾ ਦਲ ਨੂੰ ਪੰਜ ਜਥਿਆਂ ਵਿੱਚ ਵੰਡਿਆ ਸੀ ਅੱਗੇ ਫਿਰ 65 ਜਥੇ ਬਣ ਗਏ ਸੀ 65 ਜਥਿਆਂ ਨੂੰ ਫਿਰ ਇਕਾਈਆਂ ਦੇ ਵਿੱਚ ਸੰਗਠਿਤ ਕੀਤਾ ਸੀ ਬਿਲਕੁਲ ਸਹੀ ਜੀ ਮਨਜੀਤ ਜੀ ਦਾ ਤੇ ਕਰਨ ਪੱਟੀ ਜੀ ਦਾ ਪ੍ਰਦੀਪ ਜੀ ਦਾ 12 ਜਥਿਆਂ ਦੇ ਵਿੱਚ ਬਾਅਦ ਵਿੱਚ 65 ਨੂੰ 12 ਜਥਿਆਂ ਵਿੱਚ ਕੀਤਾ ਪਰ ਇੱਕ ਗੱਲ ਹੋਰ ਨੋਟ ਰੱਖਿਓ ਸਾਥਿਓ ਇਹ 65 ਜਥਿਆਂ ਨੂੰ 12 ਜਥੇ ਕਈ ਕਿਤਾਬਾਂ 'ਚ ਮਿਲਦਾ ਹੈ ਜੇ ਤੁਸੀਂ ਆਬਜੈਕਸ਼ਨ ਲਾਉਣੀ ਹੈਗੀ ਸਰਕਾਰੀ ਕਿਤਾਬ ਦੇ ਅਨੁਸਾਰ ਜਿਵੇਂ ਸਮਸ਼ੇਰ ਸਿੰਘ ਸ਼ੋਕਰੀ ਇੱਕ ਸਰਕਾਰੀ ਕਿਤਾਬ ਬਣ ਗਈ ਜਿਹੜੋ ਪੰਜਾਬ ਭਾਸ਼ਾ ਵਿਭਾਗ ਵੱਲੋਂ ਛਾਪੀ ਗਈ ਆ ਭਾਸ਼ਾ ਵਿਭਾਗ ਪੰਜਾਬ ਵੱਲੋਂ ਤਾਂ ਉਸ ਦੇ ਵਿੱਚ ਇਹ ਜਥਿਆਂ ਦੀ ਗਿਣਤੀ 11 ਦਿੱਤੀ ਆ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਦੇ ਵਿੱਚ ਵੀ ਮੈਨੂੰ ਲੱਗਦਾ 11 ਆ ਪਰ ਆਪਾਂ ਜੇ ਸਰਕਾਰੀ ਕਿਤਾਬ ਦੇ ਹਿਸਾਬ ਨਾਲ 11 ਜਥੇ ਦਿੱਤੇ ਹੈਗਾ ਇਹ ਆਪਾਂ ਆਬਜੈਕਸ਼ਨ ਲਾ ਸਕਦੇ ਹਾਂ 11 ਜਥਿਆਂ ਦੇ ਹਿਸਾਬ ਨਾਲ ਤਾਂ 11 ਜੱਥਿਆਂ ਦਾ ਵੀ ਸਾਰਾ ਸਹੀ ਹੈ ਸਾਥੀਆਂ ਦਾ ਹੁਣ ਐਗਜ਼ਾਮੀਨਰ ਇਹ ਜਿਆ ਜਿਹੜਾ ਕਨਫਿਊਜ਼ਨ ਵਾਲਾ ਹੁੰਦਾ ਨਾ ਉਹਨੂੰ ਸਵਾਲ ਬਣਾਉਣ ਤੇ ਥੋੜੀ ਜਿਹੀ ਦਿੱਕਤ ਹੁੰਦੀ ਹੈ 11 ਜੱਥੇ ਤੁਸੀਂ ਇਹਨੂੰ 11 ਹੀ ਯਾਦ ਰੱਖਿਓ ਸਾਥੀਓ ਠੀਕ ਹੈ 11 ਯਾਦ ਰੱਖਣਾ 11 ਜੱਥਿਆਂ 65 ਨੂੰ 11 ਦੇ ਵਿੱਚ ਕਰ ਲਿਆ ਸੀ 12 12ਵਾਂ ਬਾਅਦ ਚ ਜੁੜਦਾ ਉਹਦੇ ਵਿੱਚ 12ਵਾਂ ਦਾ ਵੈਸੇ ਬਾਹਰ ਹੀ ਰਿਹਾਗਾ ਕੌਣ ਸੀਗਾ ਤੁਸੀਂ ਦੱਸ ਸਕਦੇ ਹੋ ਜਿਹੜਾ ਇਹਨਾਂ ਵਿੱਚ ਸ਼ਾਮਲ ਨਹੀਂ ਹੋਇਆ ਸੀ 12ਵਾਂ ਸੀ ਜਿਹੜਾ ਅਬਦਾਲੀ ਨਾਲ ਵੀ ਸਮਝੌਤਾ ਕਰ ਲਿਆ ਸੀਗਾ ਵੱਡੇ ਘੱਲੂ ਕਰੇ ਤੋਂ ਬਾਅਦ ਉਸੋ ਜੱਥੇ ਨੇ ਉਸੋ ਮਿਸਲ ਨੇ ਉਹ ਵਿਚੇ ਨੇ ਸੰਭਲੇ ਨਹੀਂ ਹੋਇਆ 11 ਜੱਥੇ ਸਹੀ ਆਊਗਾ ਆ 11 ਜੱਥੇ ਕਰਿਓ ਠੀਕ ਹੈ ਸਕਦੇ ਹੋ ਤੇ 27ਵਾਂ ਸਵਾਲ ਆਪਣਾ ਆਹਲੂ ਵਾਲੀਆ ਜੱਥੇ ਦਾ ਨੇਤਾ ਕੌਣ ਸੀ ਸਾਰੇ ਸਾਥੀਆਂ ਦਾ ਬਿਲਕੁਲ ਸਹੀ ਜੱਸਾ ਸਿੰਘ ਆਹਲੂ ਵਾਲੀਆ ਜੋ ਕਿ ਦਲ ਖਾਲਸਾ ਦਾ ਪ੍ਰਧਾਨ ਸੈਨਾਪਤੀ ਵੀ ਸੀਗਾ ਸਵਾਲ ਨੰਬਰ 28 ਫੈਜ਼ਲਪੁਰੀਆ ਜੱਥੇ ਦਾ ਨੇਤਾ ਕੌਣ ਸੀ ਬਿਲਕੁਲ ਸਹੀ ਜੀ ਸਾਰੇ ਸਾਥੀਆਂ ਦਾ ਮਨਪ੍ਰੀਤ ਕੌਰ ਕਰਨ ਪੱਟੀ ਡੀ ਜੇ ਐਸ ਫੈਜਲਪੁਰਿਆ ਜੱਥੇ ਦਾ ਨੇਤਾ ਸੀਗਾ ਸਾਥਿਓ ਫੈਜਲਪੁਰ ਪਿੰਡ ਦਾ ਵਸਨੀਕ ਨਵਾਬ ਕਪੂਰ ਸਿੰਘ ਸਵਾਲ ਪੁੱਛਿਆ ਜਾ ਸਕਦਾ ਹੈਗਾ ਕਿ ਫੈਜਲਪੁਰਿਆ ਮਿਸਲ ਦਾ ਨਾਮ ਕਿਉਂ ਪਿਆ ਕਿਉਂਕਿ ਇਹ ਪਿੰਡ ਹੈਗਾ ਫੈਜਲਪੁਰ ਉਸ ਦੇ ਨਾਮ ਤੇ ਨਾਮ ਪਿਆ ਸੀਗਾ ਸਵਾਲ ਨੰਬਰ 29 ਸ਼ੁਕਰ ਚੱਕੀਆ ਜੱਥੇ ਦਾ ਨੇਤਾ ਕੌਣ ਸੀ ਸਵਾਲ ਨੰਬਰ 29 ਵੀਾ ਸ਼ੁਕਰ ਚੱਕਿਆ ਜਿੱਥੇ ਦਾ ਨੇਤਾ ਸਾਥੀਓ ਸ਼ੁਕਰ ਚੱਕਿਆ ਪਿੰਡ ਤੇ ਸ਼ੁਕਰ ਚੱਕ ਪਿੰਡ ਜ਼ਿਲ੍ਹਾ ਗੁਜਰਵਾਲਾ ਦੇ ਵਿੱਚ ਪਾਕਿਸਤਾਨ ਵਿੱਚ ਪੈਂਦਾ ਤੇ ਨੌਦ ਸਿੰਘ ਅਤੇ ਉਸ ਤੋਂ ਪਿੱਛੋਂ ਚੜਤ ਸਿੰਘ ਇਹਦੇ ਨੇਤਾ ਰਹੇ ਨੇ ਨੇਤਾ ਪੁੱਛੇ ਨੇ ਮੋਢੀ ਨਹੀਂ ਪੁੱਛਿਆ ਇੱਥੇ ਧਿਆਨ ਰੱਖਣਾ ਠੀਕ ਹੈ ਨੇਤਾ ਕੌਣ ਕੌਣ ਸੀ ਸ਼ੁਰੂਆਤੀ ਨੇਤਾ ਨੌਦ ਸਿੰਘ ਤੇ ਉਹਦੇ ਪਿੱਛੋਂ ਚੜਤ ਸਿੰਘ ਸੀ ਹੁਣ ਜੱਥੇ ਪੁੱਛਿਆ ਸਪੈਸ਼ਲ ਮਿਸਲ ਨਹੀਂ ਸ਼ਬਦ ਵਰਤਿਆ ਇੱਥੇ ਜੱਥਾ ਠੀਕ ਹੈ ਸਵਾਲ ਨੰਬਰ 30 ਨਿਸਾਨ ਵਾਲਿਆ ਜੱਥੇ ਦਾ ਨੇਤਾ ਕੌਣ ਸੀ 3 ਨੰਬਰ ਸਵਾਲ ਦਾ ਉੱਤਰ ਦਿਓ ਜੀ ਨਿਸਾਨ ਵਾਲਿਆ ਬਿਲਕੁਲ ਸਹੀ ਜੀ ਬਾਬਾ ਦੀਪ ਸਿੰਘ ਮਨਦੀਪ ਕੌਰ ਜੀ ਡਿਸੈਂਟ ਕੌਰ ਜੀ ਦਸੌਦਾ ਸਿੰਘ ਕਹਿ ਰਹੇ ਨੇ ਤਾਂ ਨੇਤਾ ਕੌਣ ਸੀ ਦੀਪ ਸਿੰਘ ਵੀ ਸੀਗੇ ਨਿਸ਼ਾਨ ਵਾਲੀਆ ਦੇ ਤੇ ਦਸੌਦਾ ਸਿੰਘ ਵੀ ਸੀਗੇ ਸੌਰੀ ਸਾਥੀਓ ਜਿਹੜੇ ਬਾਬਾ ਦੀਪ ਸਿੰਘ ਆ ਉਹ ਸ਼ਹੀਦ ਮਿਸਲ ਦੇ ਸੀਗੇ ਸ਼ਹੀਦ ਜੱਥੇ ਦੇ ਤੇ ਜਿਹੜੇ ਨਿਸ਼ਾਨ ਵਾਲੀਆ ਜੱਥੇ ਦੇ ਸੀਗੇ ਉਹ ਉਹ ਸੀਗੇ ਦਸੌਦਾ ਸਿੰਘ ਡੀਸੈਂਡ ਕੌਰ ਦਾ ਸਭ ਤੋਂ ਪਹਿਲਾਂ ਸਹੀ ਆਇਆ ਦਾਲ ਖਾਲਚਾ ਦਾ ਨਿਸ਼ਾਨ ਝੰਡਾ ਉਠਾ ਕੇ ਤੁਰਦੇ ਸੀ ਇਸ ਕਰਕੇ ਇਸ ਨਾਲ ਨਿਸ਼ਾਨ ਵਾਲੀਆਂ ਪੈ ਗਿਆ ਉਹ ਨਿਸ਼ਾਨ ਲੈ ਕੇ ਤੁਰਦੇ ਸੀਗੇ ਸਵਾਲ ਨੰਬਰ ਆਪਣਾ 31 ਪੰਗੀ ਜੱਥਾ ਜਾਂ ਪੰਗੀ ਜੱਥੇ ਦਾ ਨੇਤਾ ਕੌਣ-ਕੌਣ ਸੀ ਦਾ ਸਾਰੇ ਸਾਥੀਆਂ ਨੂੰ ਪਤਾ ਤੁਹਾਨੂੰ ਨੇਤਾ ਵੀ ਪਤਾ ਹੋਣਾ ਚਾਹੀਦੇ ਨੇ ਚਾਰ ਨੇਤਾ ਦੇ ਕੇ ਇੱਕ ਨੇਤਾ ਤੁਹਾਨੂੰ ਹੋਰ ਮਿਸਲ ਦਾ ਦੇ ਦੇਣਗੇ ਤਾਂ ਚਾਰੇ ਨੇਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਗੀ ਜੱਥੇ ਦੇ ਕਿਹੜੇ-ਕਿਹੜੇ ਨੇਤਾ ਰਯਾ ਹਰੀ ਸਿੰਘ ਬਿਲਕੁਲ ਸਹੀ ਜੀ ਸਾਫ ਸਿੰਘ ਕਰਨਪੱਟੀ ਦਾ ਤੇ ਹਰੀ ਸਿੰਘ ਬਿਲਕੁਲ ਸਹੀ ਆ ਇੱਕ ਭੂਮਾ ਸਿੰਘ ਯਾਦ ਰੱਖਿਓ ਪਹਿਲਾਂ ਭੂਮਾ ਸਿੰਘ ਇਹਦਾ ਨੇਤਾ ਸੀ ਉਸ ਤੋਂ ਬਾਅਦ ਹਰੀ ਸਿੰਘ ਬਣਿਆ ਨੇਤਾ ਪੁੱਛ ਰਹੇ ਆ ਆਪਾਂ ਨੇਤਾ ਨੋਟ ਰੱਖਣਾ ਜਿਹੜੇ ਸ਼ਬਦਾਂ ਨੂੰ ਸਮਝਣਾ ਹੁੰਦਾ ਸ਼ਬਦ ਕੀ ਕਹਿ ਰਹੇ ਨੇ ਸਵਾਲ ਦੇ ਸਵਾਲਾਂ ਦੇ ਵਿੱਚ ਵੀ ਕਈ ਵਾਰੀ ਜਵਾਬ ਪਿਆ ਹੁੰਦਾ ਸਵਾਲ ਨੰਬਰ 32 ਕਨਈਆ ਜੱਥੇ ਦਾ ਨੇਤਾ ਕੌਣ ਸੀ ਬਿਲਕੁਲ ਸਹੀ ਮਨਦੀਪ ਜੀ ਜੈ ਸਿੰਘ ਕਾਨਾ ਪਿੰਡ ਕਾਨਾ ਪਿੰਡ ਤੋਂ ਇਹਦਾ ਨਾਮ ਪਿਆ ਕਨਈਆ ਤੇ ਕਾਨਾ ਪਿੰਡ ਹੈ ਕਿੱਥੇ ਪੁੱਛਿਆ ਜਾ ਸਕਦਾ ਲਾਹੌਰ ਦੇ ਵਿੱਚ ਤੇ ਲਾਹੌਰ ਦੇ ਰਹਿਣ ਵਾਲਾ ਜੈ ਸਿੰਘ ਇਸ ਜੱਥੇ ਦਾ ਮੋਢੀ ਰਹਾਗਾ ਕਾਨਾ ਪਿੰਡ ਤੋਂ ਇਸਦਾ ਨਾਮ ਪਿਆ ਕਨਈਆ ਇੱਕ ਸਾਥਿਓ ਨੋਟ ਰੱਖਣਾ ਜੀ ਮਿਸਲਾਂ ਨੇ ਮਿਸਲਾਂ ਦਾ ਕਿਸੇ ਦਾ ਨਾਮ ਵੀ ਗੋਤ ਤੇ ਨਹੀਂ ਪਿਆ ਮਿਸਲਾਂ ਦਾ ਨਾਮ ਜਾਂ ਤਾਂ ਮਿਸਲ ਦੇ ਨੇਤਾ ਦੇ ਨਾਮ ਤੇ ਪਿਆ ਜਾਂ ਪਿੰਡ ਦੇ ਨਾਮ ਤੇ ਜਿਹੜਾ ਪਿੰਡ ਦਾ ਪਿੰਡ ਹੈਗਾ ਨੇਤਾ ਦਾ ਠੀਕ ਹੈ ਸਵਾਲ ਨੰਬਰ 33 ਨਕਈ ਜੱਥੇ ਦਾ ਨੇਤਾ ਕੌਣ ਸੀ ਤਾ ਸਾਥਿਓ ਨਕਈ ਦਾ ਹੀਰਾ ਸਿੰਘ ਸੀਗਾ ਨੋਟ ਕਰ ਲੋ ਹੀਰਾ ਸਿੰਘ ਨਕਈ ਜੱਥੇ ਦਾ ਨੇਤਾ ਸੀ ਸਵਾਲ ਨੰਬਰ 34 ਡੱਲੇ ਵਾਲੀਆ ਜੱਥੇ ਦਾ ਨੇਤਾ ਕੌਣ ਸੀ ਤਾਂ ਇਹ ਵੀ ਨੇਤਾ ਆਪਾਂ ਗੱਲ ਕਰ ਚੁੱਕੇ ਹਾਂ ਡੱਲੇ ਵਾਲੀ ਪਿੰਡ ਦਾ ਗੁਲਾਬ ਸਿੰਘ ਸੀਗਾ ਤੇ ਡੱਲੇ ਵਾਲੀ ਮਿਸਲ ਨਾਮ ਕਿਉਂ ਪਿਆ ਕਿਉਂਕਿ ਡੱਲੇ ਵਾਲੀ ਪਿੰਡ ਤੋਂ ਪਿਆ ਡੱਲੇ ਵਾਲਿਆ ਪਿੰਡ ਕਿੱਥੇ ਆਗਾ ਤਾਂ ਡੇਰਾ ਬਾਬਾ ਨਾਨਕ ਦੇ ਕੋਲ ਆ ਸਵਾਲ ਨੰਬਰ 35 ਸੀ ਜੱਥੇ ਦਾ ਨੇਤਾ ਕੌਣ ਸੀ ਜੱਥੇਦਾਰ ਦੀਪ ਸਿੰਘ ਸਾਰੇ ਸਾਥੀਆਂ ਨੂੰ ਪਤਾ ਹੈ ਇਹ ਸਵਾਲ ਨੰਬਰ 61 ਕਰੋੜ ਸਿੰਘ ਜੱਥੇ ਦਾ ਨੇਤਾ ਕੌਣ-ਕੌਣ ਸੀ ਤਾਂ ਇਹ ਥੋੜੀ ਰਿਵੀਜ਼ਨ ਲਈ ਆਪਾਂ ਸਵਾਲ ਲੈ ਇੱਕ ਉਸਕੀਤਾ ਕਰੋੜ ਸਿੰਘ ਸੀ ਦੇਸ਼ ਦੇ ਨਾਮ ਤੇ ਇਸ ਜੱਥੇ ਦਾ ਨਾਮ ਪਿਆ ਸਵਾਲ ਨੰਬਰ 37 ਆਨੰਦ ਸਿੰਘ ਜੱਥਾ ਜਿਸ ਦਾ ਨਾਮ ਬਾਅਦ ਵਿੱਚ ਰਾਮਗੜੀਆ ਪੈ ਗਿਆ ਹੁਣ ਤੁਸੀਂ ਇਹ ਯਾਦ ਰੱਖਣਾ ਇਹ ਲਾਈਨ ਦੇ ਵਿੱਚ ਸਵਾਲ ਬਣ ਸਕਦਾ ਕਿ ਰਾਮ ਗੜੀਆ ਜੱਥੇ ਦਾ ਨਾਮ ਪਹਿਲਾਂ ਕੀ ਸੀ ਅਨੰਦ ਸਿੰਘ ਜੱਥਾ ਤੇ ਅਨੰਦ ਸਿੰਘ ਜੱਥੇ ਦਾ ਨਾਮ ਬਾਅਦ ਵਿੱਚ ਕੀ ਪਿਆ ਰਾਮ ਗੜੀਆ ਤਾਂ ਰਾਮ ਗੜੀਆ ਦਾ ਸੂਪਰ ਪ੍ਰਸਿੱਧ ਨੇਤਾ ਕੌਣ ਸੀ ਰਾਸ਼ਟਰ ਨੇਤਾ ਸਾਰੇ ਸਾਥਿਓ ਨੂੰ ਪਤਾ ਹੋਣਾ ਚਾਹੀਦਾ ਜੱਸਾ ਸਿੰਘ ਸੁਪਰ ਸਿੱਧੇ ਨੇਤਾ ਜੱਸਾ ਸਿੰਘ ਰਾਮਗੜੀ ਅਸੀਂ ਸਾਥਿਓ ਸਵਾਲ ਨੰਬਰ ਆਪਣਾ ਹੈਗਾ 38 ਜੱਸਾ ਸਿੰਘ ਅਹਲੂਵਾਲੀਆ ਕਦੋਂ ਕਾਲ ਚਲਾਣਾ ਕਰ ਗਏ ਸੀ ਦੇਸ਼ਦੀਪਕ ਜੀ ਦਾ ਉੱਤਰ ਆਉਂਦਾ ਸਰਬਜੀਤ ਜੀ ਦਾ ਰਿਸੈਂਟ ਕੌਰ ਜੀ ਤਾਂ ਉਹ ਕਰਗੇ ਸੀਗੇ 1783 1783 ਸਾਲ ਨੰਬਰ ਆਪਣਾ ਹੈਗਾ 39 ਜੱਸਾ ਸਿੰਘ ਰਾਮਗੜੀਆ ਕਦੋਂ ਅਕਾਲ ਚਲਾਣਾ ਕਰਕੇ ਸੀ ਪਹਿਲਾਂ ਆਪਾਂ ਆਲੂ ਵਾਲੀਆ ਪੁੱਛਿਆ 1783 ਦੇ ਵਿੱਚ ਕਰਗੇ ਤਾਂ ਜੱਸਾ ਸਿੰਘ ਰਾਮਗੜੀਆ ਪੁੱਛ ਲਿਆ ਹੁਣ ਬਿਲਕੁਲ ਸਹੀ ਜੀ ਮਨਜੀਤ ਹੇਰ ਜੀ 1803 ਵਿੱਚ 1803 ਵਿੱਚ ਜੱਸਾ ਸਿੰਘ ਰਾਮਗੜੀ ਆਕਾਰ ਚਲਾਣਾ ਕਰਕੇ ਗਿਆ ਸਵਾਲ ਨੰਬਰ 40 ਕਿਸ ਦੇ ਕਥਨ ਅਨੁਸਾਰ ਸਿੱਖ ਕੌਮ ਦੀ ਪਹਿਲੀ ਸੰਗਠਿਤ ਰਾਸ਼ਟਰੀ ਸੈਨਾ ਦਾ ਨਾਮ ਦਲ ਖਾਲਸਾ ਰੱਖਿਆ ਗਿਆ ਸੀ ਇਹ ਕਥਨ ਵੀ ਪੁੱਛੇ ਜਾ ਸਕਦੇ ਨੇ ਕਿਉਂਕਿ ਜੇ ਲੈਕਚਰ ਕੈਂਡਰ ਦਾ ਪੇਪਰ ਦੇ ਰਹੇ ਹਾਂ ਕਥਨ ਵੀ ਐਗਜ਼ਾਮੀਨਰ ਪਾ ਸਕਦਾ ਹੈ ਤਾਂ ਇਹ ਇਤਿਹਾਸਕਾਰ ਨੇ ਕਾਫੀ ਐਡੀਸ਼ਨਾਂ ਲਿਖੀਆਂ ਨੇ ਇੰਗਲਿਸ਼ ਮੀਡੀਅਮ 'ਚ ਹੀ ਲਿਖੀਆਂ ਇਹਨਾਂ ਨੇ ਤਏ ਨੇ ਡਾਕਟਰ ਹਰੀਰਾਮ ਗੁਪਤਾ ਜੀ ਨੇ ਕਿਹਾ ਸੀ ਕਿ ਰਾਸ਼ਟਰੀ ਸੈਨਾ ਸੀ ਸੰਗਠਿਤ ਤਾਂ ਉਸ ਦਾ ਨਾਮ ਦਲ ਖਾਲਸਾ ਰੱਖਿਆ ਗਿਆ ਸੀ ਸਵਾਲ ਨੰਬਰ ਆਪਣਾ ਹੈਗਾ 41 ਸਰਦਾਰ ਭਗੇਲ ਸਿੰਘ ਸਦਕਾ ਸਿੱਖਾਂ ਨੇ ਕਦੋਂ ਲਾਲ ਕਿਲੇ ਤੇ ਸਿੱਖ ਝੰਡਾ ਫਹਿਰਾਇਆ ਸੀ ਆਏ ਸਾਥੀਓ ਕਾਫੀ ਚਰਚਾ ਰਹੀ ਹੈ ਕਿਸਾਨ ਅੰਦੋਲਨ ਦੇ ਵਿੱਚ ਝੰਡਾ ਲਹਿਰਾਉਣ ਦੀ ਲਾਲ ਕਿਲੇ ਤੇ ਤਾਂ ਇਤਿਹਾਸ ਦੇ ਵਿੱਚ ਵੀ ਪਹਿਲਾਂ ਝੰਡਾ ਫਹਿਰਾਇਆ ਸੀਗਾ ਮਿਸਲਾਂ ਦੇ ਟਾਈਮ 'ਚ ਤਾਂ ਜੱਸਾ ਸਿੰਘ ਆਲੂਵਾਲੀਆ ਜਿਹੜੇ ਕਾਫੀ ਬਹਾਦਰ ਸੀਗੇ ਲਾਲ ਕਿਲੇ ਤੇ ਥੋੜੇ ਦਿਨਾਂ ਬਾਅਦ ਜਾਇਆ ਹੁੰਦੇ ਸੀਗੇ ਤਾਂ 17 ਮਾਰਚ 1783 ਨੂੰ लाल किले ਤੇ ਸਿੱਖਾਂ ਨੇ ਆਪਣਾ ਝੰਡਾ ਲਹਿਰਾਇਆ ਸੀ ਲਾਲ ਕਿਲੇ ਤੇ ਤਾਂ ਕਿਸੇ ਦੀ ਦਲੇਰੀ ਸਦਕਾ ਲਹਿਰਾਇਆ ਸੀ ਇਹ ਭਗੇਲ ਸਿੰਘ ਸਦਕਾ ਇਹ ਯਾਦ ਰੱਖਣਾ ਸਵਾਲ ਨੰਬਰ ਹੈਗਾ 42 ਸਰਦਾਰ ਭਗੇਲ ਸਿੰਘ ਦਾ ਜਨਮ ਕਿੱਥੇ ਹੋਇਆ ਸੀਗਾ ਸਿੰਘ ਨੇ ਲਾਲ ਕਿਲੇ ਤੇ ਝੰਡਾ ਲਹਿਰਾਇਆ ਇਸ ਲਈ ਉਨਾ ਜਨਮ ਵੀ ਪੁੱਛਿਆ ਜਾ ਸਕਦਾ ਜਨਮ ਹੋਇਆ ਸੀ ਉਹ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਝਭਾਲ ਦੇ ਵਿੱਚ ਨੋਟ ਰੱਖਣਾਗਾ ਇਹ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਬਘੇਲ ਸਿੰਘ ਦਾ ਜਨਮ ਤਰਨਤਾਰਨ ਚ ਹੋਇਆ ਪਿੰਡ ਕਿਹੜਾ ਅੰਮ੍ਰਿਤਸਰ ਪਿੰਡ ਹੈਗਾ ਝੰਭਾਲ ਅੰਮ੍ਰਿਤਸਰ ਜ਼ਿਲ੍ਹਾ ਤਾਂ ਕਰੋੜ ਸਿੰਘੀਆਂ ਮਿਸਲ ਵਿੱਚ ਸ਼ਾਮਲ ਹੋਏ ਸੀਗੇ ਉਹ ਬਘੇਲ ਸਿੰਘ ਜਿਸ ਦਾ ਮੋਢੀ ਆਪਾਂ ਨੂੰ ਪਤਾਗਾ ਕਰੋੜ ਸਿੰਘ ਸੀਗਾ ਸਵਾਲ ਨੰਬਰ 43 ਕਰੋੜ ਸਿੰਘ ਸਵਰਗਵਾਸ ਜੱਥੇਦਾਰ ਬੰਘੇਰ ਸਿੰਘ ਨੂੰ ਸਰਬਸੰਮਤੀ ਨਾਲ ਕਦੋਂ ਮਿਸਲ ਦਾ ਜੱਥੇਦਾਰ ਚੁਣ ਲਿਆ ਗਿਆ ਸੀ ਕੀ ਬੰਦ ਹੋ ਗਿਆ ਜੀ ਆਪਾਂ ਦੁਬਾਰਾ ਰਿਪੀਟ ਕਰ ਦਿਆਂ ਜੇ ਬੰਦ ਹੋ ਗਿਆ ਕਰੋੜ ਸਿੰਘ ਸਵਰਗਵਾਸ ਹੋਇਆ ਤਾਂ ਜੱਥੇਦਾਰ ਬਖੇਲ ਸਿੰਘ ਨੂੰ ਸਰਬਸੰਮਤੀ ਨਾਲ ਕਦੋਂ ਮਿਸਲ ਦਾ ਜੱਥੇਦਾਰ ਚੁਣ ਲਿਆ ਤਾਂ ਮਿਸਲਾਂ ਦੇ ਵਿੱਚ ਸਾਰੇ ਬਰਾਬਰ ਹੁੰਦੇ ਸੀਗੇ ਕੋਈ ਨੇਤਾ ਨਹੀਂ ਹੁੰਦਾ ਸੀ ਸਾਰੇ ਨੇਤਾ ਸੀ ਤੇ ਸਾਰੇ ਉਸ ਦੇ ਸੇਵਕ ਸੀ ਸਾਰੇ ਸਿਪਾਹੀ ਸੀਗੇ ਇਹ ਨੋਟ ਰੱਖਣਾ ਜਿਵੇਂ ਅੱਜ ਕੱਲ੍ਹ ਗੁਰਦੁਆਰਿਆਂ ਵਿੱਚ ਪ੍ਰਧਾਨਗੀਆਂ ਲਈ ਲੜਾਈਆਂ ਹੁੰਦੀਆਂ ਤਾਂ ਉਸ ਟਾਈਮ ਇਹ ਕੰਮ ਨਹੀਂ ਸੀਗਾ ਉਸ ਟਾਈਮ ਸਾਰੇ ਨੇਤਾ ਹੁੰਦੇ ਸੀ ਸਾਰੇ ਪ੍ਰਧਾਨ ਸੀ ਤੇ ਸਾਰੀ ਸਫਾਈ ਸਿਪਾਹੀ ਹੁੰਦੇ ਸੀਗੇ ਤਾਂ ਮਿਸਲ ਕਾਲ ਦਾ ਇਹ ਇੱਕ ਬਹੁਤ ਵਧੀਆ ਇੱਕ ਵਧੀਆ ਮਿਸਾਲ ਸੀ ਉਸ ਟਾਈਮ ਦੀ ਵਧੀਆ ਇੱਕ ਕਹਿ ਸਕਦੇ ਹਾਂਗੇ ਆਪਸ ਵਿੱਚ ਮਿਲਵਰਤਨ ਸੀਗਾ ਬਰਾਬਰਤਾ ਸੀਗੀ ਤਾਂ ਤਾਂ ਕਰੋੜ ਸਿੰਘ ਦੇ ਸਵਰਗਵਾਸ ਹੋਣ ਤੋਂ ਬਾਅਦ ਭੰਗੇਲ ਸਿੰਘ ਨੂੰ ਬਣਾਇਆ ਜੱਥੇਦਾਰ 1761 ਦੇ ਵਿੱਚ ਸਾਥਿਓ ਨੋਟ ਕਰ ਸਕਦੇ ਹਾਂ 1761 17 61 ਦੇ ਵਿੱਚ ਸਵਾਲ ਨੰਬਰ 44 ਜਲੰਧਰ ਦੁਆਬਾ ਦਾ ਕਰੋੜ ਸਿੰਘਿਆ ਮਿਸਲ ਥੱਲੇ ਪਹਿਲਾਂ ਹੀ ਸੀਗਾ ਜਿੱਥੋਂ 1 ਲੱਖ ਸਾਲਾਨਾ ਤਹਿਵਾਨ ਮਿਲਦਾ ਸੀ ਜਿਸ ਕਰਕੇ ਮੰਗੇਰ ਸਿੰਘ ਨੇ ਕਿਸ ਨੂੰ ਆਪਣਾ ਹੈੱਡਕੁਆਰਟਰ ਬਣਾ ਲਿਆ ਸੀ ਮੇਨ ਸਵਾਲ ਇਹ ਆ ਬੰਘੇਲ ਸਿੰਘ ਨੇ ਕਿਸ ਨੂੰ ਆਪਣਾ ਹੈੱਡਕੁਆਰਟਰ ਬਣਾਇਆ ਸੀ ਉਹ ਤੇ ਹੁਣ ਇਹਦੇ ਵਿੱਚ ਇੱਕ ਸਵਾਲ ਬਣ ਸਕਦਾਗਾ ਕਿ ਕਰੋੜ ਸਿੰਘ ਦੀਆਂ ਮਿਸਲ ਅਧੀਨ ਕਿਹੜੇ-ਕਿਹੜੇ ਸੀ ਜਲੰਧਰ ਦਵਾ ਬਾਉਸ ਦੇ ਅਧੀਨ ਸੀ ਇਹ ਨੋਟ ਰੱਖਣਾ ਯਾਦ ਕਰਨਾ ਬਿਲਕੁਲ ਸਹੀ ਜੀ ਇਸ ਨੂੰ ਪੰਜ ਗੜੀਆਂ ਵੀ ਕਿਹਾ ਜਾਂਦਾਗਾ ਮਿਸਲ ਸਰਬਜੀਤ ਕੌਰ ਥੈਂਕ ਯੂ ਜੀ ਹੁਣ ਹੈੱਡਕੁਆਰਟਰ ਕਿਸ ਨੂੰ ਬਣਾਇਆ ਸੀਗਾ ਤੈ ਸਕੁਆਡ ਸਾਥਿਓ ਨੋਟ ਕਰ ਲਓ ਹੁਸ਼ਿਆਰਪੁਰ ਦੇ ਨੇੜੇ ਹਰਿਆਣਾ ਜਿਹਨੂੰ ਬਾਂਗਰ ਵੀ ਕਿਹਾ ਜਾਂਦਾ ਹੈ ਬਾਂਗਰ ਨਹੀਂ ਸਾਥਿਓ ਹਰਿਆਣਾ ਇੱਕ ਉੱਥੇ ਜਗਾ ਕੀ ਹੁਸ਼ਿਆਰਪੁਰ ਦੇ ਨੇੜੇ ਕੋ ਬੰਗੇ ਐਲਸਿੰਘ ਨੇ ਆਪਣੀ ਪਤਨੀ ਰੂਪਕਾਰ ਨੂੰ ਥਾਪਿਆ ਸੀ ਆਪਣੀ ਪਤਨੀ ਨੂੰ ਥਾਪਦਾ ਸੀ ਸਵਾਲ ਨੰਬਰ 45 ਨਵਾਬ ਕਪੂਰ ਸਿੰਘ ਦਾ ਜਨਮ 1697 ਈਸਵੀ ਵਿੱਚ ਹੋਇਆ। ਤਾਂ ਪੁੱਛਿਆ ਜਾ ਸਕਦਾ ਕਪੂਰ ਸਿੰਘ ਦਾ ਜਨਮ ਕਦੋਂ ਹੋਇਆ 1697 ਈਸਵੀ ਵਿੱਚ ਤੇ ਕਿਸ ਦੇ ਘਰ ਹੋਇਆ ਚੌਧਰੀ ਦਲੀਪ ਸਿੰਘ ਦੇ ਘਰ ਤਾਂ ਕਿਹੜੇ ਪਿੰਡ ਵਿੱਚ ਹੋਇਆ ਸਾਥੀਓ ਹੁਣ ਦੋ ਕਿਹੜੇ ਪਿੰਡ ਵਿੱਚ ਹੋਇਆ ਸੀ ਪਿੰਡ ਪੁੱਛਿਆ ਜਾ ਸਕਦਾ ਕਪੂਰ ਸਿੰਘ ਦਾ 97 ਚ 1697 ਦੇ ਵਿੱਚ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਹੁੰਦੀ ਹੈ। ਰਜਨੀ ਨਵਾਬ ਕਹਿੰਦੇ ਚੀ ਲੋੜੀ ਪਿੰਡ ਪਿੰਡ ਕਾਲੋ ਕੇ ਸੇਖੂਪੁਰਾ ਦੇ ਵਿਖੇ ਹੋਇਆ ਸੀਗਾ ਜਨਮ ਨਵਾਬ ਕਪੂਰ ਸਿੰਘ ਦਾ ਇਹ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਪੁੱਛਿਆ ਜਾ ਸਕਦਾ ਕਿਉਂਕਿ ਦਲ ਖਾਲਸਾ ਦਾ ਮੇਨ ਸੰਸਥਾਪਕ ਆ ਉਸ ਦਾ ਜਨਮ ਵੀ ਪੁੱਛਿਆ ਜਾ ਸਕਦਾ ਕਿ ਵੀ ਕਿਹੜੇ ਪਿੰਡ ਚ ਜਨਮ ਹੋਇਆ ਕਦੋਂ ਜਨਮ ਹੋਇਆ ਤਾਂ ਉਸ ਦੇ ਕਿਸ ਦੇ ਘਰ ਹੋਇਆ ਸਵਾਲ ਨੰਬਰ 46 ਬਾਬਾ ਆਨੇ ਪਹੌਲ ਮਤਲਬ ਅੰਮ੍ਰਿਤ ਕਿਸ ਤੋਂ ਹੱਥੋਂ ਸਕਿਆ ਸੀਗਾ ਤਾਂ ਬਾਬਾ ਅਲਾ ਸਿੰਘ ਨੇ ਸਾਥੀਓ ਅਮਰ ਸਕੇਗਾ ਸਵਾਲ ਮੂਰ ਸਿੰਘ ਨੇ ਦਲ ਖਾਲਸਾ ਬਣਾ ਕੇ ਨਾਲ ਹੀ ਕਿਰਤਿਆਂ ਨੂੰ ਭੰਗ ਕਰਕੇ 11 ਮਿਸਲਾਂ ਹੋਂਦ ਵਿੱਚ ਲਿਆਂਦੀਆਂ ਜੇ ਤੁਸੀਂ ਪਿਛਲਾ ਸਵਾਲ ਪੁੱਛਿਆ ਤਾਂ ਥੋੜਾ ਆਪਾਂ ਵਾਰਡਿੰਗ ਚੇਂਜ ਕਰਕੇ ਇਹ ਸਵਾਲ ਬਣਾਤਾ ਕਿੰਨੇ ਜਥਿਆਂ ਨੂੰ ਭੰਗ ਕੀਤਾ ਸੀ ਤੇ 11 ਮਿਸਲਾਂ ਹੋਂਦ ਵਿੱਚ ਲਿਆਂਦੀਆਂ ਸੀ ਇੱਕ ਮਿਸਲ ਇਸ ਦਾ ਪਾਰਟ ਨਹੀਂ ਬਣੀ ਸੀ ਦਲ ਖਾਲਸਾ ਦਾ ਬਾਹਰ ਰਹੀ ਆ ਉਹ ਬਿਲਕੁਲ ਸਹੀ ਜੀ ਕਰਨ ਜੀ ਗਿਆ 65 ਜਥਿਆਂ ਨੂੰ 65 ਜਥੇ ਸੀਗੇ ਸਵਾਲ ਦਲ ਖਾਲਸਾ ਦੀ ਕਿਹੜੀ ਮਿਸਲ ਜਥਾ ਨਹੀਂ ਸੀ ਹੁਣ ਸਵਾਲ ਆ ਗਿਆ ਜੀ ਇਹ ਸਵਾਲ ਆਇਆ ਉਹ ਵੀ ਹੋਇਆਗਾ ਮਾਸਟਰ ਕੈਟਰ ਦੇ ਵਿੱਚ ਡਾਲ ਖਾਲਸਾ ਦਾ ਹਿੱਸਾ ਨਹੀਂ ਰਹੀ ਇੱਕ ਮਿਸਲ ਇੱਕ ਜੱਥਾ ਸਾਥੀਓ ਫਟਾਫਟ ਕਮੈਂਟ ਕਰਿਆ ਕਰੋ ਬਿਲਕੁਲ ਸਹੀ ਜੀ ਮਨਜੀਤ ਹੀਰ ਜੀ ਫੁੜਕੀਆ ਫੁੜਕੀਆ ਮਿਸਲ ਫੁੜਕੀਆ ਮਿਸਲ ਵੀ ਅੱਗੇ ਤਿੰਨ ਭਾਗਾਂ ਦੇ ਵਿੱਚ ਵੰਡੀ ਹੋਈ ਹੈਗੀ ਸਵਾਲ ਨੰਬਰ 49 ਸਿੱਖਾਂ ਨੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਉੱਤੇ ਰਾਖੀ ਦਾ ਪ੍ਰਬੰਧ ਕਦੋਂ ਸਥਾਪਿਤ ਕੀਤਾ ਸੀ? ਸ਼ੁਰੂਆਤੀ ਸਾਲ ਦੱਸਣਾ ਕਦੋਂ ਰਾਖੀ ਸ਼ੁਰੂ ਕੀਤੀ ਸੀ? ਕਿਉਂ ਨਹੀਂ ਪਤਾ ਸਕਰੀਨਸ਼ਾਟ ਲੈ ਸਕਦੇ ਹੋਗੇ ਤਾਂ ਇਹ ਕੀਤਾ 1755 ਦੇ ਵਿੱਚ 55 55 ਦੋਨੇ ਡੇਟਾਂ ਆ ਸਕਦੀਆਂ ਨੇ ਮੇਨ 55 ਸਹੀ ਮੰਨੀ ਜਾਊਗੀ ਰਾਖੀ ਪ੍ਰਥਾ ਸ਼ੁਰੂ ਹੁੰਦੀ ਆ ਤਾਂ ਸਵਾਲ ਆਪਣਾ ਹੈਗਾ 50 ਸਿੱਖਾਂ ਦੀ ਰਵਿਚ ਕਿਹੜੇ ਇਲਾਕੇ ਆ ਗਏ ਉਹ ਫਸਲ ਵਿੱਚੋਂ ਦਲ ਖਾਲ ਸਾਨੂੰ ਕਿੰਨਾ ਹਿੱਸਾ ਦਿੰਦੇ ਸੀ ਜਿਹੜੇ ਇਲਾਕੇ ਉਹਨਾਂ ਦੀ ਰਾਖੀ ਚ ਆ ਗਏ ਸੀ ਸਾਥੀਓ ਤਾਂ ਉਹਨਾਂ ਨੂੰ ਕਿੰਨਾ ਹਿੱਸਾ ਦਿੱਤਾ ਜਾਂਦਾ ਸੀ ਦਲ ਖਾਲਸਾ ਨੂੰ ਦਲ ਖਾਲਸਾ ਨੂੰ ਕਿੰਨਾ ਹਿੱਸਾ ਦਿੱਤਾ ਜਾਂਦਾ ਸੀ 1/5 ਦੇਸ਼ ਦੀਪਕ ਜੀ ਤਾਂ ਬਿਲਕੁਲ ਸਹੀ ਪੰਜਵਾਂ ਹਿੱਸਾ ਦਿੱਤਾ ਜਾਂਦਾ ਸੀਗਾ 1/5 ਪੰਜਵਾਂ ਹਿੱਸਾ ਸਵਾਲ ਨੰਬਰ ਆਪਣਾ ਹੈਗਾ 51 ਦਲ ਖਾਲਸੇ ਦੀ ਜਥੇਬੰਦੀ ਨਵੇਂ ਸਿਰਿਓਂ ਪੱਕੀ ਕਦੋਂ ਕੀਤੀ ਗਈ ਨਵੇਂ ਸਿਰਿਓਂ ਪੱਕੀ ਕੀਤੀ ਗਈ ਸੀ ਦੁਬਾਰਾ ਮਤਲਬ ਪੁਨਰਗਠਨ ਕਦੋਂ ਕੀਤਾ ਗਿਆ ਸੀ ਆਪਾਂ ਇਸ ਤੇ ਗੱਲ ਕਰ ਹੀ ਚੁੱਕੇ ਆ ਮੈਨੂੰ ਲੱਗਦਾ ਆਪਾਂ ਤਾਂ ਨਵੇਂ ਸਿਰਿਓਂ 1762 ਵਿੱਚ ਕੀਤੀ ਗਈ ਸੀ ਨਵੇਂ ਸਿਰਿਓਂ ਵੀ ਇਹਨੂੰ ਪੱਕਿਆ ਕੀਤਾ ਗਿਆ ਸੀਗਾ ਦਲ ਖਾਲਸਾ ਨੂੰ ਤਾਂ ਸਵਾਲ ਨੰਬਰ ਆਪਣਾ ਹੈਗਾ ਅਬਦਾਲੀ ਵਾਪਸ ਕਾਬਲ ਗਿਆ ਤਾਂ ਫਿਰ ਅੰਮ੍ਰਿਤਸਰ ਇਕੱਠੇ ਹੋਏ ਸੀ ਸਿੱਖ ਅੰਮ੍ਰਿਤਸਰ ਇਕੱਠੇ ਹੋ ਕੇ ਦੁਬਾਰਾ ਇਸ ਨੂੰ ਪੱਕਾ ਪੱਕੇ ਤੌਰ ਤੇ ਸੰਗਠਿਤ ਕਰਨ ਦਾ ਕੰਮ ਕੀਤਾ ਗਿਆ ਸੀ ਦਲ ਖਾਲਸਾ ਨੂੰ ਬਣੀ 29 ਮਾਰਚ 1748 ਨੂੰ ਦੁਬਾਰਾ ਇਸ ਨੂੰ ਪੱਕਾ ਕੀਤਾ ਗਿਆ 1762 ਨੂੰ ਯਾਦ ਰੱਖਣਾ ਸਵਾਲ ਨੰਬਰ ਆਪਣਾ ਹੈਗਾ 52 ਬੁੱਢਾ ਦਲ ਅਤੇ ਤਰਨਾ ਦਲ ਬੁੱਢਾ ਦਲ ਤੇ ਤਰਨਾ ਦਲ ਡੈਸ਼ ਖਾਲਸਾ ਤੋਂ ਬਣੇ ਆਪਾਂ ਆਪਸ਼ਨਾਂ ਦੇ ਦਨੇ ਆ ਬੰਦਾ ਹੀ ਖਾਲਸਾ ਤੱਤ ਖਾਲਸਾ ਦੋਨਾਂ ਚ ਇੱਕ ਦੱਸਣਾ ਹੀ ਤੁਸੀਂ ਗੁੱਡ ਆਫਟਰਨੂੰ ਸਿਮੀ ਜੀ ਸਾਥੀਓ ਦੋ ਆਪਸ਼ਨਾਂ ਦੇ ਵਿੱਚੋਂ ਇੱਕ ਟਿਕ ਕਰਨੀ ਆ ਤੁਸੀਂ ਦੋ ਹੀ ਦਿੱਤੀਆਂ ਮੈਂ ਬੁੱਢਾ ਦਲ ਤੇ ਤਰਨਾ ਦਲ ਕਿਸ ਦੇ ਵਿੱਚੋਂ ਬਣੇ ਸੀ ਦਾ ਬੰਦਈ ਖਾਲਸਾ ਕਿ ਤਤ ਮਨਜੀਤ ਜੀ ਦਾ ਬਿਲਕੁਲ ਸਹੀ ਤਤ ਖਾਲਸਾ ਚ ਬਣਿਆ ਜੀ ਇਹ ਤਤ ਖਾਲਸਾ ਬੁੱਢਾ ਦਲ ਤੇ ਤਰਨਾ ਦਲ ਕਿਸ ਚੋਂ ਬਣਿਆ ਨੇ ਤਤ ਖਾਲਸਾ ਚੋਂ ਸਵਾਲ ਨੰਬਰ ਆਪਣਾ 53 ਜਕਰਿਆ ਖਾਨ ਵੱਲੋਂ ਕੇਸ਼ ਦੀ ਸਪਾਰਸ਼ ਤੇ ਕਿਸ ਦੀ ਸਪਾਰਸ਼ ਤੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਵਿੱਚ ਦੀਪਮਾਲਾ ਕਰਨ ਦੀ ਮਨਜ਼ੂਰੀ ਦਿੱਤੀ ਸੀ ਕਿਹੜੇ ਬੰਦੇ ਦੀ ਸਪਾਰਸ਼ ਦੇ ਸਪਾਰਸ਼ ਦੇ ਉੱਪਰ ਤਾਂ ਉਹ ਜਾਣ ਕੇ ਚਲਾਕੀ ਨਾਲ ਬਾਅਦ ਚ ਭਾਈ ਮਨੀ ਸਿੰਘ ਨੂੰ ਫੜਵਾ ਵੀ ਦਿੰਦਾ ਤਾਸਦਾ ਬਿਲਕੁਲ ਸਹੀ ਉੱਤਰ ਆ ਸਾਥਿਓ ਕਿਹੜੇ ਬੰਦੇ ਨੇ ਸਪਾਰਸ ਕੀਤੀ ਸੀ ਭਾਈ ਮਨੀ ਸਿੰਘ ਨੂੰ ਉਥੇ ਮੇਲਾ ਲਗਾਉਣ ਦੀ ਮੇਲਾ ਲਵਾਇਆ ਸੀ ਬਾਅਦ ਚ ਉਹਨਾਂ ਨੇ ਹਮਲਾ ਕਰਤਾ ਜਕਰੀਆ ਖਾਨ ਦੇ ਜਿਹੜੇ ਸੈਨਾ ਗਈ ਤਾਂ ਅਬਦੁੱਲ ਰਜ਼ਾਕ ਯਾਦ ਰੱਖਣਾ ਅਬਦੁੱਲ ਰਜ਼ਾਕ ਨੇ ਮੇਲੇ ਦੇ ਮੁਆਵਜ਼ੇ ਵੱਲੋਂ 5000 ਰੁਪਏ ਹਕੂਮਤ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ ਨੂੰ ਤੈਅ ਕੀਤੇ ਗਏ ਸੀਗੇ ਵਾਚ ਇਸ ਦਾ ਬਹਾਨਾ ਲਾ ਕੇ ਭਾਈ ਮਨੀ ਸਿੰਘ ਨੂੰ 1738 ਵਿੱਚ ਸ਼ਹੀਦ ਵੀ ਕੀਤਾ ਗਿਆ ਸਵਾਲ ਨੰਬਰ 54 ਭਾਈ ਮਨੀ ਸਿੰਘ ਨੂੰ ਪੜਾਉਣ ਵਾਲੇ ਸੌਰੀ ਸਾਥੀਓ ਫੜਾਉਣ ਵਾਲੇ ਆਊਗਾ ਇੱਥੇ ਫੜਾਉਣ ਵਾਲੇ ਅਬਦੁਲ ਰਜ਼ਾਕ ਕਜ਼ੀਆ ਕਿਸ ਨੇ ਮਕਾਇਆ ਉਸ ਦਾ ਮਤਲਬ ਉਸ ਨੂੰ ਮਾਰਿਆ ਕਿਸ ਨੇ ਸੀਗਾ ਅਬਦੁਲ ਰਜ਼ਾਕ ਕਜ਼ੀਏ ਨੂੰ ਅਬਦੁਲ ਰਜ਼ਾਕ ਨੂੰ ਕਿਸ ਨੇ ਮਾਰਿਆ ਸੀਗਾ ਸਾਥੀਓ ਮੈਂ ਸਵਾਲ ਇਹ ਆ ਤੇ ਇਸ ਨੇ ਭਾਈ ਮਨੀ ਸਿੰਘ ਨੂੰ ਫੜਵਾਇਆ ਸੀਗਾ ਤਾਂ ਇਸ ਨੂੰ ਮਾਰਿਆ ਸੀ ਸਾਥੀਓ ਭਾਈ ਮਨੀ ਸਿੰਘ ਦੇ ਭਤੀਜੇ ਥਰਾਜ ਸਿੰਘ ਤੇ ਅੱਗੜ ਸਿੰਘ ਨੇ ਅਬਦੁਲ ਰਜ਼ਾਕ ਨੂੰ ਮਾਰਿਆ ਸੀਗਾ ਥਰਾਜ ਸਿੰਘ ਤੇ ਅੱਗੜ ਸਿੰਘ ਨੇ ਸਵਾਲ ਨੰਬਰ ਆਪਣਾ ਹੈਗਾ 52 ਨਵਾਬ ਕਪੂਰ ਸਿੰਘ ਨੇ ਕਿਸ ਨੂੰ ਦਲ ਖਾਲਸਾ ਦਾ ਪ੍ਰਮੁੱਖ ਜਥੇਦਾਰ ਚੁਣਿਆ ਤਾਂ ਇਹ ਬਹੁਤ ਜ਼ਿਆਦਾ ਸੌਖਾ ਸਭਾਲਾ ਸਾਥਿਓ ਹਜੇ ਤੱਕ ਆਪਾਂ ਦਲ ਖਾਲਸਾ ਦੀ ਸਵਾਲ ਕਰ ਰਹੇ ਹਾਂਗੇ ਇਸ ਤੋਂ ਬਾਅਦ ਆਪਾਂ ਮਿਸਲਾਂ ਤੇ ਵੀ ਨਾਲ ਹੀ ਮਿਲਦਾ ਜੁਲਦਾ ਕਿਉਂਕਿ ਉਥਾਨ ਹੁੰਦਾ ਮਿਸਲਾਂ ਹੀ ਇਸ ਤੋਂ ਬਣਦੀਆਂ ਨੇ ਬਿਲਕੁਲ ਸਹੀ ਸਿਮੀ ਜੀ ਜਸਤਾ ਸਿੰਘ ਆਲੂਵਾਲੀਆ ਸਵਾਲ ਨੰਬਰ 57 ਜਸਤਾ ਸਿੰਘ ਇਚੋਗਿਲ ਕਿਸ ਨਾਮ ਨਾਲ ਮਸ਼ਹੂਰ ਹੋਇਆ इचोगल पेंड आ है इचोगल पेंड अजि सवाल साथियों ਮੈਟ ਦੇ ਵਿੱਚ ਪਿੱਛੇ ਵੀ ਛੁੱਟ ਸਕਦੇ ਹਾਲ ਬਣਾਦਾ ਕਿ ਜੱਸਾ ਸਿੰਘ ਇਚੋ ਗੱਲ ਕਿਸ ਨਾਮ ਨਾਲ ਮਸ਼ਹੂਰ ਹੋਇਆ ਦਰਸ਼ਕਾ ਤੁਸੀਂ ਸਕਰੀਨ ਸ਼ਾਟ ਲੈ ਲਓ ਸਾਥਿਓ ਇਚੋ ਗੱਲ ਪਿੰਡ ਜੱਸਾ ਸਿੰਘ ਰਾਮਗੜੀਆ ਦਾ ਸੀਗਾ ਤਾਂ ਜੱਸਾ ਸਿੰਘ ਇਚੋ ਗੱਲ ਜੱਸਾ ਸਿੰਘ ਰਾਮਗੜੀਆ ਨਾਲ ਮਸ਼ਹੂਰ ਹੋਇਆ ਸੀਗਾ ਰਾਮਗੜੀਆ ਉਹ ਗਿਆ ਇਸ ਦਾ ਜੀ ਨੋਟ ਕਰ ਲਓ ਸਾਰੇ ਸਾਥੀ ਸਵਾਲ ਨੰਬਰ ਆਪਣਾ 58 ਕਿਸ ਕਾਰਨ ਕਰਕੇ ਜੱਸਾ ਸਿੰਘ ਰਾਮਗੜੀਆ ਨੂੰ ਸਿੱਖ ਕੌਮ ਨੇ ਬਰਾਦਰੀ ਵਿੱਚੋਂ ਖਾਰਜ ਕਰ ਦਿੱਤਾ ਸੀ ਤਾਂ ਇਹ ਸਿੱਖ ਇਤਿਹਾਸ ਡਾਕਟਰ ਗੰਡਾ ਸਿੰਘ ਦੇ ਕਿਤਾਬ ਚੋਂ ਪਸਵਾਲ ਬਣਾਇਆਗਾ ਕਿਉਂਕਿ ਸਾਥੀਓ ਇੱਕ 마ਸੂਮ ਬੱਚੀ ਨੂੰ ਮਾਰ ਦਿੱਤਾ ਸੀਗਾ ਜੱਸਾ ਸਿੰਘ ਰਾਮਗੜੀਆ ਨੇ ਉਸ ਦਾ ਦੋਸ਼ ਲੱਗਿਆ ਸੀ ਉਸਤੇ ਉਸ ਕਾਰਨ ਸਿੱਖ ਕੌਮ ਨੇ ਉਸ ਨੂੰ ਬਰਾਦਰੀ ਦੇ ਵਿੱਚੋਂ ਖਾਰਜ ਕਰ ਦਿੱਤਾ ਸੀ ਉਸ ਟਾਈਮ ਜੱਸਾ ਸਿੰਘ ਰਾਮਗੜੀਆ ਨੂੰ ਤਾਂ ਇਹ ਗੱਲ ਇਤਿਹਾਸਕਾਰ ਗੰਡਾ ਸਿੰਘ ਦੇ ਸਿੱਖ ਇਤਿਹਾਸ ਵਿੱਚ ਆਉਂਦੀ ਹੈ ਕਿ ਹੋਰ ਕਿਤਾਬਾਂ ਵਿੱਚ ਵੀ ਜਿਵੇਂ ਕਿਤਾਬ ਇੱਕ ਸਿੱਧ ਮਤ ਦਾ ਪਰਵਰਤਨ ਗੋਕਲ ਚੰਦਰ ਨਰੰਗਾਉਸ ਕਤਾਬ ਵਿੱਚ ਵੀ ਇਹ ਜ਼ਿਕਰ ਹੁੰਦਾ ਹੈ ਸਵਾਲ ਨੰਬਰ ਆਪਣਾ ਹੈਗਾ 59 ਬਹੁਤ ਸੌਖਾ ਸਵਾਲ ਆ ਮਿਸਲ ਸ਼ਬਦ ਦਾ ਅਰਥ ਕੀ ਹੈ ਬਿਲਕੁਲ ਸਹੀ ਜੀ ਬਰਾਬਰ ਸਮਾਨ ਕਿਉਂਕਿ ਸਾਰੇ ਸਮਾਨ ਹੁੰਦੇ ਸੀ ਮਿਸਲ ਦੇ ਵਿੱਚ ਇਕੁਅਲ ਸਿਮੀ ਜੀ ਬਿਲਕੁਲ ਸਹੀ ਜੀ ਸਵਾਲ ਨੰਬਰ ਆਪਣਾ ਹੈਗਾ 60 ਮਿਸਲ ਕਿਸ ਭਾਸ਼ਾ ਦਾ ਸ਼ਬਦ ਹੈ ਕਿਹੜੀ ਭਾਸ਼ਾ ਦਾ ਸ਼ਬਦ ਹੈ ਮਿਸਲ ਮਨਾਕਸੀ ਜੀ ਦਾ ਬਿਲਕੁਲ ਸਹੀ ਹੈ ਜੀ ਅਰਬੀ ਮਨਾਕਸੀ ਮਨਜੀਤ ਹਰਜੰਤ ਮਿਸਲ ਅਰਬੀ ਭਾਸ਼ਾ ਦਾ ਸ਼ਬਦ ਹੈ ਜੀ ਸਵਾਲ ਨੰਬਰ ਆਪਣਾ ਹੈਗਾ 61 ਤੋਂ ਮਿਸਲਾਂ ਦੇ ਸਵਾਲ ਚੱਲਣਗੇ ਜਿਆਦਾ ਪੰਜਾਬ ਵਿੱਚ ਸਿੱਖ ਮਿਸਲਾਂ ਕਿਹੜੀ ਸਦੀ ਵਿੱਚ ਸਥਾਪਿਤ ਹੋਈਆਂ ਸਦੀ ਵੀ ਪੁੱਛਣੇ ਹੁੰਦੇ ਆ ਬਿਲਕੁਲ ਸਹੀ ਜੀ ਕਰਨ ਜੀ ਹਰਜੰਟ ਜੀ ਮਨਜੀਤ ਜੀ 18ਵੀਂ ਸਦੀ ਆਊਗਾ ਸਾਥਿਓ 18ਵੀਂ ਸਦੀ ਤਾਂ ਸਦੀਆਂ ਵੀ ਕਈ ਵਾਰੀ ਉਲਝ ਜਾਂਦੇ ਆ ਸਾਥੀ ਕਈ 19ਵੀਂ ਕਰ ਦਿੰਦੇ ਕਈ 17ਵੀਂ ਕਰ ਦਿੰਦੇ ਆ ਤਾਂ 18ਵੀਂ ਸਦੀ ਹੈ ਸਵਾਲ ਨੰਬਰ ਆਪਣਾ ਹੈਗਾ 62 ਫੈਜ਼ਲਪੁਰੀਆ ਮਿਸਲ ਦਾ ਮੋਢੀ ਕੌਣ ਸੀ ਬਿਲਕੁਲ ਸਹੀ ਜੀ ਕਰਨ ਜੀ ਦਾ ਫੈਦਲਪੁਰਿਆ ਮਿਸਲ ਦਾ ਮੋਢੀ ਸਾਥੀਓ ਨਵਾਬ ਕਪੂਰ ਸਿੰਘ ਸੀਗਾ ਸਵਾਲ ਨੰਬਰ ਆਪਣਾ 63 ਆਲੂਵਾਲੀਆ ਮਿਸਲ ਦਾ ਸੰਸਥਾਪਕ ਪਿੱਛੇ ਆਪਾਂ ਸਵਾਲ ਬਣਾਏ ਨੇ ਨੇਤਾ ਤੇ ਨੇਤਾ ਕੌਣ-ਕੌਣ ਸੀਗੇ ਹੁਣ ਆਪਾਂ ਸੰਸਥਾਪਕ ਪੁੱਛ ਰਹੇ ਹਾਂ ਜਾਂ ਮੋਢੀ ਪੁੱਛ ਰਹੇ ਹਾਂ ਬਿਲਕੁਲ ਸਹੀ ਜੀ ਕਰਨ ਜੀ ਦਾ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਆਹਲੂ ਵਾਲੀ ਹੀ ਆ ਕਿਉਂਕਿ ਆਹਲੂ ਪਿੰਡ ਤੋਂ ਸੀਗਾ ਜੱਸਾ ਸਿੰਘ ਆਹਲੂ ਪਿੰਡ ਆਉਂਦਾ ਉਸਦੇ ਨਾਂ ਹੀ ਆਹਲੂ ਵਾਲੀਆ ਪਿਆ ਸਵਾਲ ਨੰਬਰ ਆਪਣਾ 64 ਆਹਲੂ ਵਾਲੀਆ ਮਿਸਲ ਦਾ ਇਹ ਨਾਂ ਕਿਉਂ ਪਿਆ ਪਰਦਾਸੀ ਦਿੱਤਾ ਤੇ ਕਿਉਂਕਿ ਜੱਸਾ ਸਿੰਘ ਦਾ ਸਬੰਧ ਲਾਹੌਰ ਦੇ ਨੇੜੇ ਪਿੰਡ ਆਹਲੂ ਨਾਲ ਸੀਗਾ ਆਹਲੂ ਪਿੰਡ ਕਿੱਥੇ ਆ ਲਾਹੌਰ ਦੇ ਨੇੜੇ ਆ ਇਹ ਸਵਾਲ ਨੰਬਰ 65 ਆਹਲੂ ਵਾਲੀਆ ਮਿਸਲ ਦੀ ਰਾਜਧਾਨੀ ਦਾ ਕੀ ਨਾਂ ਸੀ ਤਾਂ ਇਹ ਉੱਤਰ ਜੋ ਫਟਾਫਟ ਸਾਥੀਓ ਰਾਜਧਾਨੀ ਆਪਾਂ ਪਿੱਛੇ ਜਿਹੜੇ ਟੈਸਟ ਲਏ ਆ ਉਹਨਾਂ ਵਿੱਚ ਦੱਸਿਆ ਹੋਇਆਗਾ ਅਹਲੂਵਾਲੀਆ ਮਿਸਲ ਦੀ ਰਾਜਧਾਨੀ ਬਿਲਕੁਲ ਸਹੀ ਮਨਕਸੀ ਜੀ ਕਪੂਰਥਲਾ ਮਨਜੀਤ ਜੀ ਦਾ ਵੀ ਬਿਲਕੁਲ ਸਹੀ ਕਪੂਰਥਲਾ ਰਾਜਧਾਨੀ ਰਹੀ ਹੈ ਕੀ ਅਹਲੂਵਾਲੀਆ ਮਿਸਲ ਦੀ ਸਵਾਲ ਨੰਬਰ ਆਪਣਾ 66 ਰਾਮਗੜੀਆ ਮਿਸਲ ਦੀ ਰਾਜਧਾਨੀ ਦੱਸੋ ਜੀ ਹੁਣ रजनी जी ਦਾ ਬਿਲਕੁਲ ਸਹੀ ਹੈ ਮਨਜੀਤ ਜੀ ਦਾ ਹਰ ਗੋਬਿੰਦ ਹਰ ਗੋਬਿੰਦਪੁਰ ਆਗਾ ਹਰ ਗੋਬਿੰਦਪੁਰ ਰਾਮਗੜੀਆ ਮਿਸਲ ਦੀ ਰਾਜਧਾਨੀ ਰਹੀ ਹੈ ਸਵਾਲ ਨੰਬਰ 67 ਪਟਿਆਲਾ ਦੀ ਫੁਲਕੀਆ ਮਿਸਲ ਦੀ ਰਾਜਧਾਨੀ ਕਿਹੜੀ ਰਹੀ ਹੈ ਪਟਿਆਲਾ ਦੀ ਮੋੜਕਿਆ ਮਿਸਲ ਦੀ ਰਾਜਤਨੀ ਸਾਥਿਓ ਆਪਾਂ ਦੱਸਿਆ ਸੀ ਕੱਲ ਥੋੜਾ ਜਿਹਾ ਪਛਾਣਨਾ ਪਾ ਕੇ ਗਏ ਸੀਗੇ ਬਿਲਕੁਲ ਸਹੀ ਰਜਨੀ ਜੀ ਤਾਂ ਇਹਨਾਂ ਨੇ ਉੱਤਰ ਦਿੱਤਾ ਬਰਨਾਲਾ ਬਰਨਾਲਾ ਸੀਗੀ ਬਾਬਾ ਅਲਾ ਸਿੰਘ ਦੀ ਰਾਜਤਨੀ ਸਵਾਲ ਨੰਬਰ 68 ਪੰਗੀ ਮਿਸਲ ਦਾ ਸੰਸਥਾਪਕ ਕੌਣ ਸੀ ਪੰਗੀ ਮਿਸਲ ਦਾ ਸੰਸਥਾਪਕ ਕੌਣ ਸੀ ਇੱਕ ਸੰਸਥਾਪਕ ਇੱਕ ਮੋਢੀ ਫਰਕ ਹੁੰਦਾ ਥੋੜਾ ਜਿਹਾ ਇੱਕ ਤਾਂ ਸੰਸਥਾਪ ਬਿਲਕੁਲ ਸਹੀ ਜੀ ਸੰਸਥਾਪ ਕਰਿਆ ਸੱਜਾ ਸਿੰਘ ਸਿਮਮੀ ਜੀ ਦਾ ਤੇ ਰਜਨੀ ਜੀ ਦਾ ਸਹੀ ਹੈਗਾ ਜੀ ਸੱਜਾ ਸਿੰਘ ਸਵਾਲ ਨੰਬਰ 69 ਸਿੱਖ ਮਿਸਲਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਮਿਸਲ ਕਿਹੜੀ ਸੀ ਇਹ ਸਾਰੇ ਸਾਥੀਆਂ ਨੂੰ ਪਤਾ ਹੋਊਗਾ ਬਿਲਕੁਲ ਸਹੀ ਜੀ ਰਜਨੀ ਜੀ ਮਨਾਕਸੀ ਜੀ ਸਰਬਜੀਤ ਜੀ ਨਹੀਂ ਕਰਨ ਜੀ ਸਿੱਖ ਮਿਸਲਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਮਿਸਲ ਸਾਥਿਓ ਸ਼ੁਕਰ ਚੱਕੀਆ ਮਿਸਲ ਰਹੀ ਹੈ ਸਵਾਲ ਨੰਬਰ 70 ਸ਼ੁਕਰ ਚੱਕੀਆ ਮਿਸਲ ਦਾ ਮੋਢੀ ਕੌਣ ਸੀ ਸ਼ੁਕਰਚੱਕਿਆ ਮਿਸਲ ਦੇ ਰਜਨੀਜੀ ਦਾ ਬਿਲਕੁਲ ਸਹੀ ਹੈ ਚੜਤ ਸਿੰਘ ਚੜਤ ਸਿੰਘ ਨੇ ਮੋਢੀ ਨੇ ਸਵਾਲ ਨੰਬਰ 71 ਸ਼ੁਕਰਚੱਕਿਆ ਮਿਸਲ ਦੀ ਰਾਜਧਾਨੀ ਦਾ ਨਾਮ ਦੱਸੋ ਸਿਮੀ ਜੀ ਬੁੱਧ ਸਿੰਘ ਬਚਪਨ ਦਾ ਨਾਮ ਸੀਗਾ ਰਣਜੀਤ ਸਿੰਘ ਦਾ ਪਿਛਲੇ ਪੇਪਰ ਦੇ ਵਿੱਚ ਆਇਆ ਹੋਇਆਗਾ ਵੈਸੇ ਉਹਨਾਂ ਨੇ ਇੱਕ ਗਲਤ ਦਿੱਤਾ ਸੀ ਥੋੜਾ ਜਿਹਾ ਨਾ ਉੱਤਰ 2016 ਦਾ ਲੈਕਚਰ ਆਰਕੇਟਰ ਦੇ ਵਿੱਚ ਬੁੱਧ ਸਿੰਘ ਦਿੱਤਾ ਸੀ ਤਾਂ ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਸਾਰੇ ਸਾਥੀਆਂ ਦਾ ਸਹੀ ਸਭ ਤੋਂ ਪਹਿਲਾ ਉੱਤਰ ਹੁੰਦਾ ਰਜਨੀਜੀ ਗੁਜਰਾਂਵਾਲਾ ਸਵਾਲ ਨੰਬਰ ਆਪਣਾ ਹੈਗਾ 72 ਮਹਾ ਸਿੰਘ ਕਦੋਂ ਸ਼ੁਕਰਚੱਕੀਆ ਮਿਸਲ ਦਾ ਨੇਤਾ ਬਣਿਆ ਤਾਂ ਸਾਥੀਓ ਨੋਟ ਕਰ ਲਓ ਸਕਰੀਨਸ਼ਾਟ ਲੈ ਲਓ ਇਸ ਦਾ 1774 ਦੇ ਵਿੱਚ ਮਹਾ ਸਿੰਘ ਸ਼ੁਕਰਚੱਕੀਆ ਮਿਸਲ ਦਾ ਨੇਤਾ ਬਣਿਆ ਸੀਗਾ ਸਵਾਲ ਨੰਬਰ 73 ਕਨਈਆ ਮਿਸਲ ਦਾ ਮੋਢੀ ਕੌਣ ਸੀ ਪੈ ਸਾਰੇ ਸਾਥੀਆਂ ਨੂੰ ਪਤਾ ਹੀ ਹੈਗਾ ਬਿਲਕੁਲ ਸਹੀ ਜੀ ਮਨਕਸ਼ੀ ਜੀ ਜੈ ਸਿੰਘ ਕਨਈਆ सवाल नंबर चौहत्र फुलकिया मिसल का मोढ़ी कौन सी फुलकिया मिसल का मोढ़ी कौन सी रजनी जी का बिल्कुल सही चौधरी फूल सिंह चौधरी फूल सिंह ਸਵਾਲ ਨੰਬਰ ਆਪਣਾ ਹੈਗਾ 75 ਪਟਿਆਲਾ ਦੀ ਫੁਲਕੀਆ ਮਿਸਲ ਦਾ ਸੰਸਥਾਪਕ ਦੱਸੋ ਸਾਥਿਓ ਬਿਲਕੁਲ ਸਹੀ ਜੀ ਕਰਨ ਜੀ ਪਟਿਆਲਾ ਦੀ ਫੁਲਕੀਆ ਮਿਸਲ ਦਾ ਸੰਸਥਾਪਕ ਬਾਬਾ ਆਲਾ ਸਿੰਘ ਸੀਗੇ ਸਵਾਲ ਨੰਬਰ 76 ਅਹਿਮਦ ਸਾਹਿਬ ਬਦਾਲੀ ਨੇ ਕਿਸ ਨੂੰ ਰਾਜਾ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਤਾਂ ਇਹ ਵੀ ਸਾਰੇ ਸਾਥੀਆਂ ਦਾ ਸਹੀ ਆਲਾ ਸਿੰਘ ਅੱਬਾ ਆਲਾ ਸਿੰਘ ਨੂੰ ਅਹਿਮਦ ਸਾਹਿਬ ਬਦਾਲੀ ਨੇ ਰਾਜਾ ਦੀ ਉਪਾਧੀ ਦਿੱਤੀ ਸੀ ਸਵਾਲ ਨੰਬਰ 77 ਡੱਲੇ ਵਾਲੀਆ ਮਿਸਲ ਦਾ ਸਭ ਤੋਂ ਜੋਗ ਨੇਤਾ ਕੌਣ ਸੀ ਬਿਲਕੁਲ ਸਹੀ ਜੀ ਜਗਸੀਰ ਜੀ ਗੁਲਾਬ ਸਿੰਘ ਗੁਲਾਬ ਸਿੰਘ ਵੀ ਸੀਗਾ ਤੇ ਇੱਕ ਮੇਨ ਸਭ ਤੋਂ ਇਸ ਤੋਂ ਵੀ ਵਧੀਆ ਜਿਹੜਾ ਜੋਗਨੇਤਾ ਰਿਹਾਗਾ ਤਾਰਾ ਸਿੰਘ ਠੇਬਾ ਡੱਲੇਵਾਲੀਆ ਦਾ ਰਿਹਾ ਗੁਲਾਬ ਸਿੰਘ ਵੀ ਸੀਗਾ ਵੀ ਤੁਹਾਡਾ ਸਹੀ ਹੈਗਾ ਆਪਾਂ ਨੇਤੇ ਪੁੱਛ ਲਿਆ ਇੱਥੇ ਨੇਤਾ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਸਵਾਲ ਨੰਬਰ 78 ਸਹੀਦ ਮਿਸਲ ਦਾ ਸੰਸਥਾਪਕ ਕੌਣ ਸੀ ਤਾਂ ਸਹੀਦ ਮਿਸਲ ਦਾ ਸੰਸਥਾਪਕ ਬਿਲਕੁਲ ਸਹੀ ਮਨਪ੍ਰੀਤ ਕੌਰ ਜੀ ਦੀਪ ਸਿੰਘ ਦੀਪ ਸਿੰਘ ਸੀਗੇ ਪਰ ਉਸ ਤੋਂ ਪਹਿਲਾਂ ਜਿਹੜੇ ਸੰਸਥਾਪਕ ਮੋਢੀ ਦੀਪ ਸਿੰਘ ਮੰਨੇ ਜਾਂਦੇ ਆ ਸੰਸਥਾਪਕ ਮੰਨੇ ਜਾਂਦੇ ਨੇ ਸੋ ਸਰਦਾਰ ਸੁਧਾ ਸਿੰਘ ਸੁਧਾ ਸਿੰਘ ਤੇ ਦੀਪ ਸਿੰਘ ਦੋਨੇ ਨੇ ਸੰਸਥਾਪਕ ਸੁਧਾ ਸਿੰਘ ਵੈਸੇ ਜਿਆਦਾ ਕਰੈਕਟਰ ਰਹੂਗਾ 100% ਸਹੀ ਹੈ ਸੁਧਾ ਸਿੰਘ ਬਣੂਗਾ ਸਹੀਦ ਮਿਸਲ ਦੇ ਸੰਸਥਾਪਕ ਅਗਲਾ ਆਪਣਾ ਹੈਗਾ ਸਵਾਲ 79 ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਕਿਹੜੀ ਸੀ ਤਾਂ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸਾਥੀਓ ਗੁਰਮਤਾ ਸੀ ਗੁਰਮਤਾ ਸਵਾਲ ਨੰਬਰ 80 ਗੁਰਮਤਾ ਤੋਂ ਕੀ ਭਾਵ ਹੈ ਤਾਂ ਇਹ ਵੀ ਆਪਾਂ ਦੱਸੀ ਮਤਾ ਤੋਂ ਗੁਰੂ ਦਾ ਫੈਸਲਾ ਗੁਰੂ ਦਾ ਮਤ ਸਵਾਲ ਨੰਬਰ 81 ਸਰਬਤ ਖਾਲਸਾ ਤੋਂ ਕੀ ਭਾਵ ਹੈ ਤਾਂ ਇਹ ਵੀ ਆਪਾਂ ਸੈਦ ਕਰ ਹੀ ਗਏ ਜਾਂਗੇ ਅਕਾਲ ਤਖਤ ਅੰਮ੍ਰਿਤਸਰ ਵਿਖੇ ਬੁਲਾਇਆ ਜਾਣ ਵਾਲਾ ਸਿੱਖ ਸੰमेलन ਨੂੰ ਕਿਹਾ ਜਾਂਦਾ ਸੀਗਾ ਸਰਬਤ ਖਾਲਸਾ ਅਕਾਲ ਤਖਤ ਤੇ ਬੁਲਾਇਆ ਜਾਂਦਾ ਹੈ ਸਵਾਲ ਸੀ ਸਿੱਖ ਮਿਸਲਾਂ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਤਾਂ ਇਹ ਆਪਾਂ ਟਾਈਮ ਲਾਵਾਂਗੇ ਸਿੱਖ ਮਿਸਲਾਂ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਬਿਲਕੁਲ ਸਹੀ ਜੀ ਰਜਨੀ ਜਗਸੀਰ ਮਨਪ੍ਰੀਤ ਕਰਨ ਸਾਰਿਆਂ ਸਾਥੀਆਂ ਦਾ ਸਹੀ ਹੈਗਾ ਤਾ ਸਰਦਾਰ ਕਿਹਾ ਜਾਂਦਾ ਸੀ ਸਿੱਖ ਮਿਸਲਾਂ ਦੇ ਮੁਖੀ ਨੂੰ ਸਵਾਲ ਨੰਬਰ 83 ਰਾਖੀ ਪ੍ਰਥਾ ਕੀ ਸੀ ਤਾਂ ਰਾਖੀ ਪ੍ਰਥਾ ਸਾਥਿਓ ਇਹ ਆਪਾਂ ਦੱਸ ਹੀ ਦਿੰਨੇ ਆ ਕਿ ਰਾਖੀ ਪ੍ਰਣਾਲੀ ਅਤੇ ਨਾਉਣ ਵਾਲੇ ਪਿੰਡਾਂ ਨੂੰ ਸਿੱਖ ਸੁਰੱਖਿਆ ਦਿੰਦੇ ਸੀ ਇਸ ਨੂੰ ਰਾਖੀ ਪ੍ਰਥਾ ਕਿਹਾ ਜਾਂਦਾ ਸੀ ਤਾਂ ਇਹ ਕਾਰਨ ਕਥਨ ਵਿੱਚ ਪੁੱਛਿਆ ਜਾ ਸਕਦਾ ਪਰ ਰਿਵੀਜ਼ਨ ਲਈ ਲੈ ਆਏ ਸਵਾਲ ਇਹ ਸਵਾਲ ਨੰਬਰ 84 ਕਿਸ ਦੇ ਵਿਚਾਰ ਅਨੁਸਾਰ ਸਿੱਖ ਮਿਸਲਾਂ ਦੇ ਸੰਗਠਨ ਦਾ ਸਰੂਪ संगीत संघी समवादी सीता लैक्चर केडर स्पैशली पूछा जा सकता गा जो कोई ईडिट की तैयारी कर रहा उस नहीं आ सकता ਛੋਟੇ ਪੇਪਰਾਂ 'ਚ ਨਹੀਂ ਆਊਗਾ ਇਹ ਹਾਈ ਲੈਵਲ ਦੇ ਪੇਪਰਾਂ 'ਚ ਆਊਗਾ ਕਿਸ ਨੇ ਕਿਹਾ ਸੀਗਾ ਸਿੱਖ ਮਿਸਲਾਂ ਦੇ ਸੰਗਠਨ ਦਾ ਸਰੂਪ ਧਰਮ ਤੰਤਰਿਕ ਸੰਗੀ ਸਮੰਤਵਾਦੀ ਤਾਂ ਇਹ ਜੀ ਡੀ ਕਨਿੰਗਮ ਨੇ ਕਿਹਾ ਜੀ ਜੀ ਡੀ ਕਨਿੰਗਮ ਤੁਸੀਂ ਸਕਰੀਨ ਸ਼ਾਟ ਲੈ ਲਓ ਸਵਾਲ ਨੰਬਰ ਅਗਲਾ ਆਪਣਾ ਬਣਦਾ ਹੈਗਾ 85 ਕਿਸ ਦੇ ਵਿਚਾਰ ਅਨੁਸਾਰ ਸਿੱਖ ਮਿਸਲਾਂ ਦਾ ਸੰਗਠਨ ਬਣਾਵਟ ਵਿੱਚ ਪਰਜਾਤੰਤਰੀ ਅਤੇ ਏਕਤਾ ਪ੍ਰਦਾਨ ਕਰਨ ਵਾਲੇ ਸਿਧਾਂਤਾਂ ਵਿੱਚ ਇੱਕ ਧਾਰਮਿਕ ਸੀਗੀ ਇਹ ਧਾਰਮਿਕ ਕਿਹਾਗਾ ਮਿਸਲਾਂ ਨੂੰ ਪਰਜਾਤੰਤਰੀ ਵੀ ਕਿਹਾਗਾ ਏਕਤਾ ਪ੍ਰਦਾਨ ਕਰਨ ਵਾਲੇ ਸਿਧਾਂਤਾਂ ਨਾਲ ਜੁੜੀ ਹੋਈ ਆ ਤਾਂ ਕਿਸ ਨੇ ਕਿਹਾਗਾ ਤਾਂ ਇਹ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਡਾਕਟਰ ਏਸੀ ਬੈਨਰਜੀ ਨੇ ਕਿਹਾ ਇਹ ਅਗਲਾ ਸਵਾਲ ਸਾਥੀਓ 85 1753 ਵਿੱਚ ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਕਿੰਨਾਂ ਨੇ ਫੈਜ਼ਲਪੁਰਿਆ ਮਿਸਲ ਦੀ ਅਗਵਾਈ ਕੀਤੀ ਤਾਂ ਹੁਣ ਨਵਾਬ ਕਪੂਰ ਸਿੰਘ ਦੀ ਮੌਤ ਹੁੰਦੀ ਹੈ 1753 ਵਿੱਚ ਤਾਂ ਇਸ ਤੋਂ ਬਾਅਦ ਫੈਜ਼ਲਪੁਰਿਆ ਮਿਸਲ ਦੀ ਅਗਵਾਈ ਕਿਸ ਨੇ ਕੀਤੀ ਸੀ ਫੈਜ਼ਲਪੁਰਿਆ ਮਿਸਲ ਦੀ ਅਗਵਾਈ ਨਵਾਬ ਕਪੂਰ ਸਿੰਘ ਤੋਂ ਬਾਅਦ ਬਿਲਕੁਲ ਸਹੀ ਜਗਸੀਰ ਜੀ ਜੱਸਾ ਸਿੰਘ ਜੀ ਜੱਸਾ ਸਿੰਘ ਹੋਊਗਾ ਜੀ ਸੌਰੀ ਸਥਿਓ ਨਵਾਬ ਫੈਜ਼ਲਪੁਰਿਆ ਮਿਸਲ ਦੀ ਖੁਸ਼ਹਾਲ ਸਿੰਘ ਤੇ ਬੁੱਧ ਸਿੰਘ ਨੇ ਕੀਤੀ ਹੈ ਜੀ ਅ ਸਿਮੀ ਜੀ ਦਾ ਤੇ ਡਿਸੈਂਡ ਕਾਲਜ ਦਾ ਬਿਲਕੁਲ ਸਹੀ ਹੈ ਜੱਸਾ ਸਿੰਘ ਆਲੂ ਵਾਲਿਆ ਵੀ ਸਹੀ ਹੈਗਾ ਇਹਨਾਂ ਨੇ ਵੀ ਅਗਵਾਈ ਕਰਦੇ ਰਹੇ ਹੈਗੇ ਜਸਾ ਸਿੰਘ ਆਲੂ ਵਾਲਿਆਂ ਮੇਨ ਦਲ ਖਾਲਸਾ ਦੇ ਰਹੇ ਨੇ ਮੇਨ ਦਲ ਖਾਲਸਾ ਰਿਹਾ ਉਹਨਾਂ ਕੋਲੇ ਇਹ ਯਾਦ ਰੱਖਿਓ ਤੇ ਇਹ ਕਰੈਕਟ ਕਰ ਲਿਓ ਫੈਜ਼ਲਪੁਰੀਆ ਅਗਵਾਈ ਫੈਜ਼ਲਪੁਰੀਆ ਮਿਸਲ ਦੀ ਅਗਵਾਈ ਤਾਂ ਖਸਾਲ ਸਿੰਘ ਤੇ ਬੁੱਧ ਸਿੰਘ ਹੀ ਕਰਦੇ ਨੇ ਸਵਾਲ ਨੰਬਰ 86 ਪੰਗੀ ਮਿਸਲ ਦਾ ਅਸਲ ਮੋਢੀ ਕੌਣ ਮੰਨਿਆ ਜਾਂਦਾ ਹੈ ਆਪਾਂ ਕੋਲ ਤੱਥ ਕਈ ਵਾਰੀ ਥੋੜੀ ਜਿਹੀ ਮਿਸਟੇਕ ਹੋ ਜਾਂਦੀ ਆਪਾਂ ਨਾਲ ਦੀ ਨਾਲ ਦਰੁਸਤ ਕਰ ਦਨੇ ਆ ਇਸ ਲਈ ਆਪਣਾ ਆਪ ਆਪ ਹੀ ਦਰੁਸਤ ਕਰ ਲਿਆ ਕਰੋ ਕਿ ਆਪਾਂ ਨੀਚੇ ਸਵਾਲ ਦਿੱਤੀ ਹੁੰਦਾ ਸਹੀ ਆਪਾਂ ਅਥੈਂਟਿਕ ਕਿਤਾਬ ਚੋਂ ਸਵਾਲ ਬਣਾਇਆ ਇਹ ਤੇ ਇੱਕ ਕਿਤਾਬ ਚੋਂ ਨਹੀਂ ਬਣਾਇਆ ਇਹ ਚਾਰ ਕਿਤਾਬਾਂ ਦੇ ਵਿੱਚੋਂ ਸਵਾਲ ਬਣਾਇਆ ਗਿਆ ਚਾਰ ਕਿਤਾਬਾਂ ਚੋਂ ਤਾਂ ਪੰਗੀ ਮਿਸਲ ਦਾ ਮੋਢੀ ਸਾਥੀਓ ਸਰਦਾਰ ਹਰੀ ਸਿੰਘ ਰਜਨੀ ਬਾਲਾ ਜੀ ਦਾ ਬਿਲਕੁਲ ਸਹੀ ਹੈ ਹਰੀ ਸਿੰਘ ਸੀਗੇ ਸਵਾਲ ਨੰਬਰ ਦੇਖੋ ਜੀ ਪੰਗੀ ਮਿਸਲ ਦਾ ਅਸਲੀ ਮੋਢੀ ਤਾਂ ਸਰਦਾਰ ਹਰੀ ਸਿੰਘ ਨੂੰ ਮੰਨਿਆ ਜਾਂਦਾ ਤੇ ਸੰਸਥਾਪਕ ਮੰਨਿਆ ਜਾਂਦਾ ਸੱਜਾ ਸਿੰਘ ਨੂੰ ਹੁਣ ਜੇ ਅਸਲੀ ਮੋਢੀ ਕੋਈ ਫਰਕ ਹੁੰਦਾ ਅਸਲੀ ਮੋਢੀ ਦੇ ਵਿੱਚ ਵੀ ਅਸਲੀ ਮੋਢੀ ਤਾਂ ਹੈਗਾਗਾ ਸਰਦਾਰ ਹਰੀ ਸਿੰਘ ਤੇ ਸੰਸਥਾਪਕ ਸੱਜਾ ਸਿੰਘ ਯਾਦ ਰੱਖਣਾ ਸਵਾਲ ਨੰਬਰ 87 ਪੰਗੀ ਮਿਸਲ ਦੇ ਹੋਰ ਪ੍ਰਸਿੱਧ ਆਗੂ ਕੌਣ ਸੀ ਤਾਂ ਇਹ ਵੀ ਤੁਸੀਂ ਨੋਟ ਰੱਖਨੇ ਆ ਝੰਡਾ ਸਿੰਘ ਤੇ ਗੰਡਾ ਸਿੰਘ ਸਵਾਲ ਨੰਬਰ 88 ਰਾਮਗੜੀਆ ਮਿਸਲ ਦਾ ਮੋਢੀ ਕੌਣ ਸੀ ਤਾ ਸਾਥੀਓ ਰਾਮਗੜੀਆ ਮਿਸਲ ਦਾ ਮੋਢੀ ਖੁਸ਼ਹਾਲ ਸਿੰਘ ਸੀਗਾ ਨੋਟ ਕਰ ਲਓ ਰਜਨੀਜੀ ਦਾ ਸਹੀ ਉੱਤਰ ਹੈਗਾ ਖੁਸ਼ਹਾਲ ਸਿੰਘ ਆ ਰਾਮਗੜੀਆ ਮਿਸਲ ਦਾ ਮੋਢੀ ਸਵਾਲ ਨੰਬਰ ਆਪਣਾ 89 ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਕਿਹੜੇ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਸੀ 1 2 3 ਕਿਹੜੇ ਵੀ ਇਲਾਕੇ ਤੁਹਾਨੂੰ ਪਤਾ ਨੇ ਕਮੈਂਟ ਕਰ ਸਕਦੇ ਹੋ ਕਿਹੜੇ ਇਲਾਕੇ ਨੂੰ ਆਪਣੇ ਅਧੀਨ ਕੀਤਾਗਾ ਜੱਸਾ ਸਿੰਘ ਰਾਮਗੜੀਆ ਨੇ ਇਹ ਇਲਾਕੇ ਪੁੱਛੇ ਜਾ ਸਕਦੇ ਨੇ ਬਾਰੀ ਦੁਆਬ ਤੇ ਜਲੰਧਰ ਦੁਆਬ ਜੱਸਾ ਸਿੰਘ ਰਾਮਗੜੀਆ ਨੇ ਆਪਣੇ ਅਧੀਨ ਕੀਤਿਆ ਸਾਥਿਓ ਸਵਾਲ ਨੰਬਰ 90 1803 ਵਿੱਚ ਜੱਸਾ ਸਿੰਘ ਰਾਮਗੜੀਆ ਦੀ ਮੌਤ ਤੋਂ ਬਾਅਦ ਰਾਮਗੜੀਆ ਮਿਸਲ ਦੀ ਜੋਗ ਅਗਵਾਈ ਕਿਸ ਨੇ ਕੀਤੀ ਕਾਂਸ਼ਰੀ ਅਗਵਾਈ ਕੀਤੀ ਆ ਸਾਥਿਓ ਜੋਧ ਸਿੰਘ ਮਨਪ੍ਰੀਤ ਕੌਰ ਜੀ ਅਮਰਤਪ ਕੌਰ ਜੀ ਸਾਰੇ ਸਾਥੀਆਂ ਦਾ ਸਹੀ ਆ ਜੋਧ ਸਿੰਘ ਨੇ ਅਗਵਾਈ ਕੀਤੀ ਆ ਰਾਮਗੜੀਆ ਤੋਂ ਬਾਅਦ ਜੱਸਾ ਸਿੰਘ ਜੱਸਾ ਸਿੰਘ ਰਾਮਗੜੀਆ ਦੀ ਮੌਤ 1803 ਚ ਆਪਾਂ ਸਵਾਲ ਬਣਾਈ ਹੋਇਆ ਸਵਾਲ ਨੰਬਰ 91 ਸ਼ੁਰੂ ਵਿੱਚ ਸ਼ੁਕਰ ਚੱਕੀਆਂ ਮਿਸਲ ਦਾ ਕਿਹੜਾ ਇਲਾਕਾ ਸੀ ਕਿਹੜੇ ਇਲਾਕੇ ਦੇ ਵਿੱਚ ਪਰਫੁੱਲਤ ਹੋਈ ਹੈਗੀ ਸ਼ੁਕਰ ਚੱਕੀਆਂ ਮਿਸਲ ਤਹੇ ਇਲਾਕਾ ਸਾਥਿਓ ਸੀਗਾ ਰਚਨਾ ਤੇ ਝੱਜ ਦਵਾਬ ਰਚਨਾ ਤੇ ਚੱਜ ਦਵਾ ਪੁੱਛਿਆ ਜਾ ਸਕਦਾ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਵਿੱਚ ਸਵਾਲ ਬਣ ਸਕਦਾ ਹੈ ਸਵਾਲ ਨੰਬਰ ਆਪਣਾ ਹੈ 92 1798 ਈਸਵੀ ਵਿੱਚ ਜੈ ਸਿੰਘ ਦੀ ਮੌਤ ਹੋਈ ਹੈ ਯਾਦ ਰੱਖਣਾ ਕਦੋਂ ਮੌਤ ਹੁੰਦੀ ਹੈ ਜੈ ਸਿੰਘ ਦੀ 1798 ਚ ਤਾਂ ਉਸ ਤੋਂ ਬਾਅਦ ਕਨਈਆ ਮਿਸਲ ਦਾ ਕੋਣ ਬਣੀ ਬਿਲਕੁਲ ਸਹੀ ਜੀ ਜਗਸੀਰ ਜੀ ਸਦਾ ਕੌਰ ਸਦਾ ਕੌਰ ਆਊਗਾ ਸਦਾ ਕੌਰ ਜੈ ਸਿੰਘ ਕਨਿਆ ਤੋਂ ਬਾਅਦ 18 1798 ਵਿੱਚ ਕਨਿਆ ਮਿਸਲ ਦੀ ਆਗੂ ਬਣਦੀ ਆ ਸਵਾਲ ਨੰਬਰ ਆਪਣਾ ਹੈਗਾ 93 ਅਹਲੂ ਵਾਲਿਆ ਮਿਸਲ ਦੇ ਸਰਦਾਰ ਜੱਸਾ ਸਿੰਘ ਆਹਲੂ ਵਾਲਿਆ ਨੇ ਕਿਹੜੇ ਇਲਾਕਿਆਂ ਦੇ ਕਬਜ਼ਾ ਕਰਕੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਇਹ ਇਲਾਕੇ ਤੁਸੀਂ ਸਕਰੀਨ ਸ਼ਾਟ ਲੈ ਲਓ ਸਾਥੀਓ ਜਲੰਧਰ ਦਬਾਬ ਤੇ ਬਾਰੀ ਦਬਾਬ ਇਹ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ 'ਚ ਸਵਾਲ ਬਣ ਸਕਦੇ ਆਗੇ ਜਲੰਧਰ ਦਬਾਬ ਤੇ ਬਾਰੀ ਦਬਾਬ 'ਚ ਕਿਹਨੇ ਕਬਜ਼ਾ ਕੀਤਾ ਤਾਂ ਜੱਸਾ ਸਿੰਘ ਆਲੂਵਾਲੀਆ ਨੇ ਕੀਤਾ ਸੀਗਾ ਆਲੂਵਾਲੀਆ ਮਿਸਾਲ ਕਿੱਥੇ ਸੀਗੀ ਸਵਾਲ ਬਣ ਸਕਦਾ ਜਲੰਧਰ ਦਬਾਬ ਤੇ ਬਾਰੀ ਦਬਾਬ 'ਚ ਤੇ ਸਵਾਲ ਨੰਬਰ ਆਪਣਾ ਹੈਗਾ 94 ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਕਿਹੜੀ ਉਪਾਦੀ ਧਾਰਨ ਕੀਤੀ ਇਹ ਸਾਥੀਆਂ ਨੇ ਜਵਾਬ ਦੇ ਹੀ ਦਿੱਤਾ ਸੀਗਾ ਸੁਲਤਾਨ ਉਲ ਕੌਮ ਸੁਲਤਾਨ ਉਲ ਕੌਮ ਜਿਹਨੂੰ ਨਹੀਂ ਪਤਾ ਤਾਂ ਉਹ ਨੋਟ ਕਰ ਲਓ ਸਾਥਿਓ ਸਵਾਲ ਨੰਬਰ 95 1783 ਈਸਵੀ ਵਿੱਚ ਜੱਸਾ ਸਿੰਘ ਆਲੂਵਾਲੀਆ ਦੀ ਮੌਤ ਹੁੰਦੀ ਆ ਸਾਰਿਆਂ ਨੂੰ ਪਤਾ ਤਾਂ ਉਹਨਾਂ ਤੋਂ ਬਾਅਦ ਕਿੰਨਾ ਨੇ ਸ਼ਾਸਨ ਕੀਤਾ ਤੇ ਸ਼ਾਸਨ ਕੀਤਾ ਸਾਥਿਓ ਭਾਗ ਸਿੰਘ ਸਭ ਤੋਂ ਪਹਿਲਾਂ ਉਤਰ ਅਮਰਿਤਪਾਲ ਕੌਰ ਜੀ ਦਾ ਆਇਆ ਭਾਗ ਸਿੰਘ ਤੇ ਫਤੇ ਸਿੰਘ ਆਲੂਵਾਲੀਆ ਭਾਗ ਸਿੰਘ ਤੇ ਫਤੇ ਸਿੰਘ ਆਲੂਵਾਲੀਆ ਸਵਾਲ ਨੰਬਰ 96 ਜੱਸਾ ਸਿੰਘ ਆਲੂਵਾਲੀਆ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ 1718 ਦੇ ਵਿੱਚ ਲਾਹੌਰ ਦੇ ਨੇੜੇ ਆਹਲੂ ਪਿੰਡ 'ਚ ਹੋਇਆ ਸਾਥਿਓ ਲਾਹੌਰ ਦੇ ਨੇੜੇ ਆਹਲੂ ਪਿੰਡ 'ਚ 1718 ਦੇ ਵਿੱਚ ਸਵਾਲ ਨੰਬਰ ਆਪਣਾ ਹੈਗਾ 97 ਜੱਸਾ ਸਿੰਘ ਆਹਲੂ ਵਾਲੀਆ ਦੇ ਪਿਤਾ ਜੀ ਦਾ ਨਾਮ ਪਿਤਾ ਜੀ ਦਾ ਨਾਮ ਬਦਰ ਸਿੰਘ ਦੇ ਅਕਾਲ ਚਲਾਣਾ ਕਿਸ ਦੇ ਕਿਸ ਨੇ ਉਸ ਦੇ ਪੁੱਤਨਾ ਵਾਂਗ ਪਾਲਣਾ ਕੀਤੀ ਮਤਲਬ ਜੱਸਾ ਸਿੰਘ ਆਹਲੂ ਵਾਲੀਆ ਦੇ ਪਿਤਾ ਦੀ ਮੌਤ ਹੁੰਦੀ ਹੈਗੀ ਉਸ ਤੋਂ ਬਾਅਦ ਪੁੱਤਰਾਵਾਂ ਕੌਣ ਉਸ ਦਾ ਪਾਲਣ ਪੋਸ਼ਣ ਕਰਦਾ ਉਹਨਾਂ ਦੇ ਪਿਤਾ ਦਾ ਨਾਮ ਹੈਗਾਗਾ ਬਦਰ ਸਿੰਘ ਤਾਂ ਜੱਸਾ ਸਿੰਘ ਆਲੂ ਵਾਲੀ ਦਾ ਪਿਤਾ ਬਦਰ ਸਿੰਘ ਤਾਂ ਉਸ ਤੋਂ ਬਾਅਦ ਜਦੋਂ ਕਾਲ ਚਲਾਣਾ ਕਰ ਜਾਂਦਾ ਉਹਨਾਂ ਦਾ ਪਿਤਾ ਦਾ ਉਹਨਾਂ ਨੂੰ ਪਾਲਦੇ ਆਪਣੇ ਪੁੱਤਰਾ ਵਾਂਗ ਨਵਾਬ ਕਪੂਰ ਸਿੰਘ ਸਵਾਲ ਨੰਬਰ 98 1739 ਇਸਵੀ ਵਿੱਚ ਕਿਸ ਦੀ ਅਗਵਾਈ ਹੇਠ ਸਿੱਖਾਂ ਨੇ ਨਾਦਰ ਸਾਹਿਬ ਦੀ ਫੌਜ ਉੱਤੇ ਹਮਲਾ ਕਰਕੇ ਬਹੁਤ ਸਾਰਾ ਧਨ ਲੁੱਟ ਲਿਆ ਸੀ ਬਿਲਕੁਲ ਸਹੀ ਜੀ ਸਿਮੀ ਜੀ ਦਾ ਜੱਸਾ ਸਿੰਘ ਆਹਲੂਵਾਲੀਆ ਜੱਸਾ ਸਿੰਘ ਦੀ ਅਗਵਾਈ ਚ ਨਾਦਰ ਸਿੰਘ ਨੂੰ ਲੁੱਟਿਆ ਸੀਗਾ ਨਾਦਰ ਸਾਹਿਬ ਨੂੰ ਨੰਬਰ 99 1747 ਈਸਵੀ ਵਿੱਚ ਅੰਮ੍ਰਿਤਸਰ ਦੇ ਕਿਹੜੇ ਫੌਜਦਾਰ ਨੇ ਦਰਬਾਰ ਸਾਹਿਬ ਵਿੱਚ ਸਿੱਖਾਂ ਦੇ ਪ੍ਰਵੇਸ਼ ਤੇ ਬਹੁਤ ਸਖਤ ਪਾਬੰਦੀਆਂ ਲਗਾ ਦਿੱਤੀਆਂ ਸੀ ਜਸਤਾ ਸਿੰਘ ਦੀ ਜੋਗ ਅਗਵਾਈ ਹੇਠ ਸਿੱਖਾਂ ਨੇ ਲਾਹੌਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ ਤਾਂ ਪਿਛਲੇ ਸਵਾਲ ਦਾ ਵੀ ਧਿਆਨ ਰੱਖਣਾ ਅੰਮ੍ਰਿਤਸਰ ਦਾ ਫੌਜਦਾਰ ਸਲਾਬਤ ਖਾਨ ਸੀ ਜਿਨੇ ਪਵੰਦੀ ਲਾਤੀ ਸੀ ਦਰਬਾਰ ਸਾਹਿਬ ਤੇ ਸਿੱਖਾਂ ਦੀ ਸਿੱਖਾਂ ਦੇ ਪ੍ਰਵੇਸ਼ ਤੇ ਜੱਸਾ ਸਿੰਘ ਦੀ ਜੋਗ ਅਗਵਾਈ ਹੇਠ ਸਿੱਖਾਂ ਨੇ ਲਾਹੌਰ ਤੇ ਕਬਜ਼ਾ ਕੀਤਾਗਾ 1761 ਦੇ ਵਿੱਚ ਜੀ 1761 ਦੇ ਵਿੱਚ ਕਬਜ਼ਾ ਕੀਤਾਗਾ ਸਵਾਲ ਇਹ ਨੋਟ ਰੱਖਣਾਗਾ ਤੱਥ ਸਵਾਲ ਨੰਬਰ ਆਪਣਾ 101 ਜੱਸਾ ਸਿੰਘ ਆਹਲੂਵਾਲੀਆ ਨੇ ਸਰਹਿੰਦ ਤੇ ਕਦੋਂ ਕਬਜ਼ਾ ਕੀਤਾ ਸਾਥਿਓ ਸ੍ਰਿਹਿੰਦ ਦੇ ਕਬਜ਼ਾ ਕੀਤਾਗਾ 1764 ਦੇ ਵਿੱਚ ਸਵਾਲ ਨੰਬਰ 102 ਜਸਤਾ ਸਿੰਘ ਆਲੂਵਾਲੀਆਂ ਨੇ ਕਪੂਰਥਲਾ ਤੇ ਕਦੋਂ ਕਬਜ਼ਾ ਕੀਤਾ ਬਾਦ ਦੇ ਵਿੱਚ ਕਪੂਰਥਲਾ ਨੂੰ ਰਾਜਤਾਨੀ ਵੀ ਬਣਾਉਂਦੇ ਆ ਆਲੂ ਵਾਲੀ ਅਮਸਲ ਦੀ ਪਾਛ ਦਾ ਬਿਲਕੁਲ ਸਹੀ ਉੱਤਰ ਹੈ 1778 ਇਹ ਵੀ ਨੋਟ ਕਰ ਲਓ ਸਾਥੀਓ 1778 ਦੇ ਵਿੱਚ ਕਪੂਰਥਲਾ ਦੇ ਕਬਜ਼ਾ ਕੀਤਾਗਾ ਸਵਾਲ ਨੰਬਰ ਆਪਣਾ 103 ਜੱਸਾ ਸਿੰਘ ਰਾਮਗੜੀਆ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਦੈਂਦਾ ਬਿਲਕੁਲ ਸਹੀ ਉੱਤਰ ਆ 1723 ਵਿੱਚ ਲਾਹੌਰ ਦੇ ਨੇੜੇ ਇਛੋਗਿਲ ਇਛੋਗਿਲ ਯਾ ਰੱਖਣਾ ਉੱਥੇ ਉਹਨਾਂ ਦਾ ਜਨਮ ਹੁੰਦਾਗਾ ਸ੍ਰੋਤ ਇਹਨਾਂ ਦਾ ਨਾਮ ਇਛੋਗਿਲ ਸੀਗਾ ਤਾ ਸਰਦਾਰ ਭਗਵਾਨ ਸਿੰਘ ਦੇ ਘਰੇ ਉਹਨਾਂ ਦਾ ਜਨਮ ਹੁੰਦਾਗਾ 1700 23 ਦੇ ਵਿੱਚ ਹੁੰਦਾ ਜੀ ਸਵਾਲ ਨੰਬਰ ਆਪਣਾ 104 ਜੱਸਾ ਸਿੰਘ ਪਹਿਲਾਂ ਕਿਸ ਦੇ ਅਧੀਨ ਨੌਕਰੀ ਕਰਦਾ ਰਿਹਾ ਕਰਨਡ ਸੈਂਟਰ ਹਰਜੰਟ ਰਜਨੀ ਸਾਰੇ ਸਾਥੀਆਂ ਦਾ ਬਿਲਕੁਲ ਸਹੀ ਜਲੰਧਰ ਦੇ ਫੌਜਦਾਰ ਅਦੀਨਾ ਵੇਗਦੀਨ ਸਵਾਲ ਨੰਬਰ 105 ਮਹਾ ਸਿੰਘ ਨੇ ਰਸੂਲ ਨਗਰ ਦਾ ਨਾਮ ਬਦਲ ਕੇ ਕੀ ਰੱਖਿਆ ਸੀ ਆ ਮਿਸਲਾਂ ਦੇ ਟਾਈਮ 'ਚ ਵੀ ਸ਼ੁਕਰ ਚੱਕੀਆ ਮਿਸਲ ਦੇ ਨੇਤਾ ਮਹਾ ਸਿੰਘ ਨੇ ਰਸੂਲ ਨਗਰ ਦਾ ਨਾਮ ਬਦਲਿਆ ਸੀਗਾ ਇਸ ਦਾ ਨਾਮ ਰੱਖਤਾ ਸੀ ਰਾਮਨਗਰ ਨੋਟ ਰੱਖੋ ਸਾਥੀ ਰਾਮਨਗਰ ਨਾ ਰੱਖਤਾ ਸੀ ਰਸੂਲ ਦੀ ਜਗ੍ਹਾ ਨਾਮ ਕਰਤਾ ਸੀ ਸਵਾਲ ਨੰਬਰ 106 ਮਹਾ ਸਿੰਘ ਨੇ ਅੜੀਪੁਰ ਦਾ ਨਾਮ ਬਦਲ ਕੇ ਕੀ ਰੱਖ ਦਿੱਤਾ ਸੀ ਤਾਂ ਇਹ ਵੀ ਪੁੱਛਿਆ ਜਾ ਸਕਦਾ ਸਾਥਿਓ ਕਿਉਂਕਿ ਰਣਜੀਤ ਸਿੰਘ ਨਾਲ ਵੀ ਜੁੜ ਕੋਲਕੋਲ ਸਈਆ ਅਕਾਲਗੜ ਅਲੀ ਨੂੰ ਅਕਾਲ ਕਰਤਾ ਸੀ ਅਲੀਪੁਰ ਦਾ ਰਖਤਾ ਸੀਗਾ ਅਕਾਲਗੜ ਰਸੂਲ ਨਗਰ ਦਾ ਰਖਤਾ ਰਾਮਨਗਰ ਇਹ ਦੋਨੇ ਨੋਟ ਰੱਖਣੇ ਆ ਤੁਸੀਂ ਯਾ ਰੱਖਣੇ ਆ ਸਵਾਲ ਨੰਬਰ 107 ਮਹਾ ਸਿੰਘ ਨੇ ਭੰਗੀ ਸਰਦਾਰਾਂ ਤੋਂ ਕਿਹੜੇ ਇਲਾਕਿਆਂ ਨੂੰ ਜਿੱਤਿਆ ਸੀ ਦਾ ਬਿਲਕੁਲ ਸਹੀ ਉੱਤਰ ਆ ਮਲਤਾਨ ਬਹਾਵਲਪੁਰ ਤੇ ਸਾਹੀਵਾਲ ਅੰਜਨਾ ਜੀ ਦਾ ਬਿਲਕੁਲ ਸਹੀ ਆ ਮਲਤਾਨ ਬਹਾਵਲਪੁਰ ਤੇ ਸਾਹੀਵਾਲ ਮਹਾ ਸਿੰਘ ਨੇ ਜਿੱਤੇ ਆ ਪੰਗੀ ਸਰਦਾਰਾਂ ਤੋਂ ਸਵਾਲ ਨੰਬਰ ਆਪਣਾ 108 ਬਟਾਲਾ ਦੇ ਨੇੜੇ ਹੋਈ ਲੜਾਈ ਵਿੱਚ ਜੈ ਸਿੰਘ ਦਾ ਪੁੱਤਰ ਮਾਰਿਆ ਗਿਆ ਤਾਂ ਉਹਨਾਂ ਦਾ ਪੁੱਤਰ ਕਿਹੜਾ ਸੀ ਜਿਹੜਾ ਜੈ ਸਿੰਘ ਦਾ ਮਾਰਿਆ ਗਿਆ ਸੀ ਤੇ ਇਹ ਮਹਾ ਸਿੰਘ ਦੇ ਹੱਥੋਂ ਮਾਰਿਆ ਗਿਆ ਸੀਗਾ ਤੇ ਸ਼ੁਕਰ ਚੱਕੀ ਆ ਤੇ ਕਨਈਆ ਮਸਲ ਦੇ ਵਿੱਚ ਬਾਅਦ ਦੇ ਵਿੱਚ ਕਾਫੀ ਮਤਭੇਦ ਹੋ ਜਾਂਦੇ ਆ ਸਦਾ ਕੌਰ ਬਾਅਦ ਦੇ ਵਿੱਚ ਮਤਭੇਦ ਦੂਰ ਕਰਦੀ ਆ ਰਿਸ਼ਤਾ ਕਰਦਾਂ ਦੀ ਆਪਣੀ ਪੁੱਤਰੀ ਦਾ ਰਣਜੀਤ ਸਿੰਘ ਨਾਲ ਤਾਂ ਜੈ ਸਿੰਘ ਦਾ ਪੁੱਤਰ ਸੀਗਾ ਤਾਂ ਜੋ ਮੰਨਣੀ ਰਿਆ ਸੀਗਾ ਤਾਂ ਮਹਾ ਸਿੰਘ ਉਹਨਾਂ ਦਾ ਕਤਲ ਕਰਦਾਂਦੇ ਆ ਬਟਾਲਾ ਦੀ ਲੜਾਈ ਚ ਕਰਦੇ ਆਗੇ ਤੌ ਹੈ ਗਿਆ ਗੁਰਬਖਸ਼ ਸਿੰਘ ਗੁਰਬਖਸ਼ ਸਿੰਘ ਨੇ ਸਵਾਲ ਨੰਬਰ 109 ਮਹਾ ਸਿੰਘ ਦੀ ਮੌਤ ਕਦੋਂ ਹੋਈ ਸੀ ਤੈਸਦਾ ਬਿਲਕੁਲ ਸਹੀ ਉੱਤਰ ਆਇਆ ਜੀ ਮਨਪ੍ਰੀਤ ਜੀ ਦਾ 1792 1792 ਵਿੱਚ ਮਹਾ ਸਿੰਘ ਦੀ ਮੌਤ ਹੁੰਦੀ ਆ ਸਵਾਲ ਨੰਬਰ 110 ਪਟਿਆਲਾ ਹਾਲਾ ਸਿੰਘ ਨੇ ਕਦੋਂ ਸਰਹਿੰਦ ਤੇ ਜਿੱਤ ਪ੍ਰਾਪਤ ਕੀਤੀ ਆਲਾਗ ਨੇ ਸਰਹਿੰਦ ਦੇ ਜਿੱਤ ਪ੍ਰਾਪਤ ਕੀਤੀ ਹੈ ਸਾਥੀਓ ਨੋਟ ਕਰ ਲੋ 1764 ਦੇ ਵਿੱਚ 1764 ਦੇ ਵਿੱਚ ਆਲਾ ਸਿੰਘ ਨੇ ਸਰਹਿੰਦ ਦੇ ਜਿੱਤ ਪ੍ਰਾਪਤ ਕੀਤੀ ਆ ਸਵਾਲ ਨੰਬਰ ਆਪਣਾ ਹੈਗਾ 111 1765 ਵਿੱਚ ਆਲਾ ਸਿੰਘ ਤੋਂ ਬਾਅਦ ਕਿੰਨਾ ਨੇ ਸ਼ਾਸਨ ਕੀਤਾ ਸਾ 1765 ਦੇ ਵਿੱਚ ਹਮਰ ਸਿੰਘ ਤੇ ਸੈਭ ਸਿੰਘ ਨੇ ਆਲਾ ਸਿੰਘ ਤੋਂ ਬਾਅਦ ਸ਼ਾਸਨ ਕੀਤਾਗਾ 64 ਦੇ ਵਿੱਚ ਉਹ ਜਿੱਤਦੇ ਨੇ ਸਰਹਿੰਦ ਸਵਾਲ ਨੰਬਰ ਆਪਣਾ ਹੈਗਾ 112 ਨਾਭਾ ਵਿਕੇ ਫੁਲਕੀਆਂ ਮਿਸਲ ਦੀ ਸਥਾਪਨਾ ਕਿਸ ਨੇ ਕੀਤੀ ਸੀ ਇੱਕ ਜੀਂਦ ਵਿੱਚ ਕੀਤੀ ਹੈ ਨਾਭਾ ਵਿੱਚ ਕੀਤੀ ਹੈ ਤੇ ਪਟਿਆਲਾ ਵਿੱਚ ਤਿੰਨ ਭਾਗਾਂ ਦੇ ਵਿੱਚ ਵੰਡੀ ਹੋਈ ਸੀ ਫੁਲਕੀਆਂ ਮਿਸਲ ਤੇ ਜਿਹੜੀ ਕਿ ਦਲ ਖਾਲਸਾ ਦਾ ਹਿੱਸਾ ਨਹੀਂ ਸੀ ਤਾਂ ਬਿਲਕੁਲ ਸਹੀ ਸਾਥੀਓ ਇਸ ਦਾ ਉੱਤਰ ਆ ਰਿਹਾ ਹੈਗਾ ਹਮੀਰ ਸਿੰਘ ਹਮੀਰ ਸਿੰਘ ਮਿਨਾਕਸ਼ੀ ਜੀ ਦਾ ਉੱਤਰ ਪਹਿਲਾਂ ਆਇਆ ਹੈਗਾ ਹਮੀਰ ਸਿੰਘ ਨੇ ਫੁਲਕੀਆਂ ਮਿਸਲ ਜੋ ਨਾਬਾ ਵਿਖੇ ਆ ਗਈ ਉਸ ਦੀ ਸਥਾਪਨਾ ਕੀਤੀ ਆ 113 ਸਵਾਲ ਆਪਣਾ हमीर सिंह ने कदों तो कदों तक शासन किया भी नोट कर लो साथियों हमीर सिंह ने शासन किया सतारा सौ पचवंजा तो लैके सतारा सौ तिरासी ईस्वी तक ਅਗਲਾ ਸਵਾਲ ਆਪਣਾ ਹਮੀਰ ਸਿੰਘ ਤੋਂ ਬਾਅਦ ਕੌਣ ਗੱਦੀ ਤੇ ਬੈਠਾ ਤਾਂ ਇਹ ਵੀ ਨੋਟ ਕਰੋ ਸਕਰੀਨ ਸ਼ਾਟ ਲੈ ਲਓ ਸਾਥਿਓ ਹੋਂਦਾ ਪੁੱਤਰ ਜਸਵੰਤ ਸਿੰਘ ਹਮੀਰ ਸਿੰਘ ਦਾ ਪੁੱਤਰ ਜਸਵੰਤ ਸਿੰਘ ਗੱਦੀ ਤੇ ਬੈਠਿਆ ਸੀਗਾ ਸਵਾਲ ਨੰਬਰ 115 ਜੀਂਦ ਵਿਖੇ ਫੋੜਪ ਕੀਆ ਮਸਲਦਾ ਸੰਸਥਾਪਕ ਕੌਣ ਸੀ ਹੁਣ ਜੀਨ ਦੇ ਬਖੇ ਦੱਸਣਾਗਾ ਕਮੈਂਟ ਕਰੋ ਸਾਥੀਓ ਜੀਨ ਦੇ ਬਖੇ ਬਿਲਕੁਲ ਸਹੀ ਜੀ ਮਨਕਸੀ ਜੀ ਦਾ ਤਾਂ ਇਹ ਸੀਗੇ ਗਜਪਤ ਸਿੰਘ ਗਜਪਤ ਸਿੰਘ ਸੀਗੇ ਸਵਾਲ ਨੰਬਰ 116 ਗਜਪਤ ਸਿੰਘ ਨੇ ਕਿਹੜੇ ਇਲਾਕਿਆਂ ਨੂੰ ਜਿੱਤ ਲਿਆ ਸੀ ਕਿਹੜੇ ਇਲਾਕੇ ਉਹਦੇ ਅੰਦਰ ਆਉਂਦੇ ਸੀ ਕਿ ਗਜਪਤ ਸਿੰਘ ਦੇ ਤਾਂ ਇਹ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਸਾਥਿਓ ਤਾਂ ਇਹਨਾਂ ਨੇ ਪਾਣੀਪਤ ਤੇ ਕਰਨਾਲ ਦੇ ਇਲਾਕੇ ਜਿੱਤੇ ਸੀਗੇ ਪਾਣੀਪਤ ਤੇ ਕਰਨਾਲ ਸਵਾਲ ਨੰਬਰ 117 ਗਾਇਪਤ ਸਿੰਘ ਨੇ ਆਪਣੀ ਸੁਪੁੱਤਰੀ ਰਾਜਕੌਰ ਦਾ ਵਿਆਹ ਕਿਸ ਨਾਲ ਕੀਤਾ ਸੀ ਬਿਲਕੁਲ ਸਹੀ ਜੀ ਕਰਨ ਨਹੀਂ ਸਾਥੀਓ ਡਿਸੈਂਟ ਕੌਰ ਦਾ ਸਹੀ ਹੈਗਾ ਰਾਜਕੌਰ ਦਾ ਵਿਆਹ ਮਹਾ ਸਿੰਘ ਨਾਲ ਹੁੰਦਾ ਜੀ ਮਹਾ ਸਿੰਘ ਨਾਲ ਰਾਜਕੌਰ ਦਾ ਵਿਆਹ ਮਹਾ ਸਿੰਘ ਨਾਲ ਹੋਇਆ ਸੀਗਾ ਨੋਟ ਕਰ ਲਓ ਸਾਥੀਓ ਯਾਦ ਰੱਖਿਓ ਇਹਨੂੰ ਸਵਾਲ ਨੰਬਰ ਆਪਣਾ 118 ਜਿੰਦ ਮਿਸਲ ਅੰਗਰੇਜ਼ਾਂ ਦੀ ਸਰਪ੍ਰਸਤੀ ਹੇਠ ਕਦੋਂ ਚਲੀ ਗਈ ਸੀ ਦੁਬਾਰਾ ਫੇਰ ਰਿਪੀਟ ਕਰਦੇ ਹਾਂ ਜੀਨ ਦੀ ਫੁਲਕੀਆਂ ਮਿਸਲ ਸੀ ਗਜਪਤ ਸਿੰਘ ਨੇ ਇਹ ਦੀ ਸਥਾਪਨਾ ਕੀਤੀ ਹੈ ਤਾਂ ਇਹ ਮਿਸਲ ਅੰਗਰੇਜ਼ਾਂ ਦੀ ਸਰਪ੍ਰਸਤੀ ਚ ਚੱਲੀ ਗਈ ਸੀ ਕਦੋਂ ਗਈ ਸੀ ਤਾਂ ਇਹ ਗਈ ਸੀ ਸਾਥੀਓ 1809 ਦੇ ਵਿੱਚ 1809 ਨੋਟ ਕਰ ਲਓ ਅੰਜਨਾ ਮਕੇਰੀਆ ਜੀ ਦਾ ਬਿਲਕੁਲ ਸਹੀ 1809 ਅਗਲਾ ਸਵਾਲ ਆਪਣਾ 119 ਕਿਸ ਦੀਆਂ ਸਵਾਵਾਂ ਨੂੰ ਦੇਖਦੇ ਹੋਏ ਮੁਗਲ ਬਾਦਸ਼ਾਹ ਮੁਹੰਮਦ ਸਾਹ ਰੰਗੀਲਾ ਨੇ ਉਸ ਨੂੰ ਇੱਕ ਗਲਤ ਪੇਟ ਕੀਤੀ ਸੀ ਤਾਂ ਇਹਦਾ ਬਿਲਕੁਲ ਸਹੀ ਉੱਤਰ ਹੈ ਸਾਥਿਓ ਆਲਾ ਸਿੰਘ ਨੂੰ ਆਲਾ ਸਿੰਘ ਦੀਆਂ ਸ਼ਿਵਾਵਾਂ ਨੂੰ ਦੇਖਦੇ ਹੋਏ ਮੁਹੰਮਦ ਸਾਹ ਰੰਗੀਲਾ ਨੇ ਉਸਨੇ ਇੱਕ ਖੇਲਤ ਪੇਟ ਕੀਤੀ ਸੀ ਸਾਥੀਓ ਸਵਾਲ ਨੰਬਰ 120 ਆਲਾ ਸਿੰਘ ਨੇ ਕਿਹੜੇ ਇਲਾਕਿਆਂ ਤੇ ਕਬਜ਼ਾ ਕਰ ਲਿਆ ਸੀ ਤਏ ਇਲਾਕੇ ਦੱਸੋ ਸਾਥੀਓ ਆਲਾ ਸਿੰਘ ਨੇ ਬੁਲਾਡਾ ਤੁਹਾਣਾ ਪਟਨੇ ਜੈਮਲਪੁਰ ਇਹ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਸੀ ਸਵਾਲ ਨੰਬਰ 121 ਕਿਸ ਨੇ ਬਰਨਾਲਾ ਤੇ ਹਮਲਾ ਕਰਕੇ ਆਲਾ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਕਿਸ ਨੇ ਬਰਨਾਲਾ ਤੇ ਹਮਲਾ ਕਰਕੇ ਆਲਾ ਸਿੰਘ ਨੂੰ ਸਾਥਿਓ ਇਹ ਕੀਤਾਗਾ ਅਬਦਾਲੀ ਨੇ 1762 ਵਿੱਚ ਆਪਣੇ ਸਿਮੇ ਹਮਲੇ ਦੌਰਾਨ ਆਲਾ ਸਿੰਘ ਨੂੰ ਗਤਾਰ ਕੀਤਾ ਸੀਗਾ ਸਵਾਲ ਨੰਬਰ ਆਪਣਾ ਹੈਗਾ 122 ਅਹਿਮਦ ਸਾਹ ਅਬਦਾਲੀ ਨੇ ਆਲਾ ਸਿੰਘ ਨੂੰ ਕਦੋਂ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ 30 ਸਵਾਲ ਰਹਿ ਗਏ ਤੁਗਾ ਅੱਗੇ ਸਾਥਿਓ 30 35 ਸਵਾਲ ਨੇ ਅਹਿਮਦ ਸਾਹਿਬ ਵੱਲੋਂ ਇਹਨਾਂ ਅੱਲਾ ਸਿੰਘ ਨੂੰ ਕਦੋਂ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਤਾਂ ਇਹਦਾ ਬਿਲਕੁਲ ਸਹੀ ਉੱਤਰ ਦੇ ਰਹੇ ਨੇ ਅੰਜਨਾ ਮਕੇਰੀਆ ਜੀ ਮਨਜੀਤ ਅੰਜਨਾ ਮਲਕੇਰੀਆ ਜੀ ਦੇ ਬਿਲਕੁਲ ਸਹੀ ਹੈ 1764 ਅਗਲਾ ਸਵਾਲ ਆਪਣਾ 123 ਫਟਾਫਟ ਕਰਦੇ ਆ ਆਪਾਂ ਮਿਸਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕੀ ਸੀ ਕਮੈਂਟ ਕਰਿਆ ਕਰੋ ਫਟਾਫਟ ਤੇ ਆਪਾਂ ਸੇਤੀ 165 ਸਵਾਲ ਕਰ ਸਕੀਏ ਤਾਂ ਸਭ ਤੋਂ ਬਿਲਕੁਲ ਸਹੀ ਜੀ ਰਜਨੀ ਜੀ ਦਾ ਪਿੰਡ ਪਿੰਡ ਸਭ ਤੋਂ ਛੋਟੀ ਇਕਾਈ ਸੀ ਸਵਾਲ ਨੰਬਰ 124 ਮਿਸਲਾਂ ਦੇ ਸਮੇਂ ਆਮਦਨੀ ਦਾ ਮੁੱਖ ਸੂਮਾ ਭੂਮੀ ਲਗਾਣਾ ਦਾ ਕੁੱਲ ਕਿੰਨਾ ਹਿੱਸਾ ਹੁੰਦਾ ਸੀ ਕਿੰਨਾ ਹਿੱਸਾ ਲਗਾਉਣ ਵਜੋਂ ਲਿਆ ਜਾਂਦਾ ਸੀ ਮਿਸ਼ਲਾਂ ਦੇ ਟਾਈਮ ਤਾਂ ਇਸਦਾ ਬਿਲਕੁਲ ਸਹੀ ਉੱਤਰ ਆ 1/3 ਤੋਂ 1/4 ਸਾਥਿਓ 1/3 ਤੋਂ 1/4 ਆਊਗਾ ਲਗਾਣ ਅਨਾਜ ਜਾਂ ਨਕਦੀ ਕਿਸੇ ਵੀ ਰੂਪ ਵਿੱਚ ਦਿੱਤਾ ਜਾਂਦਾ ਸੀਗਾ ਦਾਲ ਖਾਲਸਾ ਪੰਜਵਾਂ ਹਿੱਸਾ ਲੈਂਦੇ ਜੀ ਦਾਲ ਖਾਲਸਾ ਹੁਣ ਮਿਸਲਾਂ ਦੀ ਗੱਲ ਕਰ ਰਹੇ ਆਪਾਂ ਇੱਕ ਬੜੇ ਪੰਜ ਦਾਲ ਖਾਲਸਾ ਦਾ ਹੋਊਗਾ ਜੀ ਸਵਾਲ ਨੰਬਰ 125 ਇਹ ਲਗਾਣ ਸਾਲ ਵਿੱਚ ਕਿੰਨੇ ਵਾਰੀ ਇਕੱਠਾ ਕੀਤਾ ਜਾਂਦਾ ਸੀ ਬਿਲਕੁਲ ਸਹੀ ਜੀ ਰਜਨੀ ਜੀ ਦੋ ਦੋ ਵਾਰ ਇਕੱਠਾ ਕੀਤਾ ਜਾਂਦਾ ਸੀ ਰਾਖੀ ਪ੍ਰਣਾਲੀ ਤੋਂ ਸੁਰੱਖਿਆ ਦੇ ਬਦਲੇ ਉਹਨਾਂ ਨੂੰ ਆਪਣੀ ਉਪਜ ਦਾ ਕਿੰਨਾ ਹਿੱਸਾ ਸਿੱਖਾਂ ਨੂੰ ਦੇਣਾ ਪੈਂਦਾ ਸੀ ਰਾਖੀ ਚ ਕਿੰਨਾ ਦੇਣਾ ਪੈਂਦਾ ਸੀ ਉਹਨੂੰ ਦੱਸੋ ਪੰਜਵਾਂ ਸਾਥਿਓ ਪੰਜਵਾਂ ਹਿੱਸਾ ਰਾਖੇ ਵਿੱਚ ਦਿਨਾ ਬੰਦਾ ਸੀ ਸਵਾਲ ਨੰਬਰ ਆਪਣਾ ਹੈਗਾ 127 ਮਿਸਲ ਕਾਲ ਇਹ ਆਪਾਂ ਐਮਸੀਕਿਊ ਬਣਾਤਾ ਮਿਸਲ ਕਾਲ ਵਿੱਚ ਭੂਮੀ ਅਧਿਕਾਰ ਹੇਠ ਹੇਠ ਲਿਖਿਆਂ ਵਿੱਚੋਂ ਕਿਹੜੀ ਨਹੀਂ ਸੀ ਤਾਂ ਇਹਦੇ ਵਿੱਚੋਂ ਤੁਸੀਂ ਪੰਜ ਆਪਸ਼ਨਾਂ ਨੇ ਪੱਤੀਦਾਰੀ ਮਿਸਲਦਾਰੀ ਜ਼ਕੀਰਦਾਰੀ ਤਾਪੇਦਾਰੀ ਮਿਸਲਦਾਰੀ ਚਾਰ ਹੀ ਵਨ ਤੇ ਸਾਰੀਆਂ ਆਉਣਗੀਆਂ ਸਾਥਿਓ ਇਹ ਤਾਂ ਮਿਸਲਦਾਰੀ ਡਬਲ ਰਿਪੀਟ ਹੋ ਗਿਆ ਸਾਰੀਆਂ ਆਉਂਦੀਆਂ ਨੇ ਤੁਸੀਂ ਵੈਸੇ ਆਪਣਾ ਸਕਰੀਨਸ਼ਾਟ ਲੈ ਲਿਓ ਪੱਤੀਦਾਰੀ ਵੀ ਇਸ ਦੇ ਅੰਦਰ ਸੀ ਜੇ ਮਨਸਬਦਾਰੀਆਂ ਦੇ ਵਿੱਚ ਆ ਜੇ ਨਾ ਮਨਸਬਦਾਰੀ ਬਾਹਰ ਹੋ ਜੂਗੀ ਸਾਥਿਓ ਚੌਥੇ ਦੇ ਮਨਸਬਦਾਰੀ ਟਾਈਪ ਕਰਨਾ ਸੀ ਪੱਤੀਦਾਰੀ ਵੀ ਆਉਂਦੀ ਸੀ ਮਿਸਲਦਾਰੀ ਵੀ ਆਉਂਦੀ ਸੀ ਜ਼ਗੀਰਦਾਰੀ ਵੀ ਆਉਂਦੀ ਸੀ ਤਾਬੇਦਾਰੀ ਵੀ ਆਉਂਦੀ ਸੀ ਤਾਂ ਅਗਲਾ ਸਵਾਲ ਆਪਣਾ 128 ਮਿਸਲ ਕਾਲ ਵਿੱਚ ਸਿੱਖਾਂ ਦੀ ਸਰਵੋੱਚ ਅਦਾਲਤ ਕਿਹੜੀ ਸੀ ਬਿਲਕੁਲ ਸਹੀ ਜੀ ਅੰਜਨਾ ਜੀ ਔਲ ਸਾਰੀਆਂ ਸਹੀ ਸੀਗੀਆਂ ਉੱਪਰ ਲੀਆਂ ਤਾਂ ਹੁਣ ਮਿਸਲ ਕਾਲ ਵਿੱਚ ਸਰਵੋੱਚ ਅਦਾਲਤ ਮੰਨੀ ਜਾਂਦੀ ਸੀ ਬਿਲਕੁਲ ਸਹੀ ਸਾਥੀਓ ਸਰਬਤ ਖਾਲਸਾ ਇਸ ਦਾ ਸਰਬਤ ਖਾਲਸਾ ਬਿਲਕੁਲ ਸਹੀ ਹੈ ਸਰਵੋੱਚ ਅਦਾਲਤ ਸਰਬਤ ਖਾਲਸਾ ਸੀਗੀ ਸਵਾਲ ਨੰਬਰ ਆਪਣਾ ਹੈ 129 ਫੈਜ਼ਲਪੁਰਿਆ ਮਿਸਲ ਦਾ ਇਹ ਨਾਮ ਕਿਸ ਦੇ ਨਾਮ ਤੇ ਪਿਆ ਸੀਗਾ ਤੇ ਹੁਣ ਪਿੱਛੇ ਜੇ ਆਪਾਂ ਉਹ ਥੋੜਾ ਜਿਹਾ ਮਿਸਟੇਕ ਕਰਕੇ ਸੀ ਨਾ ਫੈਜ਼ਲਪੁਰਿਆ ਜੇ ਨਵਾਬ ਕਪੂਰ ਸਿੰਘ ਨੇ ਸੰਸਥਾਪਕ ਬਣਾਈ ਹੈਗੀ ਤਾਂ ਇਹ ਅਲੱਗ ਮਿਸਲ ਸੀ ਜੱਸਾ ਸਿੰਘ ਆਲੂ ਵਾਲਿਆ ਦੀ ਅਲੱਗ ਮਿਸਲ ਸੀ ਫੈਜ਼ਲਪੁਰਿਆ ਦੇ ਕਪੂਰ ਸਿੰਘ ਤੋਂ ਬਾਅਦ ਖੁਸ਼ਾਲ ਸਿੰਘ ਬੁੱਧ ਸਿੰਘ ਬਣਿਆ ਤੇ ਫੈਜ਼ਲਪੁਰਿਆ ਮਿਸਲ ਦਾ ਇਹ ਨਾਂ ਕਿਉਂ ਪਿਆ ਸੀਗਾ ਤਾਂ ਸਾਥੀਆਂ ਦਾ ਉੱਤਰ ਆ ਰਿਹਾ ਹੈਗਾ ਨਵਾਬ ਕਪੂਰ ਸਿੰਘ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਨੇੜੇ ਫੈਜ਼ਲਪੁਰ ਪਿੰਡ ਤੇ ਕਬਜ਼ਾ ਕੀਤਾ ਸੀਗਾ ਤਾਂ ਪਿੰਡ ਦੇ ਨਾਮ ਤੇ ਪਿਆਗਾ ਇਸਵਾਲ ਬਣ ਸਕਦਾ ਹੈ ਕਿ ਸਭ ਤੋਂ ਪਹਿਲਾਂ ਹਨਵਾਬ ਕਪੂਰ ਸਿੰਘ ਨੇ ਕਿੱਥੇ ਕਬਜ਼ਾ ਕੀਤਾ ਸੀਗਾ ਤਾਂ ਉਹ ਫੈਜ਼ਲਪੁਰ ਪਿੰਡ ਤੇ ਕੀਤਾ ਸੀ ਫੈਜ਼ਲਪੁਰ ਪਿੰਡ ਕਿੱਥੇ ਹੈਗਾ ਅੰਮ੍ਰਿਤਸਰ ਦੇ ਨੇੜੇ ਤਾਂ ਅਗਲਾ ਸਵਾਲ ਆਪਣਾ 130 ਫੈਜ਼ਲਪੁਰੀਆ ਮਿਸਲ ਅਧੀਨ ਕਿਹੜੇ ਇਲਾਕੇ ਆਉਂਦੇ ਆ ਤੇ ਆਉਂਦੇ ਆ ਸੱਥਿਓ ਇਲਾਕੇ ਜਲੰਧਰ ਬਹਿਰਾਮਪੁਰ ਪੱਟੀ ਨੂਰਮਹਿਲ ਇਹ ਸਾਰੇ ਇਲਾਕੇ ਆਉਣਗੇ ਜਲੰਧਰ ਲੁਧਿਆਣਾ ਪੱਟੀ ਨੂਰਪੁਰ ਬਹਿਰਾਮਪੁਰ ਇਹ ਨੋਟ ਕਰ ਲੋ ਤੇ ਪੁੱਛੇ ਜਾ ਸਕਦੇ ਹੈਗੇ ਇਹਦੇ ਚ ਸਵਾਲ ਬਣ ਸਕਦਾ ਜਲੰਧਰ ਲੁਧਿਆਣਾ ਪੱਟੀ ਤੇ ਲਾਹੌਰ ਇਹਨਾਂ ਵਿੱਚੋਂ ਕਿਹੜਾ ਇਲਾਕਾ ਫਜ਼ਲਪੁਰਿਆ ਦੇ ਵਿੱਚ ਨਹੀਂ ਆਉਂਦਾ ਤਾਂ ਇਹਦੇ ਵਿੱਚ ਲਾਹੌਰ ਨਹੀਂ ਆਊਗਾ ਲਾਹੌਰ ਪੰਗੀ ਮਿਸਲਾ ਦੇ ਅਧੀਨ ਸੀਗਾ ਸਵਾਲ ਬਣ ਸਕਦਾ ਇਸੇ ਹਿਸਾਬ ਨਾਲ ਵੀ ਤਾਂ ਆਪਾਂ 150 ਸਵਾਲ ਅੰਤਵਾਰ ਨੂੰ ਲੈ ਕੇ ਆਉਣੇ ਆ ਉਹਨਾਂ ਦੇ ਵਿੱਚ ਇਹ ਸਵਾਲ ਬਣਾਵਾਂਗੇ ਸਵਾਲ ਨੰਬਰ 131 ਕਨਈਆ ਮਸਲ ਇਹਨ ਕਿਹੜੇ ਇਲਾਕੇ ਆਉਂਦੇ ਸੀ ਇਹ ਵੀ ਨੋਟ ਕਰ ਲੋ ਸਾਥੀਓ ਕਨਈਆ ਮਸਲ ਦੇ ਇਹਨ ਕਿਹੜੇ ਕਿਹੜੇ ਇਲਾਕੇ ਆਉਂਦੇ ਸੀਗੇ ਪਠਾਨਕੋਟ ਗੁਰਦਾਸਪੁਰ ਮਕੇਰੀਆਂ ਹੰਜਨਾ ਮਕੇਰੀਆ ਜਿਹੜਾ ਬਿਲਕੁਲ ਸਹੀ ਆਪਣੇ ਇਹਨਾਂ ਦਾ ਨਾਮ ਵੀ ਮਕੇਰੀਆਂ ਵਨ ਠੀਕ ਹੈ ਮਕੇਰੀਆਂ ਹਾਜੀਪੁਰ ਗੁਰਦਾਸਪੁਰ ਕੋਟ ਕਾਂਗੜਾ ਇਹ ਸਾਰੇ ਇਲਾਕੇ ਕਨਿਆ ਮਿਸਲ ਦੇ ਅਧੀਨ ਆਉਂਦੇ ਸੀ ਅਗਲਾ ਸਵਾਲ ਆਪਣਾ 132 ਡੱਲੇ ਵਾਲੀਆ ਮਿਸਲ ਦਾ ਮੋਢੀ ਕੌਣ ਸੀ ਠੀਕ ਹੈ ਜਲਦੀ ਕਰਦੇ ਆਂ ਡੱਲੇਵਾਲੀਆ ਮਿਸਲ ਦਾ ਮੋਢੀ ਗੁਲਾਬ ਸਿੰਘ ਸੀਗਾ ਅਗਲਾ ਸਵਾਲ ਆਪਣਾ ਹੈਗਾ 133 ਡੱਲੇਵਾਲੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਸਰਦਾਰ ਕੌਣ ਸੀਗਾ ਇੱਕ ਕਮੈਂਟ ਆਊਗਾ ਤਾਂ ਆਪਾਂ ਨਾਲ ਦੇ ਨਾਲ ਅਗਲਾ ਦੱਸ ਦਿਆ ਕਰਾਂਗੇ ਡੱਲੇ ਵਾਲਿਆਂ ਦਾ ਬਿਲਕੁਲ ਸਹੀ ਜੀ ਤਾਰਾ ਸਿੰਘ ਕੇਬਾ ਮਨਪ੍ਰੀਤ ਕੌਰ ਜੀ ਨੇ ਜਵਾਬ ਦਿੱਤਾ ਡੱਲੇ ਵਾਲੇ ਸਭ ਤੋਂ ਪ੍ਰਸਿੱਧ ਸਰਦਾਰ ਡੱਲਾ ਸਿੰਘ ਕੇਬਾ ਤਾਰਾ ਸਿੰਘ ਕੇਬਾ ਸੋਰੀ ਸਾਥੀਓ ਤਾਰਾ ਸਿੰਘ ਕੇਬਾ ਸਵਾਲ ਨੰਬਰ 134 ਕਿਹੜੇ ਇਲਾਕਿਆਂ ਤੇ ਕਬਜ਼ਾ ਸੀ ਤਾਂ ਇਹ ਆਪਾਂ ਸਿੱਧੀ ਦੱਸ ਦਿੰਦੇ ਹਾਂ ਇਲਾਕਿਆਂ ਦੇ ਕਿਹੜਿਆਂ ਤੇ ਕਬਜ਼ਾ ਰਿਹਾਗਾ ਰਾਹੋ ਨਕੌਦਰ ਬੱਦੋਵਾਲ ਥੋੜੀ ਨੈਟਵਰਕ ਪ੍ਰੋਬਲਮ ਆ ਜਾਂਦੀ ਹੈ ਤੇ ਜੀ ਨਾਲ ਆਪਾਂ ਥੋੜਾ ਜਿਹਾ ਠੀਕ ਹੀ ਚੱਲਦੇ ਆ ਫਿਰ ਡੱਲੇਵੜੀਆ ਮਿਸਲ ਦਾ ਕਿਹੜੇ ਇਲਾਕਿਆਂ ਦੇ ਕਬਜ਼ਾ ਸੀ ਤਾਂ ਉਹ ਫਲੋਰ ਰਾਹੋਂ ਨਕੋਦਰ ਤੇ ਬੱਧੋਵਾਲ ਤੁਹਾਨੂੰ ਦੱਸ ਵਧੀਆ ਜਿਆਦਾ ਰਹਿ ਜੀ ਮਨਜੀਤ ਜੀ ਫਿਰ ਤਾਂ ਆਪਣਾ ਇਲਾਕਾ ਤਾਂ ਜਿਆਦਾ ਰਹੀ ਜਾਂਦਾ ਹੁੰਦਾ ਸਵਾਲ ਨੰਬਰ 135 ਨਕਈ ਮਿਸਲ ਦਾ ਮੋਢੀ ਕੌਣ ਸੀ ਤਾਂ ਇਹ ਵੀ ਮੈਨੂੰ ਲੱਗਦਾ ਰਿਪੀਟ ਕਰਤਾ ਪਾ ਸਵਾਲ ਤਾਂ ਨਕਈ ਮਿਸਲ ਦਾ ਸਰਦਾਰ ਹੀਰਾ ਸਿੰਘ ਸੀਗਾ ਨਕਈ ਮਿਸਲ ਦਾ ਮੋਢੀ ਸਰਦਾਰ ਹੀਰਾ ਸਿੰਘ ਸੀ ਸਵਾਲ ਨੰਬਰ 136 ਸਰਦਾਰ ਹੀਰਾ ਸਿੰਘ ਨੇ ਕਿਹੜੇ ਇਲਾਕਿਆਂ ਤੇ ਕਬਜ਼ਾ ਕਰਕੇ ਨਕਈ ਮਿਸਲ ਦਾ ਵਿਸਥਾਰ ਕੀਤਾ ਇਹ ਇਲਾਕੇ ਸਾਥੀਓ ਸੀਗੇ ਨਕਾ ਚੁਨੀਆ ਕੰਗਣਪੁਰ ਦਿਪਾਲਪੁਰ ਸੇਰਗੜ ਫਰੀਦাবাদ ਇਹ ਸਾਰੇ ਇਲਾਕੇ ਸੀਗੇ ਨਕਾ ਚੁਨੀਆ ਕੰਗਣਪੁਰ ਦਿਪਾਲਪੁਰ ਸੇਰਗੜ ਫਰੀਦাবাদ ਨੋਟ ਰੱਖਣੇ ਆ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਸਾਰੇ ਇਲਾਕਿਆਂ ਦੇ ਸਰਦਾਰ ਹੀਰਾ ਸਿੰਘ ਨੇ ਕਬਜ਼ਾ ਕੀਤਾ ਸੀਗਾ ਵਿਸਤਾਰ ਕੀਤਾ ਸੀ ਨਕਈ ਮਿਸਲ ਦਾ ਸਵਾਲ ਨੰਬਰ 137 ਕਿਸ ਨੇ ਕੋਟ ਕਮਾਲਿਆ ਅਤੇ ਸ਼ੱਕਰਪੁਰ ਦੇ ਦੇਸ਼ਾਂ ਤੇ ਕਬਜ਼ਾ ਕਰਕੇ ਨਕਵੀ ਮਿਸਲ ਵਿੱਚ ਸਾਹਮਲ ਕੀਤੇ ਸੀ ਹੁਣ ਨਕਈ ਮਿਸਲ ਵਿੱਚ ਕਿਹਨੇ ਸਾਹਮਲ ਕੀਤੇ ਆ ਕੋਟ ਕਮਾਲੀਆਂ ਤੇ ਸ਼ੱਕਰਪੁਰ ਆ ਕੋਟ ਕਮਾਲੀਆਂ ਤੇ ਸ਼ੱਕਰਪੁਰ राण सिंह नकਈ ਨੇ ਆਪਣੇ ਅਧੀਨ ਕੀਤੇ ਸੀ ਰਣ ਸਿੰਘ ਨਕਈ ਯਾਦ ਕਰ ਲੋ ਸਕਰੀਨ ਸ਼ਾਟ ਲੈ ਲੋ ਰਣ ਸਿੰਘ ਨਕਈ ਨੇ ਕੀਤੇ ਸੀਗੇ ਸਵਾਲ ਨੰਬਰ 138 ਨਿਸ਼ਾਨ ਵਾਲੀਆ ਮਿਸਲ ਦਾ ਮੋਢੀ ਕੌਣ ਸੀਗਾ ਕਹ ਆਪਾਂ ਗੱਲ ਕਰ ਹੀ ਚੁੱਕਿਆਂਗੇ ਸਰਦਾਰ ਸੰਗਤ ਸਿੰਘ ਨਿਸ਼ਾਨ ਵਾਲੀਆ ਮਿਸਲ ਦਾ ਮੋਢੀ ਰਿਆ ਸੰਗਤ ਸਿੰਘ ਤੇ ਮੋਹਰ ਸਿੰਘ ਦੋ ਸੀਗੇ ਸੰਸਥਾਪਕ ਦੋਨੇ ਮੰਨੇ ਜਾਂਦੇ ਆ ਪ੍ਰਮੁੱਖ ਨੇਤਾ ਵੀ ਕਹਿ ਦਾਂਗੇ ਆਪਾਂ ਆਈਸ ਮਿਸਲ ਦੇ ਆਕੂ ਦਲ ਖਾਲਸਾ ਦਾ ਝੰਡਾ ਜਾਂ ਨਿਸ਼ਾਨ ਚੁੱਕ ਕੇ ਚਲਦੇ ਸੀ ਇਸ ਕਰਕੇ ਦਾ ਨਾਂ ਨਿਸ਼ਾਨ ਵਾਲੀਆਂ ਪਿਆ ਆਪਾਂ ਦੱਸ ਹੀ ਚੁੱਕੇ ਆਂਗੇ ਸਵਾਲ ਨੰਬਰ 139 ਕਿਸ ਨੇ ਅੰਬਾਲਾ ਸਾਹਬਾਦ ਸਿੰਘਵਾਲਾ ਸਹਨੇਵਾਲ ਦੋਰਾਹਾ ਆਹ ਦੇਸ਼ਾਂ ਜਾਂ ਪ੍ਰਦੇਸ਼ਾਂ ਤੇ ਕਬਜ਼ਾ ਕਰਕੇ ਆਪਣੀ ਮਿਸਲ ਦਾ ਵਿਸਤਾਰ ਕੀਤਾ ਦਾ ਜਵਾਬ ਬਿਲਕੁਲ ਸਹੀ ਉੱਤਰ ਆ ਸੰਗਤ ਸਿੰਘ ਸੰਗਤ ਸਿੰਘ ਨੇ ਹੰਬਾਲਾ ਸਾਹਬਾਦ ਸਿੰਘ ਵਾਲਾ ਸਾਹਨੇਵਾਲ ਦਰਹਾ ਇਲਾਕੇ ਜਿੱਤੇ ਸੀਗੇ ਸਵਾਲ ਨੰਬਰ 140 ਨਿਸਾਨ ਵਾਲੀਆ ਮਿਸਲ ਦੀ ਰਾਜਧਾਨੀ ਕਿਹੜੀ ਸੀ ਤਾਂ ਇਹ ਥੋੜਾ ਆਪਾਂ ਟਾਈਮ ਲਾਉਣੇ ਆ ਨਿਸਾਨ ਵਾਲੀਆ ਦੀ ਦੱਸੋ ਇਹਦਾ ਇੱਕ ਥੋੜੇ ਸ਼ਬਦਾਂ ਦਾ ਉੱਤਰ ਆ ਸਿੰਘ ਵਾਲਿਆ ਸਿੰਘ ਵਾਲਾ ਜਾਂ ਇਹਨੂੰ ਨਿਸ਼ਾਨ ਵਾਲਿਆ ਨੂੰ ਸਿੰਘ ਵਾਲਿਆ ਵੀ ਕਿਹਾ ਜਾਂਦਾ ਸਿੰਘ ਵਾਲਾ ਰਾਜਤਾਨੀ ਬਣਾਈ ਸੀ ਨਿਸ਼ਾਨ ਵਾਲਿਆ ਜੀ ਅਗਲਾ ਸਵਾਲ ਆਪਣਾ ਹੈਗਾ 141 ਸਿੰਘ ਵਾਲਿਆਂ ਨੂੰ ਕਿਸ ਨੇ ਰਾਜਤਾਨੀ ਬਣਾਇਆ ਨਿਸ਼ਾਨਵਾਲੀਆ ਦੇ ਇਲਾਕੇ ਕਿਹੜੇ ਸੀ ਕਰਨਾਲ ਸਾਹਿਬ ਆਂੰਬਾਲਾ ਨੋਟ ਰੱਖਿਓ ਤਾਂ ਰਾਜਤਾਨੀ ਸਿੰਘ ਵਾਲੀਆ ਨੂੰ ਬਣਾਇਆ ਸਾਥਿਓ ਸੰਗਤ ਸਿੰਘ ਨੇ ਸਵਾਲ ਨੰਬਰ 142 1774 ਇਸ ਵੀ ਵਿੱਚ ਸੰਗਤ ਸਿੰਘ ਦੀ ਮੌਤ ਤੋਂ ਬਾਅਦ ਕੌਣ ਇਸ ਮਿਸਲ ਦਾ ਆਗੂ ਬਣਿਆ 1774 ਦੇ ਵਿੱਚ ਸੰਗਤ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਭਰਾ ਮੋਹਰ ਸਿੰਘ ਬਣਿਆ ਸੀ ਸਾਥਿਓ ਮੋਰ ਮਿਸਲ ਦਾ ਆਗੂ ਬਣਦਾ ਬਾਅਦ ਦੇ ਵਿੱਚ ਸਵਾਲ ਨੰਬਰ ਆਪਣਾ 143 ਸ਼ਹੀਦ ਮਿਸਲ ਦਾ ਸੰਸਥਾਪਕ ਕੌਣ ਸੀ ਤੇ ਥੋੜਾ ਰਿਪੀਟ ਹੋ ਗਿਆ ਲੱਗਦਾ ਤੇ ਮੈਂ ਪਰ ਸਿੱਧੀ ਦੱਸ ਕਹਿੰਦਾ ਸਰਦਾਰ ਸੁਧਾ ਸਿੰਘ ਸੀਗਾ ਨੋਟ ਕਰ ਲੋ ਰਿਪੀਟ ਹੋ ਗਿਆ ਵੀ ਸੁਧਾ ਸਿੰਘ ਬਿਲਕੁਲ ਸਹੀ ਹੈਗਾ ਸੰਸਥਾਪਕ ਕਿਉਂਕਿ ਇਸ ਮਿਸਲ ਦੇ ਆਗੂ ਅਫਗਾਨਾ ਨਾਲ ਹੋਈਆਂ ਲੜਾਈਆਂ ਵਿੱਚ ਸ਼ਹੀਦ ਹੋ ਗਏ ਸੀ ਇਸ ਕਰਕੇ ਇਸ ਨੂੰ ਸ਼ਹੀਦ ਕਿਹਾ ਜਾਂਦਾ ਸ਼ਹੀਦ ਹੋਣ ਕਰਕੇ ਇਸ ਮਿਸਲ ਨੂੰ ਅਫਗਾਨਾਂ ਦੀਆਂ ਲੜਾਈਆਂ ਵਿੱਚ ਸ਼ਹੀਦ ਹੋਏ ਆਗੂ ਇਹਨਾਂ ਦੇ ਇਸ ਕਰਕੇ ਇਸ ਨੂੰ ਸ਼ਹੀਦ ਮਿਸਲ ਕਿਹਾ ਗਿਆ ਸਵਾਲ ਨੰਬਰ 144 ਪਹਿਲਾਂ ਦੱਸ ਚੁੱਕੇ ਆ ਸਾਥੀ 1757 ਵਿੱਚ ਅੰਮ੍ਰਿਤਸਰ ਵਿਖੇ ਅਫਗਾਨਾਂ ਨਾਲ ਲੜਦੇ ਹੋਏ ਕੌਣ ਸ਼ਹੀਦ ਹੋਏ ਸੀ ਫਟਾਫਟ ਕਮੈਂਟ ਕਰੋ ਬਿਲਕੁਲ ਸਹੀ ਜੀ ਮਨਰੀਤ ਜੀ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ 1757 ਵਿੱਚ ਅਮਰਸਰ ਵਿਖੇ ਅਫਗਾਨਾ ਨਾਲ ਲੜਦੇ ਹੋਏ ਸ਼ਹੀਦ ਹੋਏ ਸੀ ਸਵਾਲ ਨੰਬਰ 145 ਕਰਮ ਸਿੰਘ ਤੇ ਗੁਰਬਖਸ਼ ਸਿੰਘ ਕਿਸ ਮਿਸਲ ਦੇ ਉਹ ਕੇ ਨੇਤਾ ਸੀ ਸਵਾਲ ਨੰਬਰ 145 ਦਾ ਉੱਤਰ ਦਿਓ ਜੀ ਕਰਮ ਸਿੰਘ ਤੇ ਗੁਰਬਖਸ਼ ਸਿੰਘ ਨਹਿਂਗ ਮਿਸਲ ਦੇ ਸਿਨਹ ਨਹਿਂਗ ਮਿਸਲ ਕਿਹਨੂੰ ਕਿਹਾ ਜਾਂਦਾ ਸੀਗਾ ਨਹਿਂਗ ਮਿਸਲ ਦੱਸੋ ਕਿਹਨੂੰ ਕਿਹਾ ਜਾਂਦਾ ਸੀ ਨਹਿਂਗ ਮਿਸਲ ਦੇ ਆ ਨੇਤਾ ਰਹੇ ਨੇ ਕਰਮ ਸਿੰਘ ਤੇ ਗੁਰਬਖਸ਼ ਸਿੰਘ ਬਿਲਕੁਲ ਸਹੀ ਜੀ ਹਰਜੰਟ ਹਰਜੰਟ ਜੀ ਦਾ ਬਿਲਕੁਲ ਸਹੀ ਨਹਿਂਗ ਮਿਸਲ ਸਹੀ ਮਿਸਲ ਨੂੰ ਵੀ ਕਿਹਾ ਜਾਂਦਾ ਸਵਾਲ ਨੰਬਰ 146 ਸਹੀਦ ਮਿਸਲ ਵਿੱਚ ਕਿਹੜੇ ਇਲਾਕੇ ਸ਼ਾਮਲ ਸੀ ਤਾਂ ਆਪਾਂ ਇਹ ਦੱਸ ਹੀ ਦਿੱਤੇ ਸਹੀਦ ਮਿਸਲ ਵਿੱਚ ਸ਼ਾਮਲ ਸੀਗੇ ਸਤਲੁਜ ਦੇ ਦਰਿਆ ਦੇ ਪੂਰਬ ਦੇ ਕੁਝ ਪ੍ਰਦੇਸ਼ ਤਾਂ ਕਿਹੜੇ-ਕਿਹੜੇ ਸੀਗੇ ਸਹਾਰਨਪੁਰ ਸਹਿਜਾਦਪੁਰ ਕੇਸਨੀ ਸਵਾਲ ਨੰਬਰ 147 ਕਿਹੜੀ ਮਿਸਲ ਨੂੰ ਨਿਹੰਗ ਮਿਸਲ ਵੀ ਕਿਹਾ ਜਾਂਦਾ ਸੀ ਆਪਾਂ ਦੱਸ ਹੀ ਦਿੱਤਾ ਫਟਾਫਟ ਕਮੈਂਟ ਕਰੋ ਤਾਂ ਸਾਥਿਓ ਬਿਲਕੁਲ ਸਹੀ ਮਨਰੀਤ ਮਨਪ੍ਰੀਤ ਕੌਰ ਜੀ ਦਾ ਮਨਰੀਤ ਬਿਰਕ ਜੀ ਦਾ ਤਾਂ ਸਹੀਦ ਮਿਸਲ ਨਹੀਂ ਨਿਹੰਗ ਮਿਸਲ ਕਿਹਾ ਜਾਂਦਾ ਸਵਾਲ ਨੰਬਰ 148 ਸਹੀਦ ਮਿਸਲ ਦੇ ਜ਼ਿਆਦਾਤਰ ਲੋਕ ਨਿਹੰਗ ਕਿਹੜੇ ਰੰਗ ਦੇ ਕੱਪੜੇ ਪਾਉਂਦੇ ਸੀ 15 16 ਸਵਾਲ ਰਹਿ ਗਏ ਸਾਥਿਓ तो शहीद मिसल के ज्यादातर लोग नीले बिल्कुल सही ब्ल्यू मन मनप्रीत कौर जी का पेल उत्तर आया नीले कपड़े पाते सी नहंग मिसल के ज शहीद मिसल के लोग सवाल नंबर एक सौ उन्जा इस मिसल का मोटी करोड़ा सिंह कि रहने वाला सी या करोड़ सिंह मिसल कह सकते अपना ਕਰੋੜ ਸਿੰਘ ਮਿਸਲ ਇਹਦੇ ਨਾਮ ਤੇ ਪਈਆ ਕਰੋੜ ਸਿੰਘਿਆ ਮਿਸਲ ਦਾ ਮੋਢੀ ਕਿਹੜੇ ਪਿੰਡ ਦਾ ਰਹਿਣ ਵਾਲਾ ਸੀ ਤਾਂ ਇਹ ਪੰਜ ਗੜੀਆਂ ਪੰਜ ਗੜੀਆਂ ਰਹਿਣ ਵਾਲਾ ਸੀ ਇਸ ਕਰਕੇ ਪੰਜ ਗੜੀਆਂ ਮਿਸਲ ਵੀ ਕਿਹਾ ਜਾਂਦਾ ਹੈ ਇਸ ਨੂੰ ਸਵਾਲ ਨੰਬਰ 150 1764 ਵਿੱਚ ਕਰੋੜਾ ਸਿੰਘ ਦੀ ਮੌਤ ਤੋਂ ਬਾਅਦ ਕੌਣ ਇਸ ਮਿਸਲ ਦਾ ਗੁਮਣਿਆ ਸੀ ਹਰਜੰਟ ਜੀ ਰਜਨੀ ਜੀ ਦਾ ਪਹਿਲਾ ਉੱਤਰ ਆਉਂਦਾ ਹੈਗਾ ਅੰਜਨਾ ਮਖੇਰੀਆ ਜੀ ਤੇ ਇਸ ਦਾ ਉੱਤਰ ਆਉਂਦਾ ਹੈਗਾ ਬਿਲਕੁਲ ਸਹੀਆ ਭੰਗੇਲ ਸਿੰਘ ਕਰੋੜਾ ਸਿੰਘ ਦੀ ਮੌਤ ਤੋਂ ਬਾਅਦ 1764 ਦੇ ਵਿੱਚ ਮੰਗੇਰ ਸਿੰਘ ਬਣਦਾ ਸਵਾਲ ਨੰਬਰ 151 ਮੰਗੇਰ ਸਿੰਘ ਨੇ ਕਿਸ ਜਗ੍ਹਾ ਨੂੰ ਆਪਣੀ ਰਾਜਧਾਨੀ ਬਣਾਇਆ ਭੰਗੇਲ ਸਿੰਘ ਨੇ ਸਾਥੀਓ ਬਣਾਇਆ ਕਰਨਾਲ ਦੇ ਨੇੜੇ ਚਲੌਂਦੀ ਨੂੰ ਬਹੁਤ ਟਾਈਮ ਹੋ ਗਿਆ ਰਜਨੀ ਬਾਲਾ ਇਹ ਚਲੌਂਦੀ ਚਲੌਂਦੀ ਲਿਖਦੇ ਹੋਏ ਮਾ ਪਤਾ ਨਹੀਂ ਚਲੌਂਦੀ ਕਿਹਨੂੰ ਕਹਿ ਰਹੇ ਨੇ ਤਾਂ ਚਲੌਂਦੀ ਨੂੰ ਬਣਾਇਆ ਸੀ ਕਰਨਾਲ ਦੇ ਨੇੜੇ ਭੰਗੇਲ ਸਿੰਘ ਨੇ ਆਵਲਾ ਸਵਾਲ ਆਪਣਾ 152 ਭੰਗੇਲ ਸਿੰਘ ਨੇ ਕਿਹੜੇ ਇਲਾਕਿਆਂ ਨੂੰ ਆਪਣੀ ਮਿਸਲ ਵਿੱਚ ਸ਼ਾਮਲ ਕੀਤਾ ਤਾਂ ਇਹ ਆਪਾਂ ਸਿੱਧੇ ਦੱਸ ਦੰਦੇ ਆ ਨਵਾਂ ਸ਼ਹਿਰ ਤੇ ਬੰਗਾ ਨਵਾਂ ਸ਼ਹਿਰ ਤੇ ਬੰਗਾ ਨੂੰ ਭੰਗੇਲ ਸਿੰਘ ਨੇ ਸੰਭਲ ਕੀਤਾ ਸੀ ਸਵਾਲ ਨੰਬਰ 153 ਭੰਗੇਲ ਸਿੰਘ ਦੀ ਮੌਤ ਤੋਂ ਬਾਅਦ ਕੌਣ ਇਸ ਮਿਸਲ ਦਾ ਆਗੂ ਬਣਿਆ ਤਾ ਸਾਥੀਓ ਨੋਟ ਕਰ ਲਓ ਸਕਰੀਨ ਸ਼ਾਟ ਲੈ ਲਓ ਹੋਂ ਦਾ ਪੁੱਤਰ ਜੋਲ ਸਿੰਘ ਤਾਂ ਆਪਾਂ ਇਹ ਲੱਗਦਾ ਰਿਪੀਟ ਜਾਂ ਹੋ ਗਿਆ ਸਵਾਲ ਕੋਈ ਨਹੀਂ ਰਿਵੀਜ਼ਨ ਹੋ ਜਾਂਦੀ ਜੇ ਇੱਕ ਦੋ ਸਵਾਲ ਰਿਪੀਟ ਹੁੰਦੇ ਆ ਜੋਲ ਸਿੰਘ ਅੰਜਨਾ ਜੀ ਦਾ ਬਿਲਕੁਲ ਸਹੀ ਜੋਲ ਸਿੰਘ ਬਣਿਆਗਾ ਬਗੇਰ ਸਿੰਘ ਤੋਂ ਬਾਅਦ ਸਵਾਲ ਨੰਬਰ 154 ਹਰੇਕ ਮਿਸਲ ਦੇ ਮੁਖੀ ਨੂੰ ਸਰਦਾਰ ਕਿਹਾ ਜਾਂਦਾ ਸੀ ਆਪਾਂ ਗੱਲ ਕਰ ਚੁੱਕੇ ਹਾਂਗੇ ਤਾਂ ਹਰੇਕ ਸਰਦਾਰ ਆਦੇਨ ਡੈਸ਼ ਹੁੰਦੇ ਸੀ ਦਾ ਸਵਾਲ ਰਹਿ ਗਏ ਪਿੱਛੇ ਸਾਥੀਓ ਹਰੇਕ ਸਰਦਾਰ ਦੇ ਅਧੀਨ ਹੁੰਦੇ ਸੀ ਸਾਥਿਓ ਤਾਂ ਬਿਲਕੁਲ ਸਹੀ ਉੱਤਰ ਇਹਦਾ ਮਿਸਲਦਾਰ ਹੁੰਦੇ ਸੀ ਉਸ ਦੇ ਅਧੀਨ ਹਰੇਕ ਸਰਦਾਰ ਦੇ ਅਧੀਨ ਮਿਸਲਦਾਰ ਹੁੰਦੇ ਸੀ ਕਿਹ ਕਾਰਦਾਰ ਵੀ ਸਹੀ ਹੈ ਵੀ ਮਿਸਲਦਾਰ ਦੇ ਅਧੀਨ ਨਹੀਂ ਆਉਣਗੇ ਸਵਾਲ ਨੰਬਰ ਆਪਣਾ ਸ਼ੁਰੂ ਵਿੱਚ ਸਰਦਾਰ ਆਉਂਦਾ ਜੱਦੀ ਨਹੀਂ ਸੀ ਯਾਦ ਰੱਖਣਾ ਹਾਲੀ ਹਾਲੀ ਇਹ ਆਉਂਦਾ ਜੱਦੀ ਹੋ ਗਿਆ ਸੀ ਪਹਿਲਾਂ ਜੱਦੀ ਨਹੀਂ ਸੀਗਾ ਸ਼ੁਰੂ-ਸ਼ੁਰੂ ਚ ਸਵਾਲ ਨੰਬਰ 155 ਮਿਸਲਾ ਨੂੰ ਕਿ ਜਿਲਿਆਂ ਵਿੱਚ ਵੰਡਿਆ ਜਾਂਦਾ ਸੀ ਤਾਂ ਹਰੇਕ ਜ਼ਿਲ੍ਹੇ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਹਰੇਕ ਜ਼ਿਲ੍ਹੇ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਕਮੈਂਟ ਕਰਿਆ ਕਰੋ ਸਾਥੀਓ ਬਿਲਕੁਲ ਸਹੀ ਜੀ ਕਰਨ ਜੀ ਕਾਰਦਾਰ ਸਵਾਲ ਨੰਬਰ 152 ਝੰਡਾ ਸਿੰਘ ਕਿਹੜੀ ਮਿਸਲ ਦਾ ਪ੍ਰਸਿੱਧ ਨੇਤਾ ਸੀ? ਸਵਾਲ ਬਣ ਸਕਦਾ ਮਾਸਟਰਕੀਡਰ ਚਾਹੇ ਇਹ ਸਵਾਲ ਹੁੰਦੇ ਆ। ਬਿਲਕੁਲ ਸਹੀ ਜੀ ਰਜਨੀਜੀ ਪੰਗੀ ਮਿਸਲ ਦੇ ਸੀਗੇ ਝੰਡਾ ਸਿੰਘ ਸਵਾਲ ਨੰਬਰ 157 ਅਹਿਮਦ ਸਾਹ ਅਦਾਲੀ ਨੇ ਆਲਾ ਸਿੰਘ ਨੂੰ ਕਿਹੜੀ उपाधि ਨਾਲ ਸਨਮਾਨਿਤ ਕੀਤਾ? ਤਾਂ ਇਹ ਵੀ ਆਪਾਂ ਤੁਹਾਡੀ ਰਿਵੀਜ਼ਨ ਲਈ ਸਵਾਲ ਲੈ ਆਏ ਤਾਂ ਇਹ ਨੋਟ ਕਰ ਲੋ ਰਾਜਾ ਇਹ ਰਾਜਗਾਨ ਬਹਾਦਰ ਅਹਿਮਦ ਸਹਾਵਦल्ली ਨੇ ਅਲਾ ਸਿੰਘ ਨੂੰ ਰਾਜਾ ਇਹ ਰਾਜਗਾਨ ਬਹਾਦਰ ਦੀ ਉਪਾਧੀ ਦਿੱਤੀ ਸੀ ਸਵਾਲ ਨੰਬਰ 158 ਜੱਸਾ ਸਿੰਘ ਰਾਮਗੜੀਆ ਨੇ ਰਾਮ ਰੌਣੀ ਕਿਲੇ ਦਾ ਕੀ ਨਾਮ ਰੱਖਿਆ ਸੀ ਬਿਲਕੁਲ ਸਹੀ ਜੀ ਮਨਾਕਸੀ ਜੀ ਰਾਮਗੜ ਰਾਮਗੜ ਨਾਂ ਰੱਖਿਆ ਸੀ ਸਵਾਲ ਨੰਬਰ 169 ਛੋਟਾ ਕੱਲੂ ਕਾਰਾ 1746 ਵਿੱਚ ਕਿੱਥੇ ਹੋਇਆ ਪਿੰਡ ਤੇ ਸ਼ਹਿਰ ਦਾ ਨਾਮ ਦੱਸਿਓ ਅੱਜ ਦੇ ਟਾਈਮ ਕਿਹੜਾ ਸ਼ਹਿਰ ਆ ਛੋਟਾ ਕੱਲੂ ਕਾਰਾ ਮਈ 1746 ਦੇ ਵਿੱਚ ਹੋਇਆ ਬਿਲਕੁਲ ਸਹੀ ਜੀ ਕਹਨੂਵਾਲ ਮਨਪ੍ਰੀਤ ਨੇ ਦੱਸਿਆ ਅੰਜਨਾ ਜੀ ਕਹਿੰਦੇ ਗੁਰਦਾਸਪੁਰ ਦੋਨੇ ਸਹੀ ਆ ਕਹਨੂਵਾਲ ਪਿੰਡ ਸੀ ਗੁਰਦਾਸਪੁਰ ਜ਼ਿਲ੍ਹਾ ਸਵਾਲ ਨੰਬਰ 160 ਵੱਡਾ ਕੱਲੂਕਾਰਾ 5 ਫਰਪਰੀ 1762 ਨੂੰ ਹੋਇਆ ਜਾਦ ਰੱਖਣਾਗਾ ਮਲੇਰ ਕੋਟਲਾ ਦੇ ਨੇੜੇ ਕੋਪ ਕੋਪਰਹੀੜਾ ਦੀ ਧਰਤੀ ਤੋਂ ਕੋਪਰਹੀੜਾ ਦੀ ਧਰਤੀ ਤੇ ਹੋਇਆ ਇਹ ਵੀ ਯਾਦ ਰੱਖਣਾ ਉਥੋਂ ਸ਼ੁਰੂ ਹੋਇਆ ਸੀਗਾ ਇਹ ਯਾਦ ਰੱਖਣਾ ਤੁਸੀਂ ਤਾਂ ਤਲੇਰ ਛੇਨੇਰ ਵਿੱਚ ਹੁੰਦਾ ਹੋਇਆ ਤਲੇਰ ਛੇਨੇਰ ਚ ਵੀ ਹੋਇਆ ਇਹ ਕੋਪਰਹੀੜਾ ਚ ਵੀ ਹੋਇਆ ਤਾ ਅੱਗੇ ਕਿਹੜੇ ਪਿੰਡ ਕੋਲ ਜਾ ਕੇ ਖਤਮ ਹੋਇਆ ਸੀ ਬਹੁਤ ਵਧੀਆ ਸਵਾਲ ਬਣਾਇਆ ਇਹ ਕਿ ਕਿਹੜੇ ਪਿੰਡ ਕੋਲੇ ਜਾ ਕੇ ਖਤਮ ਹੋਇਆਗਾ ਵੱਡਾ ਕੱਲੂਕਾਰਾ ਸ਼ੁਰੂ ਹੁੰਦਾ ਇਹ ਕੁੱਪਰਹੀੜਾ ਤੋਂ ਤਲੇਰ ਚਨੇਰ ਵਿੱਚ ਹੁੰਦਾ ਹੋਇਆ ਫਿਰ ਉਧਰ ਦੀ ਵੀ ਕਾਫੀ ਲੋਕ ਮਾਰੇ ਆ ਤੇ ਥਲੇਰ ਚਨੇਰ ਦੇ ਵਿੱਚ ਤਾਂ ਕਿਹੜੇ ਪਿੰਡ ਚ ਖਤਮ ਹੁੰਦਾ ਜੀ ਇਹ ਹਰਜੰਤ ਤਾਲੀਵਾਲ ਜੀ ਦਾ ਬਿਲਕੁਲ ਸਹੀ ਹੈ ਜੀ ਹਰਜੰਤ ਜੀ ਦਾ ਪਿੰਡ ਕੁਤਬਾ ਬਾਂਮਣੀਆਂ ਆਊਗਾ ਜੀ ਕੁਤਬਾ ਬਾਂਮਣੀਆਂ ਖਤਮ ਹੁੰਦਾ ਜੀ ਇਹ ਕੁਤਬਾ ਬਾਂਮਣੀਆਂ ਚ ਕੋਪ ਪਿੰਡ ਵਿੱਚ ਸ਼ੁਰੂ ਹੁੰਦਾ ਜੀ ਮਨਜੀਤ ਹੀਰ ਜੀ ਕੋਪ ਪਿੰਡ ਚ ਸ਼ੁਰੂ ਹੁੰਦਾ ਸ਼ੁਰੂ ਹੁੰਦਾ ਫਿਰ ਧਲੇਰ ਚ ਨੇਰ ਦੇ ਵਿੱਚ ਵੀ ਹੁੰਦਾ ਇਹ ਸਵਾਲ ਨੰਬਰ 161 ਚਾਰ ਸਵਾਲ ਰਹੇਗੇ ਇਸ ਤੋਂ ਬਾਅਦ ਹਰ ਜਥੇ ਦੀ ਇੱਕ ਮਿਸਲ ਹੁਣ ਮਿਸਲ ਫਾਈਲ ਨੂੰ ਵੀ ਕਿਹਾ ਜਾਂਦਾ ਹੈ ਇਹ ਨੋਟ ਰੱਖਿਓ ਕਿੱਥੇ ਹੋਇਆ ਕਰਦੀ ਸੀ ਵੀ ਮਿਸਲ ਕਿੱਥੇ ਹੋਇਆ ਕਰਦੀ ਸੀਗੀ ਹਰ ਫਾਈਲ ਕਿੱਥੇ ਹੋਇਆ ਕਰਦੀ ਸੀ ਸਤਿਓ ਹਰ ਇੱਕ ਜਥੇ ਸੀ ਪਹਿਲਾ ਪੰਜ ਜਥੇ ਸੀਗੇ ਫਿਰ 11 ਜਥੇ ਬਣੇ ਆ ਤਾਂ ਜਿਹੜੀ ਫੈਲ ਲਿਖਤ ਸੀ ਪੜਤ ਲਿਖਤ ਸੀ ਉਹ ਕਿੱਥੇ ਕਰਦੇ ਸੀਗੇ ਕਿਹੜਾ ਜਗਾ ਕੀ ਜਗਾ ਦੱਸੋ ਬਿਲਕੁਲ ਸਹੀ ਜੀ ਮਨਕਸੀ ਸ਼ਰਮਾ ਜੀ ਅੰਮ੍ਰਿਤਸਰ ਦਾ ਕੇਂਦਰੀ ਦਫ਼ਤਰ ਰਿਹਾ ਅੰਮ੍ਰਿਤਸਰ ਸਵਾਲ ਨੰਬਰ 162 1781 ਵਿੱਚ ਰਣ ਸਿੰਘ ਦੀ ਮੌਤ ਤੋਂ ਬਾਅਦ ਕੌਣ ਨਕਈ ਮਿਸਲ ਦਾ ਚੀਫ ਬਣਿਆ 1781 ਵਿੱਚ ਰਣ ਸਿੰਘ ਦੀ ਮੌਤ ਤੋਂ ਬਾਅਦ ਨਕਈ ਮਿਸਲ ਦਾ ਬਣਿਆ ਜੀ ਸਰਦਾਰ ਉਹਦਾ ਪੁੱਤਰ ਭਗਵਾਨ ਸਿੰਘ ਵੱਡਾ ਪੁੱਤਰ ਸੀ ਭਗਵਾਨ ਸਿੰਘ ਇਹਦਾ ਕਿਤੇ ਨਾ ਕਿਤੇ ਲਿੰਕ ਜੜੂਗਾ ਸ਼ੁਕਰਚੱਕੀਆ ਮਿਸਲ ਨਾਲ ਭਗਵਾਨ ਸਿੰਘ ਦਾ ਕਿਵੇਂ ਜੁੜਦਾ ਆਪਾਂ ਦੱਸਾਂਗੇ ਮਹਾਰਾਜ ਰਣਜੀਤ ਸਿੰਘ ਦੀ ਪਟਰਾਣੀ ਜਤਾਰਕੌਰ ਕਿਸ ਦੀ ਭੈਣ ਸੀ ਕੱਲ ਨੂੰ ਆਪਾਂ ਥੋੜਾ ਜਿਹਾ ਮਿਸ਼ਲਾ ਨਾਲ ਮਿਸ਼ਲਾ ਚ ਸਵਾਲ ਬਣਾਵਾਂਗੇ ਜਿਆਦਾ ਆਪਣੇ ਰਣਜੀਤ ਸਿੰਘ ਤੇ ਸਵਾਲ ਬਣਨਗੇ ਤੇ 150 ਤੋਂ ਪਲੱਸ ਸਵਾਲ ਹੀ ਬਣਾਵਾਂਗੇ ਆਪਾਂ ਰਣਜੀਤ ਸਿੰਘ ਤੇ ਵੀ ਤਾਂ ਇਹਦਾ ਬਿਲਕੁਲ ਸਹੀ ਉੱਤਰ ਆ ਭਗਵਾਨ ਸਿੰਘ ਜੀ ਭੈਣ ਸੀ ਕੀ ਦਤਾਰ ਕੌਰ ਅੱਜ ਦਾ ਸਵਾਲ ਆਪਣਾ 164 ਤਾਂ ਇਸ ਨੂੰ ਦਤਾਰ ਕੌਰ ਨੂੰ ਮਾਈ ਨਕੈਨ ਵੀ ਕਿਹਾ ਜਾਂਦਾ ਸਵਾਲ 164 ਦਾ ਸਵਾਲ ਹੈਗਾ ਆਪਣਾ ਭਗਵਾਨ ਸਿੰਘ ਤੋਂ ਬਾਅਦ ਮਿਸਲ ਦਾ ਨਕਈ ਮਿਸਲ ਦਾ ਚੀਫ ਕੌਣ ਬਣਿਆ ਸੀਗਾ ਤਾਂ ਇਹ ਸਵਾਲ ਬਣਾਉਣ ਦਾ ਵੀ ਕਾਰਨ ਆ ਸਾਥੀਓ ਕਿਉਂਕਿ ਇਸ ਬੰਦੇ ਤੋਂ ਹੀ ਰਣਜੀਤ ਸਿੰਘ ਨੇ ਮਿਸਲ ਆਪਣੇ ਅਧੀਨ ਕੀਤੀ ਸੀ ਭਗਵਾਨ ਸਿੰਘ ਤੋਂ ਬਾਅਦ ਜੋ ਨਕਈ ਮਿਸਲ ਦਾ ਚੀਫ ਬਣਦਾ ਹੈ ਤਾਂ ਹਰਜੰਟ ਜੀ ਦਾ ਬਿਲਕੁਲ ਸਹੀ ਹੈ ਉਹਦਾ ਇਹਦਾ ਸਹੀ ਉੱਤਰ ਸਾਥਿਓ ਗਿਆਨ ਸਿੰਘ ਹੈ ਗਿਆਨ ਸਿੰਘ ਛੋਟਾ ਭਰਾ ਸੀਗਾ ਭਗਵਾਨ ਸਿੰਘ ਦਾ ਗਿਆਨ ਸਿੰਘ ਹਾਂਜੀ ਅੰਤਿਮ ਕਾਨ ਸਿੰਘ ਸੀਗਾ ਬਿਲਕੁਲ ਸਹੀ ਅੰਤਿਮ ਕਾਨ ਸਿੰਘ ਸੀਗਾ ਤਾਂ ਸਵਾਲ ਨੰਬਰ ਲਾਸਟ ਆ ਜਿਹਦਾ ਆਪਣਾ ਬਿਲਕੁਲ 1807 ਵਿੱਚ ਗਿਆਨ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਕਾਣ ਸਿੰਘ ਨਕਈ ਮਿਸਲ ਦਾ ਚੀਬ ਬਣਿਆ ਜਿਸ ਨੂੰ ਮਹਾਰਾਜ ਰਣਜੀਤ ਸਿੰਘ ਨੇ ਕਿੰਨੇ ਰੁਪਏ ਦੀ ਜ਼ਗੀਰ ਦੇ ਕੇ ਉਹਨੇ ਸਾਰੇ ਇਲਾਕੇ ਆਪਣੇ ਲਾਹੌਰ ਦਰਬਾਰ ਚ ਸੰਭਾਲ ਕੀਤੇ ਸੀ ਕਿੰਨੇ ਰੁਪਏ ਦੀ ਜ਼ਗੀਰ ਦਿੱਤੀ ਸੀਗੀ ਇੱਕ ਸਾਲ ਲਈ ਇੱਕ ਸਾਲਾਨਾ ਜ਼ਗੀਰ ਦਿੱਤੀ ਸੀਗੀ ਕਾਣ ਸਿੰਘ ਨੂੰ 1807 ਦੇ ਵਿੱਚ ਨਕਈ ਮਿਸਲ ਨੂੰ ਆਪਣੇ ਅਧੀਨ ਕਰਦਾ ਰਣਜੀਤ ਸਿੰਘ ਕੱਲ ਨੂੰ ਆਪਾਂ ਕੱਲੀ-ਕੱਲੀ ਮਿਸਲ ਕਰਾਂਗੇ ਕਿਵੇਂ ਆਪਣੇ ਅਧੀਨ ਲੈ ਕੇ ਆਉਂਦਾ ਰਣਜੀਤ ਸਿੰਘ ਹਰਜੰਤ ਜੀ ਦਾ ਬਿਲਕੁਲ ਸਹੀ ਉੱਤਰ ਆ ਜੀ 15000 ਹੀ ਆਊਗਾ ਜੀ ਬਹੁਤ ਨੀਚੇ ਵਾਗਿਆ ਆਪਣਾ ਉੱਤਰ ਲਗਾ 15000 ਰੁਪਏ 15000 ਆ ਗਿਆ ਜੀ 78165 ਸਵਾਲ ਦਲ ਖਾਲਸਾ ਉਥਾਨ ਤੇ ਸਿੱਖ ਮਿਸਲਾਂ ਨਾਲ ਸੰਬੰਧਿਤ ਉਮੀਦ ਆ ਕੋਈ ਤੱਥ ਤੁਸੀਂ ਤੁਹਾਡੇ ਲਈ ਨਵੇਂ ਹੋਣਗੇ ਕੁਝ ਕੁਝ ਨਾ ਕੁਝ ਨਵਾਂ ਜਰੂਰ ਤੁਸੀਂ ਸਿੱਖਿਆ ਹੋਵੇਗਾ ਇਸ ਵੀਡੀਓ ਦੇ ਵਿੱਚ ਇਸ ਲੈਕਚਰ ਦੇ ਵਿੱਚ ਤੇ ਜੇਕਰ ਤੁਹਾਨੂੰ ਇਹ ਟੈਸਟ ਪਸੰਦ ਆਇਆ ਤਾਂ ਲਾਇਕ ਜਰੂਰ ਕਰ ਦਿਓ ਵੈਲਕਮ ਮਨਪ੍ਰੀਤ ਜੀ ਤੇ ਇੱਕ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਇਹ ਵੀਡੀਓ ਥੈਂਕ ਯੂ ਰਜਨੀ ਜੀ ਵੈਲਕਮ ਜੀ ਇਹ ਵੀਡੀਓ ਪੰਜਾਬ ਦੇ ਸਾਰੇ ਐਗਜ਼ਾਮ ਲਈ ਹੈਲਪਫੁਲ ਹੈਲਪਫੁਲ ਰਹੂਗੀ ਹਾਂਜੀ ਪਲੇਲਿਸਟ ਵਿੱਚ ਵੀਡੀਓ ਨਹੀਂ ਆਉਂਦੀ ਕਿਹੜੀ ਵੀਡੀਓ ਨਹੀਂ ਆਉਂਦੀ ਜੀ ਕਰਨਪੱਟੀ ਜੀ ਵੈਲਕਮ ਹਰਜੰਤ ਜੀ ਕਿਹੜੀ ਵੀਡੀਓ ਨਹੀਂ ਆ ਰਹੀ ਜਿਹੜੀ ਲੈਬ ਕਰ ਰਹੇ ਆ ਉਹ ਨਹੀਂ ਆ ਰਹੀ ਕਿ ਕੋਈ ਹੋਰ ਕਿਹੜੀ ਵੀਡੀਓ ਨਹੀਂ ਆ ਰਹੀ ਜੀ ਆਪਾਂ પ્રાਚਨ ਭਾਰਤੀ ਅਲੱਗ ਬਣਾਈ ਹੋਈ ਆ ਥੈਂਕ ਯੂ ਜੀ ਮਨਪ੍ਰੀਤ ਕੌਰ ਜੀ ਥੈਂਕ ਯੂ ਥੈਂਕ ਯੂ ਅੰਜਨਾ ਮਕਰੀਆ ਜੀ ਹੁ ਕਾਰਨ ਬੱਟੀ ਜੀ ਕਮੈਂਟ ਕਰੋ ਜੀ ਕੀ ਪੁੱਛ ਰਹੇ ਹੋ ਤੁਸੀਂ ਅਲੱਗ ਅਲੱਗ ਜੀ ਅਲੱਗ-ਅਲੱਗ ਸਮਝ ਨਹੀਂ ਆ ਰਹੀ ਆਪਣੀ ਜਿਵੇਂ ਪ੍ਰਾਚਨ ਭਾਰਤ ਨੇ ਸੀ ਇੰਡੀਆ ਤੇ 29 ਵੀਡੀਓ ਅਲੱਗ ਨੇ ਤੇ ਪੰਜਾਬ ਇਤਿਹਾਸ ਤੇ ਕੁਐਸਚਨ ਸੀਰੀਜ਼ ਤੇ ਅਲੱਗ ਆ ਗਈ ਜਿਹੜੇ ਤੱਥਾਂ ਦੇ ਆਧਾਰ ਤੇ ਆਪਾਂ ਵੀਡੀਓ ਬਣਾਈਆਂ ਨੇ ਉਹ ਅਲੱਗ ਪਲੇਲਿਸਟ ਬਣੀ ਹੋਈ ਆ ਚਲੋ ਮੈਂ ਲਿੰਕ ਨਾ ਆਪਣੇ ਟੈਲੀਗ੍ਰਾਮ ਤੇ ਸ਼ੇਅਰ ਕਰ ਦੂੰਗਾ ਆਪਣੇ ਜਿਹੜੇ ਪਲੇਲਿਸਟ ਆ ਉਹ ਪਲੇਲਿਸਟ ਦਾ ਲਿੰਕ ਦੇਖ ਲਿਓ ਤੇ ਇੱਕ ਆਪਾਂ ਅੱਜ ਦੇ ਜਿਹੜੇ ਪੰਜ ਜੱਥੇ ਨੇ ਕਰਨਾਲ ਦਲਚ ਬਣੇ ਸੀਗੇ ਉਹ ਪੰਜ ਜੱਥਿਆਂ ਦੇ ਆਪਾਂ ਕਿਤਾਬ ਦੇ ਵਿੱਚੋਂ ਫੋਟੋ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਕਿਹੜੇ ਪੇਜ ਤੋਂ ਆਗੇ ਤੇ ਇੱਕ ਵੀਡੀਓ ਜਰੂਰ ਅੱਗੇ ਸ਼ੇਅਰ ਕਰਨੀਆਂ ਜਿਹੜੇ ਸਾਥੀ ਨਵੇਂ ਆ ਦੁਬਾਰਾ ਫਿਰ ਉਹਨਾਂ ਨੂੰ ਰਿਕਵੈਸਟ ਹੈਗੀ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਆਪਣੇ ਸਾਥੀਆਂ ਨਾਲ ਈਟੀਟੀ ਦੀ ਤਿਆਰੀ ਕਰ ਰਹੇ ਆ ਪੀਐਸਟੈਟ ਦੀ ਤਿਆਰੀ ਕਰ ਰਹੇ ਕਿਹੜੇ ਵੀ ਜਦੋਂ ਆਮ ਦੀ ਤਿਆਰੀ ਕਰ ਰਹੇ ਨੇ ਪੁਲਿਸ ਦੀ ਪੰਜਾਬ ਪੁਲਿਸ ਦੀ ਤਾਂ ਉਹਦੇ ਵਿੱਚ ਹੈਲਪਫੁਲ ਰਹਿਣੀ ਆ ਇਹ ਵੀਡੀਓ ਤਾਂ ਇਹ ਵੀਡੀਓ ਸ਼ੇਅਰ ਕਰੋ ਆਪਣੇ ਸਾਰੇ ਸਾਥੀਆਂ ਨਾਲ ਥੈਂਕ ਯੂ ਸਾਥਿਓ ਧੰਵਾ ਜੀ